ਜਦੋਂ ਮੈਂ ਅੱਖ ਖੋਲੀ ਨਾ ਤੇ ਮੇਰੇ ਵੱਡੇ ਭਾਈ ਕੋਲੋਂ ਹੋ ਗਏ ਸਨ ਕਬੂਤਰ ਠੀਕ ਹੋ ਗਿਆ ਤੇ ਸਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਅਲਹਮਦੁਲਿਲਾ ਮੈਂ ਇਸ ਪਰਿੰਦੇ ਦੇ ਨਾਲ ਹੀ ਚਮਟਿਆ ਆਇਆ ਤੁਸੀਂ ਆਪਣਾ ਪਾਣੀ ਦਿੰਦੇ ਹੋ ਅਸੀਂ ਤਾਂ ਪਾਣੀ ਬਣਾਇਆ ਸੀ ਉਹ ਸ਼ੇਅਰ ਕਰੋਗੇ ਦੋਸਤੋ ਉਹਨੇ ਐਡਾ ਇਹ ਤਾਂ ਓਲੇ ਹੁੰਦੇ ਨੇ ਸਾਰੇ ਯੂਰਪ ਸਾਰੇ ਘੁੰਮੇ ਆ ਸਾਰਾ ਤੇ ਉੱਥੇ ਵੀ ਕੋਈ ਸ਼ੌਕ ਕਰਦੇ ਹੋ ਜਾਂ ਨਹੀਂ ਕਰਦੇ ਉਦੋਂ ਕੋਈ ਟ੍ਰੈਂਡ ਨਹੀਂ ਸੀ ਇਹ ਤੈੜੀਆਂ ਟੂੜੀਆਂ ਦਾ ਜਾਂ ਕਿਸੇ ਨਹੀਂ ਨਹੀਂ ਤੈੜੀਆਂ ਦਾ ਤੇ ਮਤਾਰਫ ਹੀ ਨਹੀਂ ਸੁਣਿਆ ਮਤਾਰਫ ਬਾਅਦ ਚ ਵਿੱਚ ਉਦੋਂ ਦੇਸੀ ਕਬੂਤਰ ਉਦੋਂ ਦੇਸੀ ਕਬੂਤਰ ਦੇ ਕਸੂਰੀ ਜਾਲਦਾਰ ਬਹੁਤ ਮਸ਼ਹੂਰ ਹੁੰਦੇ ਸੀ ਸਿਆਲਕੋਟ ਕਬੂਤਰ ਜੋਲ ਸੀ ਨੇ ਬੜੇ ਬੜੇ ਇਹ ਦੋ ਚੀਜ਼ਾਂ ਤੇ ਜਾਂ ਲੋੜ ਦੇ ਸ਼ਾਰ ਕੇ ਜ਼ਰ ਦਖੇ ਅੰਦ ਮਸ਼ਹੂਰ ਮੋਟੀ ਵਾਂ ਅੱਛਾ ਉਸਤਾਦਾਂ ਨੂੰ ਕਸਮ ਦਵਾਓ ਸਾਰਿਆਂ ਨੂੰ ਜਿੰਨੇ ਸਾਹ ਨਾਵਾਂ ਨੇ ग्वाल मंडी का इलाका सी ओ कोई एडा कच्छा समझिया नहीं सी जांदा ते उन्होंने कहा कि घर ही रहेगा एक जोड़ा मैनू कबूतरां दा लियाता है ओ जोड़ा कैसा है ओ मेरे जोड़े च बह गया असलामु अलैकुम जी ते चढ़दे पंजाब दे वीरां नूं मेरे वल्लों प्यार भरी सति श्री अकाल मैं इस टाइम बैठा जी उस्ताद सुलेमान सियालकोट ते तुसी देख रहे हो यूट्यूब चैनल कबूतर जिंद जान पाकिस्तान सारे दोस्त इहनूं लाइक करो सबसक्राइब करो ते दोस्तां नाल अगे शेयर करो ते जिवें मैं कहना हुंना गल होएगी मसले दे हल दी कोई अज दी कोई कल दी कोई गल्लां विचों गल दी ते सारियां गल्लां होणगियां तो सुल्तान सरोया साहब ने बल्कि दोवे भाई ने और सियालकोट के लैजेंड खिलाड़ी ने और बहुत इन्हों को नॉलेज है बहुत सारा दोस्तों को मजा आएगा बहुत समझो कि बहुत तगड़े कबूतर परवर ने सियालकोट के मने हुए तो इन्होंने गल्लां काफ़ी करनिया ने ते दोस्तों नूं मैनूं बड़ी उम्मीद है कि बड़ा मजा आएगा अस्सलाम वालेकुम जी वालेकुम अस्सलाम उस्ताद जी की हाल चाल ने तुहाडे ठीक ठाक राधे सुल्तान सरोया जी ते दूसरे भाई दा भी दसो सुल्तान सरोया ते ग्रुपा च भी जी बहुत ज्यादा इन्हां दे समझो के कबूतर परवीर दे हवाले नाल गल्लां हुंदियां ने और बहुत ज्यादा इन्हां कोल नॉलेज बहुत ज्यादा पहली गल ते इह वे ते शुरू करने इन्हां नूं पुछांगे कि इन्हां नूं कबूतर परवरी कबूतरबाजी लगी किवें ते किदे को वेख के लगी छोटे छोटे होने सस्ता जी ते करीबी डस्का है तुसी लंघ के डस्का शहर असीं उत्थे सां मतलब जो होश संभाली है ते स्कूल जाने होने सां ते दुकान होंदी सी कबूतरां ली ते असीं उहदे अगों दी लंघ जाणा ते मैनूं बड़े अच्छे लगदे होंदे सा कबूतर दड़वी टाइप सी बिल्कुल ते ਉਹ ਨਾ ਮੈਂ ਬੰਦੇ ਕੋਲ ਪੁੱਛਣ ਲੱਗਾ ਭਾਜੀ ਕਿੰਨੇ ਦਾ ਕਬੂਤਰ ਹੈ ਉਹਨੇ ਕਹਣਾ ਜੀ ਇਹ ਨਾ 35 ਪੈਸੇ ਦਾ ਹੈ ਇਹ 50 ਪੈਸੇ ਦਾ ਠੀਕ ਹੋ ਗਿਆ ਤੇ ਉਦੋਂ 50 ਪੈਸੇ ਤੇ ਮਿਲਦੇ ਹੁੰਦੇ ਸਨ ਸਕੂਲ ਦਾ ਡੇਲੀ ਦਾ ਖਰਚਾ ਫਿਰ ਉਹਦੇ ਚੋਂ 10-15 ਪੈਸੇ ਬਚਾ ਲੈਣੇ ਕਰਨੇ ਫਿਰ ਥੋੜਾ ਜਿਹਾ ਹੋਸ਼ ਸੰਭਾਲਿਆ ਸੀਗਾ ਚਲੋ ਹੁਣ ਨਾ ਕਬੂਤਰ ਲੈਣੇ ਆ ਫਿਰ ਕਦੀ 35 ਪੈਸੇ ਦਾ ਕਦੀ 40 ਦਾ ਕਦੀ 50 ਦਾ ਬੱਚੇ ਸਨ ਸਾਨੂੰ ਕੀ ਪਤਾ ਜ਼ਾਹਿਰ ਹੈ ਅਸੀਂ ਲਿਆ ਕੇ ਤੇ ਸ਼ੌਕ 'ਚ ਰੱਖਦੇ ਨੇ ਕਰਨੇ ਅੰਦਰ ਨਾ ਇੱਕ ਬਾਥਰੂਮ ਹੁੰਦਾ ਸੀ ਯੂਜ਼ਡ ਨਹੀਂ ਸੀ ਹੁੰਦਾ ਤੇ ਉਹਦੇ ਵਿੱਚ ਨਾ ਮੈਂ ਡੱਕਦੇ ਨੇ ਕਰਨੇ ਕਿਉਂਕਿ ਮੇਰੇ ਵਾਲਦਾ ਅੱਛਾ ਨਹੀਂ ਸੀ ਸਮਝਦਾ ਇਸ ਚੀਜ਼ ਨੂੰ ਮੇਰੇ ਵਾਲਦਾ ਨੂੰ ਪਹਿਲੇ ਨਹੀਂ ਚੰਗਾ ਸਮਝਦੇ ਲੋਕ ਕਿ ਕਬੂਤਰ ਤੁਸੀਂ ਰੱਖੇ ਨੇ ਉਹ ਮਾੜਾ ਦੌਰ ਵੀ ਹੈ ਜਿਸਾ ਮਾੜੇ ਤੋਂ ਮਾੜੇ ਬੰਦੇ ਨੇ ਕਬੂਤਰ ਰੱਖੇ ਹੁੰਦੇ ਸਨ ਤੇ ਲੋਕੀ ਕਹਿੰਦੇ ਸਨ ਇੱਲਤ ਹੈ ਇਹ ਦੌੜੇ ਫਿਰਦੇ ਨੇ ਮਕਾਨਾਂ ਦੇ ਲੋਕਾਂ ਦੇ ਛੱਤਾਂ ਦੇ ਆ ਡਰਾਮਣੇ ਕੰਮ ਕਰਦੇ ਕੋਈ ਨਹੀਂ ਅਵਾਰਾਗਰਦ ਬੰਦੇ ਨੇ ਜੀ ਜੀ ਤੇ ਫਾਰਗ ਬੰਦੇ ਨੇ ਤੇ ਤੁਸੀਂ ਪੜੋ ਲਿਖੋ ਠੀਕ ਹੋ ਗਿਆ ਉਹ ਜਨਾਮੇ ਲਿਆ ਕੇ ਰੱਖੇ 8-10 ਇਕੱਠੇ ਕੀਤੇ ਮੇਰੇ ਵਾਲਦ ਸਾਹਿਬ ਨੂੰ ਪਤਾ ਸੀ ਅੱਲਾਹ ਉਹਨਾਂ ਨੂੰ ਜਨਤ ਸਾਹਿਬ ਫਰਦੌਸ ਜ਼ਿਆਲਾ ਤੇਰੀ ਮਕਾਮਾ ਦੇ ਆਮੀਨ ਤੇ ਉਹਨਾਂ ਨੇ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਕਬੂਤਰ ਇੱਥੇ ਅੰਦਰ ਰੱਖੇ ਨੇ ਉਹਨਾਂ ਨੇ ਕਿਤੇ ਮੇਰੇ ਵਾਲਦਾਂ ਨੂੰ ਦੱਸਿਆ ਵਾਲਦਾਂ ਨੇ ਜਨਾਬ ਐਸਾ ਰਫੜ ਪਾਇਆ ਕਿ ਜਨਾਬ ਉਹ ਕਬੂਤਰ ਚੁਕਾ ਗਏ ਗੇ ਅੱਛਾ ਰੋਂਦੇ ਰਹੇ ਅਸੀਂ ਛੋਟੇ ਸਾਂ ਸੀ ਰੋਂਦੇ ਰਹੇ ਕੋਈ ਗੱਲ ਨਹੀਂ ਵੱਡੇ ਹੋਵਾਂਗੇ ਤਾਂ ਫੇਰ ਰੱਖਾਂਗੇ ਉਹ ਹੀ ਡਾਇਲੌਗ ਹੁੰਦਾ ਕਿ ਵੱਡੇ ਹੋਵਾਂਗੇ ਤਾਂ ਰੱਖਾਂਗੇ ਖੈਰ ਕਾਫੀ ਦਫਾ ਮਤਲਬ ਰੱਖੇ ਆ ਤੁਹਾਨੂੰ ਗੱਲ ਮੈਂ ਸੁਣਾਉਣ ਡਿਆ ਤਕਰੀਬਨ 83-84 ਦੀ ਗੱਲ ਹੈ ਠੀਕ ਹੋ ਗਿਆ ਫੇਰ ਅਸੀਂ ਆਪਣਾ ਉਦੋਂ ਲਿਆਂਦੇ ਰਹੇ ਗਾਇਬ ਹੁੰਦੇ ਰਹੇ ਕਬੂਤਰ ਕਦੀ ਉਹ ਕੁੱਤਾ ਖਾ ਗਿਆ ਕਦੀ ਉਹ ਜਨਾਬ ਬਿੱਲੀ ਖਾ ਗਈ ਏ ਕਦੀ ਉਹ ਦੇ ਦਿੱਤੇ ਨੇ ਕਿਸੇ ਨੂੰ
चुप करके दिल से पत्थर रख के शौक हौली 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 करते रहे। फिर वाल साहब फौत हो गए, फिर मैं पढ़ाई नूं खैर बद कह के ते असी मैं काम ते लग गया। तलीम तलीम मैं एफ ए की। अच्छा, मैं फिर छड़ दिता उस तो बाद। ते मैं क्या चलो उस टाइम अरूज सी एदा लैदर गारमेंट्स का, लैदर जैकेट, बिल्कुल बड़ा अरूज सी। ते उस दौर दे च कहावत मशहूर सी कि जिहड़ा जाना जमदा सी ना ते मां कहिंदी सी मैं इहनू पढ़ाने नहीं, इहनू जैकेट दे कम ते पाउणा। यानी कि इन्ना कु अरूज सी, इन्ना कु पैसा सी इहदे विच। खैर असी मजबूरी च पै गए। फिर वालदा ने कहा इन्हां ने छड़ना तो है कौन नहीं, तो चलो रख लो है, शुक्र घर रेंदे ने। तो सब नो बेस्ट यही सी असी कि असी बाहर निकलने नहीं सा, क्योंकि घर ने परवरिश ही ऐसी की सी कि बाहर नहीं किसी ने सलाम दुआ रखनी। वो फिर कबूतर घर आ गए, असी फिर कबूतर घर ही रेंदे सा। कम तो जाना, कम तो पता हुंदा सी कि यार जाके कबूतर नूं दाणा पाउणा है, उन्हें लुक आफ्टर करनी है, जाके उन्हें कोल बैग भोरे पाने ने, भोरे होंदे सन पुराने दौर। उदों रोटियां फड़ के ते कैंची नाल कट रहा है, जे घर आने ने दो रोटियां दित्तियां ने ते डेढ़ खा के ते अद्धी जेब च पा के ते उत्थे आ के ते कबूतर नूं लिमिटेड कबूतर ने सन 8 10 15 कबूतर रखे हुंदे सन, खेडदे हुंदे सन लोक वड्या कबूतर बाजा के बड़ी वड्डी कबूतरबाजी ते 100 कबूतर आना सी हुंदा। ठीक ठीक ठीक। ओह ना भोरे छोड़ पा के दिल नूं तस्कीन पई देनी कि लो जी शुक्र है वालदा ने। पर जदों वालदा दा दाल लगदा सी ना पुराने डस्के दा है जी गुलाम सैन गुजर बाद दा होना है, क्योंकि साडा नहीं ओ बड़ा जदों टांगे चलदे हैं ना ही उदों वी उदों दी गल है, उदों पुरानी गल है। ते असी फिर आ गए सा इथे, इथे मूव हो गए सा असी करीबन 89 नु असी डस्क्यों असी इथे मूव होए आ 88 च। ਠੀਕ ਹੋ ਗਿਆ। ਜੰਬਲ ਅਸੀਂ ਸਾਲਕੋਟ ਦੀ ਆ। ਠੀਕ ਹੈ। ਤੇ ਅਸੀਂ ਉੱਥੇ ਮੂਵ ਹੋ ਗਏ ਸਿਰਫ ਬਾਬੂ ਦੀ ਬਿਜ਼ਨਸ ਦੀ ਵਜ੍ਹਾ ਤੋਂ। ਫਿਰ ਉਦੋਂ ਅਸੀਂ ਵਾਪਸ ਇੱਥੇ ਆਏ। ਫਿਰ 89 ਦੇ ਵਿੱਚ ਮੇਰੇ ਵਾਲ ਸਾਹਿਬ ਫੌਤ ਹੋ ਗਏ ਸਨ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਅਸੀਂ ਸਾਲਕੋਟ ਦੇ ਚੀਰੇ। ਉਸ ਤੋਂ ਬਾਅਦ ਫਿਰ ਇਹ ਮਕਾਨ ਬਣਾ ਲਿਆ। ਫਿਰ ਜਿਸ ਦਿਨ ਲੈਂਟਰ ਪਿਆ ਉਸ ਤੋਂ ਬਾਅਦ ਬਨੇਰੇ ਬਣਨੇ ਸ਼ੁਰੂ ਹੋਏ। ਮੈਂ ਖੁੱਡਾ ਧਕੋਦਰ ਹੀ ਬਣਵਾਇਆ। ਮੇਰੇ ਨਾਨਾ ਜੀ ਵਾਲਾ ਜਨਸੀਬ ਕਰੇ, ਉਹ ਵੀ ਬੜਾ ਸਾਰਾ ਮਜ਼ਾਕ ਦਿੰਦੇ ਸਨ। ਨਹੀਂ ਮੁੰਡਿਆਂ ਨੇ ਖੁੱਡਾ ਕਬੂਤਰ ਨਹੀਂ ਰੱਖਣੇ। ਮੈਂ ਕਿਹਾ ਨਾਨਾ ਜੀ ਇੱਕੋ ਦਾ ਸ਼ੌਕ ਹੈ, ਅਸੀਂ ਕਿਹੜਾ ਕੋਈ ਬਾਹਰ ਫਿਰਨੇ ਟੁਰਨਾ, ਚਲੋ ਰੱਖ ਲਈਏ। ਉਹ ਫਿਰ ਕਬੂਤਰ ਰੱਖੇ ਮੈਂ ਸ਼ੌਕ ਦੇ ਜੀ ਥੋੜ੍ਹੇ ਸਾਰੇ। ਅੱਲਾ ਜੀ ਨਸੀਬ ਕਰੇ ਅਨਵਰ ਸਿੰਘ ਭਾਈਆ ਹੁੰਦੇ ਸਨ, ਬੜੇ ਪਿਆਰ ਵਾਲੇ ਹੁੰਦੇ ਸਨ, ਬਜ਼ੁਰਗ ਹੁੰਦੇ ਸਨ। ਅਸੀਂ ਉਹਨਾਂ ਨੂੰ ਆਪਣਾ ਉਸਤਾਦ ਵੀ ਮੰਨਦੇ ਹਾਂ, ਆਪਣਾ ਰੈਬਰ ਵੀ ਮੰਨਦੇ ਹਾਂ, ਬੜੇ ਚੰਗੇ ਸਨ। ਤੇ ਉਹਨਾਂ ਨੂੰ ਕਿਹਾ ਕਿ ਉਸਤਾਦ ਜੀ ਅਸੀਂ ਹੁਣ ਕਬੂਤਰ ਰੱਖਣੇ ਨੇ ਉੱਥੇ ਆਪਣੀ ਛੱਤ ਦੇ ਉੱਤੇ। ਉਹਨੇ ਕਿਹਾ ਚਲੋ ਕੋਈ ਨਹੀਂ, ਪੁੱਤਰ ਕਰ ਲੈਂਦੇ ਹਾਂ। ਉਹਨਾਂ ਨੇ ਘਰੋਂ ਵੀ ਦਿੱਤੇ ਸਾਨੂੰ ਜੋੜੇ, ਜਿਹੜੇ ਅੱਜ ਵੀ ਸਾਡੇ ਕੋਲ ਹੈ ਨੇ ਮਾਸ਼ਾਅੱਲਾ। ਤੇ ਉਹ ਅਸੀਂ ਜਨਾਬ ਫਿਰ ਉੱਥੋਂ ਫਿਰ 2000 ਤੋਂ ਫਿਰ ਸਟਾਰਟ ਹੋਇਆ। ਫਿਰ ਜੂੰ ਕਰਦੇ ਕਰਦੇ ਮੈਂ ਬਾਹਰ ਚਲਾ ਗਿਆ 2003 ਦੇ ਐਂਡ ਦੇ ਵਿੱਚ। ਫਿਰ ਮੇਨ ਸ਼ੌਕ ਮੇਰਾ ਹੀ ਸੀ, ਮਗਰ ਫਿਰ ਛੋਟਾ ਭਾਈ ਹੈ, ਇਹਨੂੰ ਵੀ ਸ਼ੌਕ ਪੈ ਗਿਆ। ਮੈਂ ਕਿਹਾ ਦਾਣੇ ਸ਼ਾਣਾ ਪਾ ਦਿਆ ਕਰੋ ਯਾਰ। ਅੱਛਾ। ਤੋ ਫਿਰ ਦਾਣਾ ਪਾਉਂਦੇ ਪਾਉਂਦੇ ਫਿਰ ਜ਼ਾਹਿਰ ਅੰਦਰ ਹੀ ਰਹਿੰਦੇ, ਕਬੂਤਰ ਬਾਹਰ ਤਾਂ ਕੱਢਦਾ ਨਹੀਂ ਸੀ, ਤਾਂ ਉਹ ਵੱਧਦੇ ਗਏ ਵੱਧਦੇ ਗਏ। ਉਹ ਫਿਰ ਇਹਨੂੰ ਸ਼ੌਕ ਪੈ ਗਿਆ ਕਿ ਇਹਨਾਂ ਦੀ ਛਾਂਟੀ ਕਰੀਏ, ਇਹਨਾਂ ਦੀ ਜਿਹੜੇ ਖੂਬਸੂਰਤ ਨੇ ਉਹਨਾਂ ਨੂੰ ਹੋਰ ਖੂਬਸੂਰਤ ਬਣਾਈਏ। ਫਿਰ ਇਹਨਾਂ ਅੱਗੋਂ ਸਾਰੀ ਇਹਦੀ ਸਾਰੀ ਕਾਵਿਸ਼। ਅੱਛਾ। ਅੱਛੇ ਤੋਂ ਅੱਛਾ ਕਬੂਤਰ ਲੱਭਦਾ ਗਿਆ ਤੇ ਫਿਰ ਉਹਨਾਂ 'ਚ ਲਾ ਲਾ ਕੇ ਸਮਾਂ ਹੀ ਲੱਗਦੀ ਗਈ। ਹਾਂਜੀ ਜੀ ਬਿਲਕੁਲ। ਤੇ ਤੁਹਾਡੇ ਉਸਤਾਦ ਜੀ ਕਿਹੜੇ ਨੇ? ਮੈਂ 2017 'ਚ ਕੀਤੀ ਸੀ ਕਿ 16 'ਚ? 17 ਦੇ ਉਸਤਾਦ ਅਸ਼ਕ ਹੁਸੈਨ ਸਾਹਿਬ ਦੀ ਪਾਰਟੀ ਜੁਆਇਨ ਕੀਤੀ ਸਿਆਲਕੋਟ ਵਾਲੇ ਜਿਹੜੇ ਨੇ। ਠੀਕ ਹੋ ਗਿਆ। ਤੇ ਫਿਰ ਥੋੜੀ ਸਾਰੀ ਸਾਡੀ ਆਪਸ ਦੇ ਵਿੱਚ ਥੋੜੀ ਹੋ ਗਈ ਨਾਰਾਜ਼ਗੀ। ਉਸਤਾਦ ਅਸ਼ਕ ਹੁਸੈਨ ਸਾਹਿਬ ਨਾਲ ਨਾਰਾਜ਼ਗੀ ਨਹੀਂ ਸੀ, ਉਹਨਾਂ ਨੇ ਪਾਰਟੀ ਦੇ ਨਾਲ ਅਸੀਂ ਪਿੱਛੇ ਹੋ ਗਏ ਉਹਨਾਂ ਤੋਂ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਅੱਛਾ ਫਿਰ ਉਸ ਤੋਂ ਬਾਅਦ ਬਰੀਡਿੰਗ ਤੋਂ ਕਰਦਾ ਰਹੇ। ਹੁਣ ਤਕਰੀਬਨ 2017 ਦੇ ਵਿੱਚ ਹੀ ਫਿਰ ਪ੍ਰੋਗਰਾਮ ਬਣਾਇਆ ਕਿ ਚਲੋ ਯਾਰ ਹੁਣ ਕੋਈ ਕੱਪ ਛੱਪ ਖੇਡਾਂਗੇ, ਕਬੂਤਰ ਉਡਾ ਕੇ ਵੇਖ ਲਈਏ, ਕਿਉਂਕਿ ਬਹੁਤ ਜ਼ਿਆਦਾ ਕਬੂਤਰ ਹੋ ਗਿਆ ਸੀ ਸਾਨੂੰ। 2018 'ਚ ਬਿਮਾਰੀ ਪਈ ਸੀ, ਤਕਰੀਬਨ 600+ ਕਬੂਤਰ ਸੀ ਸਾਡੇ ਕੋਲ। ਤੇ ਉਸ ਦੌਰ ਦੇ 'ਚ ਮੋਸਟਲੀ 95% ਸਾਡੇ ਕੋਲ ਸਿਆਲਕੋਟ ਹੀ ਕਬੂਤਰ ਸਨ। ਅੱਛਾ। ਕਿਉਂਕਿ ਅਸੀਂ ਬਚਪਨ ਤੋਂ ਸ਼ੌਕ ਸਿਆਲਕੋਟੀਆਂ ਨਾਲ ਕਰਦੇ ਆਏ ਹਾਂ, ਉਡਾਣਾ ਤਾਂ ਹੁੰਦੇ ਨਹੀਂ ਸਨ। ਸਿੱਧੀ ਗੱਲ ਕਰਾਂ, ਜਦੋਂ ਮੈਂ ਸਾਂ ਸ਼ੌਕ 'ਚ ਮੈਨੂੰ ਉਡਾਉਣ ਦਾ ਸ਼ੌਕ ਹੈ, ਉਹਨੂੰ ਬਰੀਡਿੰਗ ਦਾ ਸ਼ੌਕ ਸੀ।
ਤੇ ਮੈਂ ਜਦੋਂ ਸਾ ਮੈਂ ਰੱਖੇ ਸਨ ਉਦੋਂ ਕੰਮ ਮਗਰ ਕਬੂਤਰ ਪਿਓਰ ਲੱਭਦੇ ਸਨ ਮੈਂ ਰੱਖੇ ਸਨ ਮਗਰ ਇਹਨੂੰ ਸਮਝਦੇ ਹੀ ਨੇ ਕੱਢੜੇ ਮਗਰ ਅੱਜ ਤੱਕ ਉਹ ਨਹੀਂ ਮਿਲਿਆ ਵਾਪਸ ਕਮਗਰ ਉਹ ਵਾਲੇ ਕਮਗਰ ਨਹੀਂ ਮਿਲੇ ਜਿਹੜੇ ਪਹਿਲਾਂ ਸਾ 2001 ਦੇ ਵਿੱਚ 2002 'ਚ ਜਿਹੜੇ ਕਮਗਰ ਸਾਡੇ ਕੋਲ ਹੈ ਸਨ ਨਾ ਉਹ ਕਮਗਰ ਦੁਨੀਆ ਨੇ ਨਹੀਂ ਵੇਖੇ ਹੋਏ ਜਿਹਨਾਂ ਵੇਖੇ ਨੇ ਨਾ ਉਹਨਾਂ ਨੇ ਅੰਦਰ ਹੀ ਰੱਖੇ ਹੋਏ ਨੇ ਕਬੂਤਰ ਹਾਲੇ ਵੀ ਲੋਕਾਂ ਨੇ ਲੋਕਾਂ ਕੋਲ ਹੈ ਜ਼ਰੂਰ ਨੇ ਮੁੱਖੇ ਨਹੀਂ ਮਗਰ ਲੋਕ ਵਹਾਉਂਦੇ ਹੀ ਨਹੀਂ ਵਹਾਉਂਦੇ ਨੇ ਅੱਛਾ ਇੱਕ ਮੈਂ ਗੱਲ ਭੁੱਲ ਗਿਆ ਜੀ ਇਹ ਬਰੀਡਿੰਗ ਦੇ ਦੋਨੋਂ ਭਾਈ ਬਹੁਤ ਜ਼ਿਆਦਾ ਮਾਸਟਰ ਨੇ ਸਮਝੋ ਕਿ ਜਿਵੇਂ ਬਹੁਤ ਵੱਡੇ ਆਲਾ ਕਿਸਮ ਦੇ ਉਸਤਾਦ ਹੁੰਦੇ ਨੇ ਬਰੀਡਿੰਗ ਦੇ ਇਹ ਉਹ ਬਰੀਡਿੰਗ ਦੇ ਮਾਸਟਰ ਨੇ ਦੋਨੋਂ ਭਾਈ ਅੱਛਾ ਜੀ ਅੱਗੇ ਗੱਲ ਸ਼ੁਰੂ ਕਰੋ ਅਤੇ ਫਿਰ ਉਹ ਕੁਛ ਸਾਡੇ ਕੋਲ ਮਤਲਬ ਕਿ ਜਗ੍ਹਾ ਘੱਟ ਸੀ ਫਿਰ ਅਸੀਂ ਕਬੂਤਰ ਬਹੁਤ ਜ਼ਿਆਦਾ ਸੀ ਫਿਰ ਅਸੀਂ ਲੋਕਾਂ ਨੂੰ ਗਿਫਟ ਦੇ ਛੜੇ ਇੱਕ ਕਢਾਓ ਥੋੜ੍ਹਾ ਸਾਰਾ ਘਟਾਈਏ ਵਿੱਚੋਂ ਫਿਰ ਅੱਗੋਂ ਬਰੀਡਿੰਗ ਦਾ ਬਣਾਈਏ ਆਪਣੇ ਕ੍ਰਾਸ ਬਰੀਡ ਦਾ ਲੈ ਕੇ ਆਈਏ ਫਿਰ ਅਸੀਂ ਇਸ ਤਰ੍ਹਾਂ ਹੀ ਕੀਤਾ ਫਿਰ ਯਾਰਾਂ ਦੋਸਤਾਂ ਕੋਲੋਂ ਕਮਗਰ ਵੀ ਮੰਗਵਾਏ ਮਗਰ ਉਸ ਕੁਆਲਿਟੀ ਦੇ ਨਹੀਂ ਅੱਜ ਤੱਕ ਵੀ ਉਹ ਨਹੀਂ ਲੱਭੇ ਉਹ ਨਹੀਂ ਮਿਲਦੇ ਠੀਕ ਹੋ ਗਿਆ ਤੇ ਉਹ ਕਹਿੰਦੇ ਨਾ ਓਲਡ ਇਜ਼ ਗੋਲਡ ਉਹ ਨਹੀਂ ਮਿਲਦਾ ਜਿਹੜਾ ਗੁਜ਼ਰ ਗਿਆ ਨਾ ਵਕਤ ਉਹ ਵਾਲਾ ਕਬੂਤਰ ਨਹੀਂ ਜਿਹਨੇ ਬਣਾ ਲਏ ਨੇ ਉਸ ਦੌਰ 'ਤੇ ਕਬੂਤਰ ਜਿਹੜੇ ਕਬੂਤਰ ਅਸੀਂ ਆਪਣੇ ਉਸ ਦੌਰ 'ਚ ਜਿਹੜਾ ਸਾਡਾ ਗੋਲਡਨ ਈਰਾ ਜਵਾਨੀ ਦਾ ਕਹਿ ਲਓ ਜਾਂ ਟੀਨੇਜ ਦਾ ਕਹਿ ਲਓ ਜੀ ਉਹਦੇ ਸਾਨੂੰ ਮਿਲਦੇ ਰਹੇ ਨੇ ਨਾ ਸਾਨੂੰ ਉਹਨੂੰ ਕਬੂਤਰ ਦੇਖਣ ਨੂੰ ਨਹੀਂ ਮਿਲਦੇ ਅੱਛਾ ਉਹ ਜਿਹੜੇ ਤੁਸੀਂ ਵੇਖੇ 2000 ਦੇਖ ਲਏ ਨੇ ਨਾ ਕਬੂਤਰ ਸਾਨੂੰ 90 ਦੇ ਹਾਈ ਦੇ ਸੀ ਜਿਹੜੇ ਵੇਖੇ ਅਸੀਂ ਕਿਉਂ ਕਬੂਤਰਾਂ ਦਾ ਸਮਝਾਉਂਦੇ ਆ ਲੋਕਾਂ ਨੂੰ ਕਿ ਯਾਰ ਇਹ ਕਬੂਤਰ ਇੰਜ ਦੇ ਹੁੰਦੇ ਨੇ ਜੇ ਸਾਨੂੰ ਦੇਖੋ ਨੂੰ ਨਹੀਂ ਬਲਬਦੇ ਤਾਂ ਨਵਿਆਂ ਨੇ ਤਾਂ ਸਾਰੀ ਜ਼ਿੰਦਗੀ ਨਹੀਂ ਵੇਖਣੇ ਹਾਏ ਹਾਏ ਨਵਿਆਂ ਕਿੱਥੋਂ ਵੇਖਣੇ ਜਦੋਂ ਜੀ ਜੀ ਸਾਨੂੰ ਨਹੀਂ ਲੱਭਦੇ ਪਏ ਇੱਕ ਮੈਂ ਕਿਹਾ ਇੱਕ ਵਾਕਿਆ ਛੋਟਾ ਜਿਹਾ ਮੈਂ ਫੈਸਲਾਬਾਦ ਚਲਾ ਗਿਆ ਅੱਛਾ ਮੈਂ ਨਾਲ ਹੀ ਲੱਗਾ ਇੱਕ ਮੀਡੀਆ ਪਰਸਨ ਵੀ ਨਾਲ ਸੀ ਸਾਡੇ ਅੱਛਾ ਉੱਥੇ ਨੇ ਉਸਤਾਦ ਕੀ ਉਹਨਾਂ ਦਾ ਨਾਂ ਹੈ ਜਿਨ੍ਹਾਂ ਕੋਲ ਗਏ ਸਾਂ ਡਾਂਸਰ ਵੀ ਜਿਨ੍ਹਾਂ ਦੇ ਕੋਲ ਉਹ ਰਾਣਾ ਸ਼ਹਿਜ਼ਾਦ ਉਸਤਾਦ ਰਾਣਾ ਸ਼ਹਿਜ਼ਾਦ ਸਾਹਿਬ ਨਹੀਂ ਨਹੀਂ ਉਸਤਾਦ ਰਾਣਾ ਸ਼ਹਿਜ਼ਾਦ ਨਹੀਂ ਉਹ ਯਾਰ ਰਾਣਾ ਸ਼ਹਿਜ਼ਾਦ ਸਾਹਿਬ ਦੇ ਉੱਥੇ ਬੈਠੇ ਸਨ ਪੱਪੂ ਕੋਇਤੀਆ ਵੀ ਉੱਥੇ ਆਇਆ ਸੀ ਯਾਰ ਉਹ ਰਾਣਾ ਸ਼ਹਿਜ਼ਾਦ ਨਹੀਂ ਉਹਦਾ ਨਾਂ ਸ਼ਰਾਜ਼ੀ ਉਹ ਸ਼ਰਾਜ਼ੀ ਤੇ ਉਸਤਾਦ ਸੀ ਨਾ ਜਿਹੜਾ ਡਾਂਸਰ ਸੀ ਹਾਂ ਹਾਂ ਤੇ ਉਹ ਜਿਹੜਾ ਉਸਤਾਦ ਸਨ ਉਹਨਾਂ ਦਾ ਨਾਂ ਕੁਛ ਹੋਰ ਮੈਂ ਭੁੱਲ ਗਿਆ ਖੈਰ ਜੋ ਖਿਲਾੜੀ ਨੂੰ ਗਲਤ ਕਹੀਦਾ ਹੁਣ ਇੱਕ ਚੀਜ਼ ਹੈ ਕਿ ਤੁਸੀਂ ਮੈਂ ਵੀ ਨਹੀਂ ਕਹਾਂਗਾ ਕਿ ਫਲਾਣੇ ਇਲਾਕੇ ਦੇ ਲੋਕ ਕਹਿੰਦੇ ਨੇ ਹਿਜਰਤ ਹੋਈ ਠੀਕ ਹੈ ਬੜਾ ਬੁਰਾ ਵਕਤ ਆਇਆ ਲੋਕਾਂ ਤੇ ਲੋਕੀ ਆਪਣੀਆਂ ਧੀਆਂ ਮਾਵਾਂ ਭੈਣਾਂ ਜਾਂ ਕੋਈ ਜ਼ਰ ਜ਼ਮਾਨ ਸਾਂਭਣ ਤੋਂ ਬਗੈਰ ਉਹਨਾਂ ਕੁਛ ਨਹੀਂ ਸੀ ਕੀਤਾ ਟੋਕਰੇ 'ਚ ਦੋ ਕਬੂਤਰ ਪਾ ਕੇ ਤੇ ਤੁਰ ਪਏ ਸਨ ਬਾਕੀ ਟੱਬਰ ਉੱਥੇ ਛੱਡ ਆਏ ਸਨ ਦੇਖੋ ਨਾ ਸਭ ਕੁਛ ਨਾਲ ਨਾਲ ਹੀ ਸੀ ਉੱਥੇ ਸਟੋਰੀ ਜੇ ਕੋਈ ਸੁਣੋਗੇ ਨਾ ਉਹ ਕਹੇਗਾ ਮੇਰੇ ਨਾ ਦਾਦਾ ਸਿਰਫ ਦੋ ਕਬੂਤਰ ਲੈ ਗਿਆ ਸੀ ਬਾਕੀ ਸਭ ਕੁਛ ਛੱਡ ਆਇਆ ਸੀ ਇਸ ਤਰ੍ਹਾਂ ਹੀ ਗੱਲ ਹੈ ਵੇਖੋ ਕਬੂਤਰ ਜੋ ਤੁਸੀਂ ਲੈ ਆਏ ਹੋ ਹੁਣ ਤੁਹਾਨੂੰ ਤਾਂ ਪਤਾ ਨਹੀਂ ਉਹ ਕੀ ਚੀਜ਼ ਹੈ ਤੁਸੀਂ ਸਿਆਲਕੋਟੀ ਕਬੂਤਰ ਵੀ ਵਿਖਾ ਕੇ ਆਖੋਗੇ ਜੀ ਇਹ ਸਿਆਲਕੋਟੀ ਕਬੂਤਰ ਨਹੀਂ ਹੈ ਸਾਡਾ ਕਬੂਤਰ ਹੈ ਗੱਲ ਦਾ ਮਕਸਦ ਇਹ ਹੈ ਕਿ ਤੁਹਾਨੂੰ ਤੁਸੀਂ ਅਸਲ ਨਹੀਂ ਦੇਖੇ ਦੇ ਅਸਾਂ ਤੋਂ ਆਪਣੇ ਬਚਪਨ 'ਚ ਵੇਖ ਲਏ ਸਨ ਹੁਣ ਸ਼ਰਾਜ਼ੀ ਕੋਲ ਗਏ ਕਬੂਤਰ ਵੇਖੇ ਨਾਲ ਜਿਹੜੇ ਬੰਦੇ ਸਨ ਮੇਰੇ ਮੁਖਾਲਫਤ 'ਚ ਬੋਲਣ ਦੇ ਸਨ ਸੱਜਣ ਮੇਰੇ ਸਨ ਬੋਲਣ ਮੇਰੀ ਮੁਖਾਲਫਤ ਦੇ ਸਨ ਕਿਉਂਕਿ ਦੱਸਣਾ ਹੁੰਦਾ ਕਿ ਭਾਅ ਜੀ ਅਸੀਂ ਬਹੁਤਾ ਰੌਲਾ ਪਾ ਸਕਦੇ ਸਾਡੇ ਕੋਲੋਂ ਸਿੱਖਣਗੇ ਫਿਰ ਸਾਡੇ ਆਪੋਜ਼ਿਟ ਆ ਜਾਣਗੇ ਇਸ ਚੀਜ਼ ਤੋਂ ਨਾ ਮੈਂ ਕਿਉਂਕਿ ਕਬੂਤਰਬਾਜ਼ੀ ਦਾ ਇੱਕ ਸਭ ਮੈਂ ਨਾ ਡਾਰਕ ਪਲੇਸ ਜਾਂ ਡਾਰਕ ਕਾਰਨਰ ਜਾਂ ਡਾਰਕ ਹਿੱਸਾ ਕਹਿ ਲਓ ਕਿ ਜਿਹੜਾ ਤੁਹਾਡੇ ਕੋਲ ਸਿੱਖ ਕੇ ਜਾਏਗਾ ਨਾ ਇਹ ਸਾਡਾ ਨਹੀਂ ਮੇਰੇ ਕੋਲ ਇੱਕ ਬਰੀਡ ਸੀ ਕਬੂਤਰ ਡੇਢ ਗਜ਼ੀਆ ਦਾ ਨਾਂ ਰੱਖਿਆ ਸੀ ਡੇਢ ਗਜ਼ੀਆ ਕਿਉਂਕਿ ਬਹੁਤ ਲੰਮਾ ਕਬੂਤਰ ਜਸੀਮ ਕਬੂਤਰ ਸੀ ਸਿਆਲਕੋਟੀ ਪੁਰਾਣਾ ਅਲੀ ਵਾਲਾ ਹੀ ਕਬੂਤਰ ਸੀ ਓਰੀਜਨਲ ਓਰੀਜਨਲ ਅਲੀ ਵਾਲਾ ਸੀ ਜਿਹੜੇ ਅੱਜ ਕੱਲ੍ਹ ਨੂੰ ਉਹ ਨਹੀਂ ਸੀ ਨਹੀਂ ਲੱਭਦੇ ਜਿਹੜਾ ਮੈਂ ਬਲਕਿ ਆਪਣੇ ਲਾਇਆ ਵੀ ਹੈ ਉਹ ਵੀ ਅਲੀ ਵਾਲਾ ਹੀ ਉਹ ਵੀ ਕਾਦਾਵਰ ਕਬੂਤਰ ਹੈ ਉਹ ਜਨਾਬ ਅੱਛਾ ਮੈਂ ਜਿੰਨਾ ਮੇਰੇ ਦੋਸਤ ਸਨ ਭਾਈਏ ਹੋਰੀ ਅੱਲਾ ਜੰਨਤ ਨਸੀਬ ਕਰੇ ਉਹਨਾਂ ਤੋਂ ਬਾਅਦ ਮੇਰੀ ਬੈਠਕ ਹੋਈ ਸਾ ਖਾਵਰ ਨੇ ਸਨ ਸਈਦ ਨੰਨਾ ਸਾਹਿਬ ਨਾਲ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਫੌਤ ਹੋ ਗਏ ਸਿਆਲਕੋਟ ਦੇ ਸਨ ਨੰਨਾ ਜਪਾਨੀਆਂ ਦੇ ਨਾਂ ਤੋਂ ਵੀ ਮਸ਼ਹੂਰ ਸਨ ਜਪਾਨ ਨੰਨਾ ਨੰਨਾ ਵਿਹੜੇ ਵਾਲਾ ਵੀ ਕਿਹਾ ਜਾਂਦਾ ਸੀ ਉਹਨਾਂ ਦੀ ਆਪਣੀ ਬਰੀਡ ਸੀ ਉਹਨਾਂ ਨੂੰ ਮੈਂ ਨਾ ਮੈਨੂੰ ਉਹੀ ਗਾਈਡ ਕਰਦੇ ਸਨ ਮੈਂ ਸਾਰਾ ਉਹਨਾਂ ਕੋਲ ਬਰੀਡਿੰਗ ਦੇ ਬਾਰੇ 'ਚ ਸਿੱਖਿਆ ਸੀ ਅਤੇ ਮੈਂ ਉਹਨਾਂ ਨਾਲ ਇੱਕ ਡੇਢ ਗਜ਼ੀ ਦੀ ਬਰੀਡ ਬਣਾਈ ਚੰਗੀ ਬਣ ਗਈ ਮੈਂ ਉਹਨਾਂ ਨੂੰ ਵਿਖਾਉਣਾ ਕਰਨਾ ਜਾ ਕੇ ਜਿਹੜਾ ਬੱਚਾ ਨਿਕਲਣਾ ਇੱਕ ਥਾਂ ਉਹਨਾਂ ਕਿਹਾ ਕਿ ਮੈਨੂੰ ਕਿਹਾ ਕਿ ਉਹਨਾਂ ਕਿਹਾ ਚੋਈ ਸਾਹਿਬ ਹੁਣ ਤੁਹਾਡੀ ਬਰੀਡ ਸਹੀ ਬਣ ਗਈ ਹੈ ਇਹ ਨਾ ਤੁਸੀਂ ਕਿਸੇ ਨੂੰ ਦੇਣੇ ਨੇ ਅਤੇ ਨਾ ਉਡਾਉਣੇ ਨੇ ਮੈਂ ਉਹਨਾਂ ਕੋਲ ਜ਼ਿੰਦਗੀ ਦੀਆਂ ਵੀ ਗੱਲਾਂ ਸਿੱਖਦਾ ਰਹਿੰਦਾ ਸਾਂ ਬੜੀ ਗੱਲ ਹੈ ਰੈਪਰ ਸਨ ਨਾ ਤੁਹਾਡੇ ਮੈਂ ਕਿਹਾ ਨਾ ਦੇਣੇ ਨੇ ਕਿਸੇ ਨੂੰ ਅਤੇ ਨਾ ਹੀ ਤੁਸੀਂ ਇੰਝ ਉਡਾਉਣੇ ਨੇ ਪਿਓਰ ਠੀਕ ਹੋ ਗਿਆ ਅਤੇ ਮੈਨੂੰ ਇੱਕ ਅੱਧੀ ਪੱਠੀ ਦੇ ਦਿਓ
मैं क्या जी अच्छा उस्ताद जी, मैं जो बच्चा निकल रहा ना पालता पा जो है क्योंकि देखो जी जिदा को तुम कोई अच्छी चीज दे दिंदा ओदे नाल अगे कोई चीज नहीं बस जेड़ा रैपर नाले होए ओदे को केड़ी चीज चंद दिन बाद मैं गया मैं कहा उस्ताद जी तुसी मेनू एक लफ्ज कहया सी कि उड़ाना नहीं कबूतर अच्छा मैं कहा यार उड़ाओगे जानवर जाया हो सकदा जेड़ा दूजा फड़ेगा ओदी सारी जिंदगी दी गेम बन जानगी मैं तुसी ठीक है उन्हें कहा दबोगे मैं तुसी कहा सी कि देना नहीं किसी नू उन्हें कहा यार देना किनू जे किसी यार सज्जन नू दोगे ना जो थोड़े यार सज्जन टुर गया उसकी गेम बन गई उन्हें थोड़े अगे खलो जाना आकड़ के उन्हें तुम्हें आवाज करा देनी यह गल उत्थे आई कि जेड़ा बंदा थोड़े को सीखेगा थोड़े अगे आकड़ के खलोएगा जब गल मैं कर रहा हूं आने तो फैसलाबाद वाल गल ब्रीड की सी मेरे नाल बंदे ने सीख कई जगह मेरे का बहस भी शुरू कर देंगे ने तू सीखना है तू पुछना डायरैक्ट पुछ जी मैं पूछा खबर सही नन्ना साहब मुला जन्ने से मैं पूछना सर जी ए केंजे मैं कह यार इस तरह ए केंजे यार इस तरह मैं बड़ा उन्होंने को टाइम भनिया भनिया नहीं मैं सीखने वास्ते गया भनिया तो हाँ जी जाया किया तो फिर भनिया हूँ वो बंदे ने शिराजी जो उस्ताद शिराजी ने इमरान शिराजी ना है डांसर उन्हें कबूतर दिखाने शुरू किए लो जी सियालकोटी परिंदे आते गए एक तो एक वध परिंदा ठीक हो गया कोई वेखो पेदे ने मैं कहा नहीं उन्हें चंगे नहीं विखाए इंज तो एक तो एक वध परिंदा विखाया एक परिंदा उन्हें एंड से लिया के मैं विखाया उन्हें क्या देखो जी मैं क्या जब परिंदा मैंने दिखा दिता ही ना अज तो बाद दिखाना नहीं तू किसी अच्छा मैं क्या मेरे नाल जो बंदे आए थे नहीं ना ए भी तेन आके आखन तेना कबूतर ना विखाई सारी जिंदगी पछताएगा प्योर गलोदू कबूतर से असा देखे थे सारी नज़र सी साढ़े जेन च बैठा था आंदे क्लिक किया प्योर गलोदू क्लिक कर गया मैं क्या कबूतर तू कितों लिया मैं क्या नहीं अज तो बाद विखाना गलोदू कलसीरे कबूतर होंगे ने कलसीरे उन्होंने कंध के थिम वे वे फुल होंगे दोवे सैडा से अख उन्हों की बिल्कुल चिट्टी होएगी जो तुम टैड़िया जिमें फिर ना चिटिया अखा वो उन्होंने गलोदूआ दियां ने तुम दिखावे उत्ते साढ़े को है निकले देने अली वाले कबूतर जो ना मेन अली माशकी वाले कबूतर वो पिछे गलोदू कबूतर बैकग्राउंड गलोदू कबूतर है मादी उन्हें छप्पड़ तो फड़ी सी छप्पड़ तो फड़ी सी अली माशकी ने नार उन्हें गलोदू पाया सी नाल अली वाले बने क्योंकि ना तो अली माशकी सी ओदे तो अली वाले बन गए उन्हां दी अखां चिट्टियां भी आंदियां ने उन्हां दी अखां संदल भूरे रंग दियां भी आंदियां ने बुढ़ापे च आके नीला हिट ते आ जांदियां सब्जी माए मैली मैली कदी कोई खास खाल कोई खास थोड़ी मैली खास मैली आ जाएगी चिट्टी हुंदी है लेकिन उम्र दे नाल नाल उम्र दे नाल नाल उम्र दे नाल नाल मुंगिया कलर ते टुर जाएगी अख जो बुढ़ा हो जाएगा मुंगिया क्यों टुर जाएगी क्योंकि गलोदू पारे गल आ गई मैं भाई तू बखाना नहीं ਸਾਡੇ ਇੱਕ ਬੜੇ ਅਜ਼ੀਜ਼ ਆ ਸਾਡੇ ਨਾਲ ਹੱਥ ਹੋਇਆ ਤਾਂ ਤੁਸੀਂ ਕਹਿੰਦੇ ਕਿ ਅੱਗੇ ਕਿਸੇ ਨਾਲ ਨਾ ਆਵੇ ਉਹ ਸਾਡੇ ਕੋਲ ਸਾਡੇ ਇੱਕ ਦੂਰ ਦੇ ਰਿਸ਼ਤੇਦਾਰੀ ਸਨ ਤੇ ਉਹਨਾਂ ਨੇ ਨਾ ਸਾਡੇ ਕੋਲ ਸੀ ਟੁੜੀਆਂ ਕਬੂਤਰ ਸੀ ਕਿਹੜੇ ਵਾਲਾ ਯਾਰ ਉਹ ਜਿਹੜਾ ਮਿਸਤਰੀ ਸੀ ਪੱਪੂ ਹਾਂ ਟੁੜੀਆਂ ਕਬੂਤਰ ਸਾਡੇ ਕੋਲ ਹੋ ਗਏ ਸੀ ਬੱਚੇ ਸਨ ਪਿਓਰ ਟੁੜੀਆਂ ਪਿਓਰ 100% ਉਹ ਤਾਂ ਹੁੰਦੇ ਪਿਓਰ ਸਨ ਇਹ ਮੈਂ ਗੱਲ ਤੁਹਾਨੂੰ ਸੁਣਾ ਰਿਹਾ 90 ਦੀ ਉਦੋਂ ਹੁੰਦੇ ਹੀ ਪਿਓਰ ਕਬੂਤਰ ਸਨ ਹੁਣ ਅਸੀਂ ਬੱਚਿਆਂ ਸਾਨੂੰ ਤਾਂ ਨਹੀਂ ਇਹਦੀ ਕੁਆਲਿਟੀ ਦਾ ਪਤਾ ਕੀ ਚੀਜ਼ ਹੈ ਸਾਨੂੰ ਉਸਤਾਦ ਨੇ ਕਿਹਾ ਦਈਓ ਨਾ ਕਿਸੇ ਨੂੰ ਲਓ ਜੀ ਉਹ ਸਾਡੇ ਕੋਲ ਆ ਗਿਆ ਸਾਡੇ ਦੂਰ ਦਾ ਮਤਲਬ ਮੇਰੇ ਅੰਮੀ ਦੇ ਮਹੱਲੇਦਾਰ ਸੀ ਸਾਡੇ ਜਾਨ ਕੇ ਮਾਮੂ ਦਾ ਕਲਾਸ ਫੈਲੋ ਸੀ ਉਹ ਆ ਗਿਆ ਉਹਨੇ ਕਬੂਤਰ ਵੇਖ ਲਿਆ ਸਾਡੇ ਕੋਲ ਇੱਕ ਵੈਸ਼ੀ ਕਬੂਤਰ ਵੀ ਹੁੰਦਾ ਸੀ ਤਾਂ ਉਸ ਦੌਰ 'ਚ ਹੁੰਦੇ ਹੀ 100% ਪਿਓਰ ਕਬੂਤਰ ਸਨ ਦੋ ਨੰਬਰ ਹੀ ਨਹੀਂ ਸੀ ਹੁੰਦੀ ਕ੍ਰਾਸ ਨਹੀਂ ਸਨ ਹੁੰਦੇ ਕ੍ਰਾਸ ਆਈ ਨਹੀਂ ਸਨ ਕ੍ਰਾਸ ਵਗੈਰਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕ੍ਰਾਸ ਕੀ ਸਨ ਭਾਈ ਦਾ ਇਹਨਾਂ ਨੂੰ मैं एक होर गल मना कि सियालकोटी नूं सियालकोटी च मार लो ना तो क्रॉस नहीं बनता क्रॉस बनता वे सियालकोटी नूं दूसरे कसूरी च मार लो हाँ जी एस क्रॉस होवे ओ हुंदा क्योंकि इन्हां दे पिछे जदे आपस च रलते हैं
ਉਹ ਸਾਨੂੰ ਕਹਿੰਦਾ ਯਾਰ ਆ ਮੈਨੂੰ ਕਬੂਤਰ ਦੇ ਦਿਓ ਮੈਨੂੰ ਬੜਾ ਚੰਗਾ ਲੱਗਦਾ ਅਸਾਂ ਕਿਹਾ ਨਹੀਂ ਸਾਨੂੰ ਉਸਤਾਦ ਨੇ ਕਿਹਾ ਕਬੂਤਰ ਨਹੀਂ ਦੇਣਾ ਅਤੇ ਬੜਾ ਚੰਗਾ ਕਬੂਤਰ ਹੈ ਅਤੇ ਅਸਾਂ ਨਹੀਂ ਦੇਣਾ ਚਲੋ ਮੈਂ ਤੁਹਾਨੂੰ ਕਸਮ ਚੁੱਕ ਕੇ ਕਹਿੰਦਾ ਵਾਂ ਮੈਂ ਤੁਹਾਨੂੰ ਇੱਕ ਦੋ ਝੋਲੀ ਲੈ ਕੇ ਤਾਂ ਮੈਂ ਦੇ ਦਿਆਂਗਾ ਵਾਪਸ ਅਸੀਂ ਬੱਚੇ ਸਾਂ ਜੀ ਗੱਲਾਂ 'ਚ ਆ ਗਏ ਸਾਂਗੇ ਚਲੋ ਕੋਈ ਗੱਲ ਨਹੀਂ ਮਾਮਾ ਕੋਈ ਗੱਲ ਨਹੀਂ ਲੈ ਆ ਲਓ ਜੀ ਨਾ ਬਾਅਦ ਉਹ ਤੋਂ ਮਾਮਾ ਹੀ ਲੱਭਾ ਅਤੇ ਨਾ ਉਹ ਕਬੂਤਰ ਹੀ ਲੱਭਾ ਨਾ ਕਬੂਤਰ ਤੋਂ ਨਾ ਦੋਵੇਂ ਸ਼ਾਵਾਂ ਚਲੀ ਗਈ ਇੰਝ ਹੀ ਹੁੰਦਾ ਵੇਖੋ ਹੱਥ ਹੋ ਗਿਆ ਨਾ ਜੀ ਇੱਕ ਤਾਂ ਜੀ ਵੀ ਗਵਾਇਆ ਇੱਕ ਕਬੂਤਰ ਵੀ ਗਵਾਇਆ ਅੱਛਾ ਤੁਸੀਂ ਅੱਗੇ ਆਓ ਜੀ ਉੱਥੇ ਫੈਸਲਾਬਾਦ ਲਓ ਉਹ ਮੁੱਕੀ ਗੱਲ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਉਹ ਬੜਾ ਬੜਾ ਮਤਲਬ ਖੁਸ਼ ਹੋਇਆ ਰਾਜ਼ੀ ਹੈ ਅੱਲਾ ਨੂੰ ਲੰਮੀ ਜ਼ਿੰਦਗੀ ਸੇ ਨੇ ਬੜਾ ਪਿਆਰ ਦਾ ਅੱਛਾ ਕਿ ਤੇਰੇ ਕੋ ਨਿਆਬ ਪਰਿੰਦਾ ਪਿਆ ਦਾ ਮਾਸ਼ਾਅੱਲਾ ਰਾਣਾ ਜਾਲ ਸਾਹਿਬ ਨੇ ਵੀ ਯਾਰ ਕਿਸੇ ਤਰੀਕੇ ਨਾਲ ਨਿਆਬ ਪਰਿੰਦਾ ਕਢਾ ਹੀ ਲਓ ਹਾਂ ਇੰਜ ਹੀ ਹੁੰਦਾ ਵੇ ਅਕਸਰੀਅਤ ਜੇ ਤੁਸੀਂ ਦੇਖ ਲਵੋ ਮਾੜਾ ਬੰਦਾ ਵੇਖ ਲਓ ਦੇ ਦੋਗੇ ਨਾ ਉੱਥੇ ਬੰਦਾ ਵੀ ਜਾਂਦਾ ਰਹਿੰਦਾ ਤੇ ਉਹ ਇੰਜ ਜਿਵੇਂ ਮਾਮੂ ਵੀ ਚਲਾ ਗਿਆ ਤਾਂ ਚਲਾ ਗਿਆ ਇਸ ਤਰ੍ਹਾਂ ਹੀ ਹੁੰਦਾ ਮਰ ਗਿਆ ਉਹਨਾਂ ਅੱਛਾ ਉਹਦੇ ਤਾਂ ਪੂਰੀ ਬਰੀਡ ਬਣਾਈ ਅਸਾਂ ਵੇਖਿਆ ਆੜ ਕੋਲ ਅਸਾਂ ਕਹਿਆ ਤੇ ਸਾਡੇ ਲਈ ਕਹਿੰਦਾ ਤੁਹਾਡੇ ਲਈ ਨਾਰੇ ਵੇ ਦੇ ਨਾਲ ਮੈਂ ਮਾਦੀਆਂ ਫੇਰਦਾ ਰਿਆਂ ਹਾਂ ਕਿ ਮੈਂ ਕਿਹਾ ਜ਼ਾਲਮਾ ਇੱਕ ਪੱਟੀ ਬੜਾ ਦੇ ਦੇ ਨਹੀਂ 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 ਉਹ ਮੈਂ ਨਹੀਂ ਵੇਚ ਦਿੰਦਾ ਕਿਸੇ ਨੂੰ ਪਾਕਿਸਤਾਨ ਦੇ ਲੀਜੈਂਡ ਉਸਤਾਦ ਨੇ ਅੱਛਾ ਪਾਕਿਸਤਾਨ ਦੇ ਇੱਕ ਲੀਜੈਂਡ ਉਸਤਾਦ ਨੇ ਅੱਲਾ ਉਹਨਾਂ ਦੀ ਮਗਫਰਤ ਕਰੇ ਆਮੀਨ ਸਿਆਲਕੋਟ ਆਏ ਅੱਛਾ ਇੱਕ ਬੰਦਾ ਸੀ ਦੁਬਈ ਉਹਦੇ ਨਾਲ ਉਹਨਾਂ ਦੇ ਤਲਕ ਬਣੇ ਸਿਆਲਕੋਟ ਆਏ ਸਿਆਲਕੋਟ ਆ ਕੇ ਉਹਦੇ ਇੱਕ ਭਰਾ ਦਾ ਸ਼ੌਕ ਕੀਤਾ ਕਬੂਤਰਾਂ ਦਾ ਕਹਿਣ ਲੱਗਾ ਵਿੱਚ ਮੈਂ ਪੱਠੀ ਦੇ ਦਿਓ ਭਰਾ ਕਹਿਣ ਲੱਗਾ ਮੈਂ ਤਾਂ ਨਹੀਂ ਪੱਠੀ ਦੇਣੀ ਠੀਕ ਹੋ ਗਿਆ ਮੈਂ ਕਿਹਾ ਮੇਰੇ ਸ਼ੌਕ ਦੇ ਮੈਂ ਕਿਸ ਤਰ੍ਹਾਂ ਦੇ ਦਿਆਂ ਕਿਵੇਂ ਦਵਾ ਨਹੀਂ ਪੈਸੇ ਲੈ ਲਓ ਦੇ ਦਿਓ ਮੈਂ ਕਿਹਾ ਨਹੀਂ ਮੈਂ ਨਹੀਂ ਦੇਣੀ ਠੀਕ ਹੈ ਉਹਨੇ ਜਾ ਕੇ ਉਹਦੇ ਭਰਾ ਨੂੰ ਕਿਹਾ ਯਾਰ ਆਪਣੇ ਭਰਾ ਕੋਲ ਸਾਨੂੰ ਪੱਠੀ ਕਢਾ ਕੇ ਦੇ ਠੀਕ ਹੋ ਗਿਆ ਭਰਾ ਵੱਡਾ ਸੀ ਉਹਨੇ ਕਿਹਾ ਦੇ ਬੰਦੇ ਮੇਰੇ ਯਾਰ ਵਾਲੇ ਨੂੰ ਚੁੱਪ ਕਰਕੇ ਆਇਆ ਉਹਨੇ ਕਿਹਾ ਜੀ ਲੈ ਲਓ ਜਿਹੜੀ ਪੱਟੀ ਚੁੱਕਣੀ ਉਹ ਫਿਰ ਬੰਦਾ ਇੱਕ ਦੀ ਨਹੀਂ ਨਹੀਂ ਇਹ ਨਹੀਂ ਕਿ ਇਤਵਾਰ ਕਰ ਲਿਆ ਆਪੀ ਸਪੈਸ਼ਲ ਆਇਆ ਕਿ ਕਿਤੇ ਹੋਰ ਨਾ ਫੜਾ ਦੇਣ ਇੱਕ ਤੇ ਥਾਂ ਫਿਰ ਦੋ ਤਿੰਨ ਮਾਦੀਆਂ ਕੱਢ ਕੇ ਵਿੱਚੋਂ ਲੈ ਗਿਆ ਭਾਂਡੇ ਦਾ ਮੂੰਹ ਖੁੱਲ੍ਹਾ ਤੇ ਸ਼ਰਮ ਕਰ ਲੈਣੀ ਚਾਹੀਦੀ ਇੱਕ ਦੀ ਜੇ ਤੈਨੂੰ ਆਫਰ ਹੋ ਗਈ ਤੂੰ ਇੱਕ ਲੈ 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 ਗਏ ਜਾ ਕੇ ਆਪਣੇ ਕਬੂਤਰਾਂ 'ਚ ਪਾ ਦਿੱਤੀ ਕੋਈ ਅਰਸਾ ਲੰਘਿਆ ਉਸ ਬੰਦੇ ਦਾ ਦਿਲ ਕੀਤਾ ਨਾ ਕਿਹਾ ਚੱਲ ਯਾਰ ਚੱਲਦੇ ਹਾਂ ਉੱਥੇ ਨਾਲ ਯਾਰ ਨੂੰ ਲਿਆ ਉੱਥੇ ਟੁਰ ਕੇ ਜਾ ਕੇ ਸ਼ੌਕ ਕੀਤਾ ਜੀ ਹੁਣ ਉਹ ਕਬੂਤਰਾਂ ਦੇ ਵਿੱਚ ਜਿਹੜੀ ਬਰੀਡ ਵੇਂਦਾ ਪਿਆ ਉਹਨੂੰ ਉਹਨਾਂ ਨੂੰ ਆਪਣਾ ਪਰ ਨਜ਼ਰ ਆਉਣ ਡਿਆ ਆਪਣਾ ਬਿਲਕੁਲ ਉੱਥੇ ਚਿਹਰਾ ਨਜ਼ਰ ਆਉਣ ਲੱਗਾ ਜੀ ਇਹ ਜਨਾਬ ਇਹ ਨਰ ਸਾਡੇ ਘਰ ਦਾ ਫਲਾਣੇ ਨੰਬਰ ਹੈ ਤੇ ਮਾਦੀ ਅਸਾਂ ਬਾਹਰੋਂ ਲਿਆਂਦੀ ਹੈ ਇੰਨਾ ਹੌਸਲਾ ਨਹੀਂ ਪਿਆ ਕਿ ਮਾਦੀ ਯਾਰ ਤੇਰੇ ਕੋਲ ਲਿਆਂਦੀ ਹੈ ਔਰ ਹਕੀਕਤ ਇਹ ਮੇਰੇ ਦੋਸਤ ਜਾਣਦੇ ਨੇ ਔਰ ਜਿਹੜੇ ਵੱਡੇ ਵੱਡੇ ਉਸਤਾਦ ਆ ਉਹ ਜਾਣਦੇ ਨੇ ਕਿਧਰੇ ਵੀ ਚਲੇ ਜਾਓ ਕਬੂਤਰ ਜਦੋਂ ਤੁਸੀਂ ਆਪਣਾ ਵੇਖਣਾ ਨਾ ਉਹ ਕਬੂਤਰ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁੰਦਾ ਜੀ ਬਿਲਕੁਲ ਹਕੀਕਤ ਗੱਲ ਜੀ ਮੈਂ ਬੜਾ ਅਜ਼ਮਾਇਆ ਜੀ ਉਹ ਕਬੂਤਰ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁੰਦਾ ਤੁਹਾਨੂੰ ਵੇਖ ਕੇ ਭਾਵੇਂ ਜਿੱਥੇ ਮਰਜ਼ੀ ਪਿਆ ਜੇ ਯਕੀਨ ਕਰੋ ਇਹਨਾਂ 'ਚ ਇੰਨੀ ਅਕਲ ਹੈ ਜੇ ਐਡੀ ਸਮਾਨ ਦੀਆਂ ਬੁਲੰਦੀਆਂ 'ਚ ਹੋ ਕੇ ਆ ਜਾਂਦਾ ਨਾ ਅਤੇ ਇਹਨੂੰ ਇਨਸਾਨ ਦਾ ਵੀ ਬੜਾ ਪਤਾ ਹੁੰਦਾ ਪਤਾ ਹੁੰਦਾ ਇਹ ਵੇਖ ਕੇ ਬੰਦੇ ਨਾਲ ਗੱਲਾਂ ਕਰ ਰਿਹਾ ਹੁੰਦਾ ਜੀ ਦੇਖੋ ਨਾ ਇੱਕ ਇੱਕ ਬਰੀਡ ਤੁਹਾਡੇ ਘਰ ਪਿਛਲੇ 15 ਤੋਂ 20 ਸਾਲ ਦੀ ਹੈ ਤੁਸੀਂ ਉਹਨੂੰ ਹਰ ਉਸ ਬਰੀਡ ਨੂੰ ਹਰ ਰੰਗ ਦੇ 'ਚ ਲਾਇਆ ਕਸੂਰੀਆਂ 'ਚ ਲਾਇਆ ਫੈਸਲਾਬਾਦੀ ਕਬੂਤਰਾਂ 'ਚ ਲਾਇਆ ਸਿਆਲਕੋਟ 'ਚ ਲਾਇਆ ਉਹਦਾ ਰੰਗ ਇੱਕ ਖਾਸ ਰੰਗ ਹੈ ਜਿਹਨੂੰ ਸਿਰਫ ਤੁਸੀਂ ਪਛਾਣ ਕਰ ਸਕਦੇ ਹੋ ਕਿ ਇਹ ਮੇਰੇ ਘਰ ਦੀ ਬਲੱਡ ਵੇ ਹੁਣ ਕਿਸੇ ਦੇ ਘਰ ਡੁਰ ਗਿਆ ਵੇ ਅਤੇ ਉਹ ਅਗਰ ਕ੍ਰਾਸ ਪਿਆ ਹੋਇਆ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਇਹੋ ਜਿਹਾ ਤਾਂ ਮੇਰੇ ਘਰ ਵੀ ਪੱਠੀ ਪੱਠਾ ਫਲਾਣੇ ਜੋੜੇ ਦਾ ਬਣਿਆ ਹੋਇਆ ਅਤੇ ਇਹ ਮੇਰਾ ਬਲੱਡ ਆ ਵਾ ਅਤੇ ਤੁਸੀਂ ਉਹ ਲਕਾ ਤਾਂ ਨਹੀਂ ਨਾ ਸਕਦੇ ਚੀਜ਼ ਸਰਵਾਜ ਸਾਹਿਬ ਹੁਣ ਤੁਹਾਡੇ ਕੋਲ ਕਿੰਨੀਆਂ ਬਰੀਡਾਂ ਨੇ ਸਾਡੇ ਕੋਲ ਜ਼ਿਆਦਾ ਤਾਂ ਨਹੀਂ ਹੈ ਤਕਰੀਬਨ ਤੇ 4 ਹੋਣੀਆਂ 4 ਜਾਂ 5 ਹੋਣੀਆਂ 4-5 ਕਿਹੜੀ ਜਿਹੜਾ ਅੱਛਾ ਲੱਗਾ ਕਬੂਤਰ ਨਹੀਂ ਅਸੀਂ ਦੇਖੋ ਨਾ ਅਸੀਂ ਸਿੱਧੀ ਗੱਲ ਅਸੀਂ ਤੇ ਸੇਲ ਪਰਚੇਸ ਵਾਲੇ ਬੰਦੇ ਵੀ ਨਹੀਂ ਉਹਦੇ ਤੋਂ ਦੇਖੋ ਸ਼ੁਕੀਨ ਅਸੀਂ ਸ਼ੁਕੀਨ ਸਾਨੂੰ ਸਾਰੇ ਹੀ ਪਸੰਦ ਨੇ ਠੀਕ ਹੈ ਸਾਨੂੰ ਸਿਆਲਕੋਟੀ ਵੀ ਪਸੰਦ ਨੇ ਸਾਨੂੰ ਕਸੂਰੀ ਵੀ ਪਸੰਦ ਨੇ ਮਗਰ ਕਬੂਤਰ ਨਹੀਂ ਇਹ ਕਿ ਤੁਸੀਂ ਆਖੋ ਸਾਨੂੰ ਭਾਜੀ ਦੂਸਰੇ ਤੇ ਸਿੰਪਲ ਐਗਜ਼ਾਮਪਲ ਜੀ ਇਹ ਸਖੀ ਭੱਟੀ ਸਾਹਿਬ ਵਾਲਾ ਕਬੂਤਰ ਹੈ ਠੀਕ ਹੋ ਗਿਆ ਤੇ ਵਹਾਂਦੇ ਤੁਸੀਂ ਕਹੋ ਸਾਨੂੰ ਕਹਿੰਦੇ ਜੀ ਇਹ ਸਖੀ ਭੱਟੀ ਸਾਹਿਬ ਵਾਲਾ ਕਬੂਤਰ ਹੈ ਇਹ ਜੀ ਮੀਆਂ ਨਜ਼ੀਰ ਸਾਹਿਬ ਵਾਲਾ ਟੈਡੀ ਹੈ ਤਾਂ ਕਹੋ ਨਹੀਂ ਜੀ ਨਹੀਂ ਇਹ ਸਾਡੇ ਕੋਲ ਪਿਆ ਤਾਂ ਮੀਆਂ ਨਜ਼ੀਰ ਚੀਜ਼ ਜਿਹੜੀ ਅਸਲ ਹੁੰਦੀ ਉਹੀ ਹੁੰਦੀ ਉਹੀ ਹੁੰਦੀ ਗੱਲ ਹੀ ਇੱਥੇ ਜੇ ਸਿਆਲਕੋਟੀ ਕਬੂਤਰ ਨੇ ਬੁਰੇ ਇਹਨਾਂ 'ਚ ਵੀ ਆਏ ਨੇ ਅੱਛੇ ਇਹਨਾਂ 'ਚ ਵੀ ਆਏ ਨੇ ਠੀਕ ਹੋ ਗਿਆ ਠੀਕ ਹੋ ਗਿਆ ਪ੍ਰੈਜ਼ੈਂਟ ਕੀ ਕਰਦਾ ਤੁਹਾਨੂੰ ਜਿਹੜੀ ਅੱਛੀ ਚੀਜ਼ ਹੈ ਅੱਛੀ ਚੀਜ਼ ਤੁਸੀਂ ਚੁੱਕ ਕੇ ਸਾਡਾ ਇਖਤਲਾਫ ਹੈ ਹੀ ਜ਼ਿਆਦਾ ਹੁੰਦਾ ਜਿਹੜੇ ਸਾਨੂੰ ਗਰੁੱਪਾਂ 'ਚ ਸਾਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿ ਅਸੀਂ ਕਹਿੰਦੇ ਹਾਂ ਕਿ ਯਾਰ ਇੱਕ ਸਾਡੇ ਦੋਸਤ ਨੇ ਬੜੇ ਪਿਆਰੇ ਕਮਰਜ਼ਮਾਨ ਸਾਹਿਬ ਲਾਹੌਰ ਵਾਲੇ ਠੀਕ ਹੋ ਗਿਆ ਫੈਸਲਾਬਾਦ ਅਸੀਂ ਚਲ ਗਏ ਸ਼ਾਦੀ 'ਤੇ ਬਾਕਰ ਸ਼ਾਹ ਸਾਡਾ ਦੋਸਤ ਹੈ ਕਿ ਉਹਦੀ ਸ਼ਾਦੀ 'ਤੇ ਉਤਨਾ ਸਾਰੇ ਕਬੂਤਰ ਪਰਵਰ ਇਕੱਠੇ ਹੋਏ ਸਨ ਕਬੂਤਰਬਾਜ਼ ਦੀ ਸ਼ਾਦੀ ਸੀ ਵਾਪਸੀ 'ਤੇ ਭਾਈ ਕਮਰ ਕਹਿਣ ਲੱਗੇ ਤੁਸੀਂ ਕਾਹਦੇ 'ਤੇ ਆਏ ਹੋ ਅਸੀਂ ਕਿਹਾ ਸੀ ਗੱਡੀ 'ਤੇ ਆਏ ਆਪਣੀ ਯਾਰ ਸਾਨੂੰ ਵੀ ਲੈ ਚੱਲਿਓ ਨਾਲ ਜੀ ਬਿਸਮਿਲਾ ਠੀਕ ਹੋ ਰਸਤੇ 'ਚ ਕਹਿਣ ਲੱਗੇ ਯਾਰ ਤੁਸੀਂ ਕਬੂਤਰ ਵੇਚਣ ਵਾਲੇ ਨੂੰ ਭੈੜਾ ਕਿਉਂ ਕਹਿੰਦੇ ਹੋ
ਜਿਹੜਾ ਠੱਗ ਲਾ ਰਿਹਾ। ਮੈਂ ਕਿਹਾ ਇੱਕ ਮਜ਼ਦੂਰ ਬੰਦਾ ਸਾਊਦੀਆ ਬੈਠਿਆ ਦਿਹਾੜੀ ਲਾਉਂਦਾ, ਧੁੱਪ ਪਸੀਨੇ 'ਚ ਕਮਾਉਂਦਾ, ਤੁਸੀਂ ਉਹਨੂੰ ਵਿਖਾ ਕੇ ਕਿ ਇਹ ਜੀ ਹੀਰਾ ਕਬੂਤਰ ਤੇ ਚੁੱਕ ਕੇ ਤੁਸੀਂ ਸ਼ੀਸ਼ੇ ਦਾ ਟੋਟਾ ਫੜਾ ਛੋੜੋ, ਪੈਸੇ ਉਹਦੇ ਕੋਲ ਤੁਸੀਂ ਸਾਰੇ ਖਿੱਚ ਲਵੋ, ਤੋ ਵਿਚਾਰਾ ਪਿੰਡ ਦਾ ਫਿਰੇ ਮੇਰੇ ਕਦੀ ਕੰਧ ਤੇ ਬਹਿੰਦਾ ਕਦੀ ਕਿਤੇ ਬਹਿੰਦਾ। ਇੰਝ ਹੁੰਦਾ, ਬੜਾ ਹੀ ਹੁੰਦਾ ਇੰਝ, ਇੰਝ ਵਾਕਈ ਹੁੰਦਾ। ਮੇਰੇ ਦੋਸਤਾਂ ਨੇ, ਦੋਸਤ ਕਾਫੀ ਜਗ੍ਹਾ ਨੇ ਬਾਹਰ ਨੇ, ਔਰ ਬੜੇ ਸਾਰਿਆਂ ਨੂੰ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਨਾ ਅਗਰ ਲਾਂਗ ਤਾਂ ਬੜੀ ਲੰਮੀ ਬੁਰੀ ਗੱਲ ਵੀ ਹੋ ਜਾਂਦੀ ਹੈ ਨਾਲੇ। ਚਲੋ, ਔਰ ਮੇਰੇ ਦੋਸਤਾਂ ਨੂੰ ਬੜਿਆਂ ਨੂੰ ਠੱਗ ਲੱਗਾ, ਔਰ ਮੈਂ ਕਹਿੰਦਾ ਉਹਨਾਂ ਨੂੰ ਚਾਹੀਦਾ ਬਚਣਾ, ਤੇ ਜਿਹੜੇ ਲਾਉਂਦੇ ਨੇ ਤੇ ਯਾਰ ਉਹਨਾਂ ਨੂੰ ਚਾਹੀਦਾ ਥੋੜਾ ਜਿਹਾ ਖਿਆਲ, ਅੱਲਾ ਭਲਾ ਕਰੇ ਜੀ ਉਹਨਾਂ ਦਾ, ਉਹਨਾਂ ਨੂੰ ਅੱਲਾ ਕਲ ਦੇ। ਜਿਹੜੇ ਲੋਕ ਨੇ ਨਾ ਉਹ ਸਮਝੋ ਜਿਵੇਂ ਪਰਦੇਸੀ ਨੇ, ਮਜ਼ਦੂਰ ਬੰਦੇ ਨੇ ਉਹ। ਮੈਂ ਕਹਿੰਦਾ ਸਰੋਇਆ ਸਾਹਿਬ ਉਹ ਸਮਝੋ ਕਿ ਜਿਵੇਂ ਜੇਲ੍ਹ 'ਚ ਬੈਠਾ ਨਾ, ਫਿਰ ਮੁਲਾਕਾਤ ਆ ਜਾਂਦੀ, ਬਿਲਕੁਲ, ਤੇ ਉੱਥੇ ਨਹੀਂ ਮੁਲਾਕਾਤ ਜਾਂਦੀ, ਬਿਲਕੁਲ ਹਾਂਜੀ। ਤੇ ਉਹ ਜੇਲ੍ਹ ਤੋਂ ਵੀ ਔਖਾ ਕੰਮ ਨੇ, ਤੇ ਯਾਰ ਉਹ ਪਤਾ ਨਹੀਂ ਕਿਵੇਂ ਵਿਚਾਰੇ ਪੈਸੇ ਕਮਾਉਂਦੇ ਆ, ਮਜ਼ਦੂਰੀ ਕਰਦੇ, ਤੇ ਯਾਰ ਤੁਹਾਡੀ ਮਿਹਰਬਾਨੀ ਉਹਨਾਂ ਨੂੰ ਨਾ ਲਾਇਆ ਕੋਈ ਠੱਗ ਮੇਰੇ ਵਰਗਿਆਂ ਨੂੰ। ਤੁਹਾਨੂੰ ਮਜ਼ੇ ਦੀ ਗੱਲ ਸੁਣਾਉਂਦੇ ਆ, ਹੌਲੀ ਹੌਲੀ ਸਮਾਨ ਸਾਹਿਬ, ਮਜ਼ੇ ਦੀ ਗੱਲ ਅਸੀਂ ਨਾਂ ਨਹੀਂ ਲਵਾਂਗੇ ਜੀ, ਸਾਡੇ ਤੁਹਾਡੇ ਅੰਗਰਾ ਮੀਡੀਆ ਪਰਸਨ ਹੀ ਇਹ ਬੰਦਾ ਐਂਕਰ। ਅੱਛਾ, ਅੱਲਾ ਉੱਤੇ ਆਪਣੀ ਰਹਿਮਤ ਕਰੇ, ਤੁਹਾਨੂੰ ਅੱਛਾ ਅੱਛਾਈ ਵੱਲ ਲਿਆਏ ਜੀ, ਆਮੀਨ। ਮੈਂ ਲਾਈਵ ਹੋਇਆ ਤੇ ਇੱਕ ਮੇਰਾ ਵੀਵਰ ਬਹੁਤ ਪੁਰਾਣਾ, ਲਾਈਵ ਬੜੇ ਆ ਰਹੇ ਆ ਸੁਣ ਤੇ, ਮੇਰਾ ਵੀਵਰ ਲਾਈਵ ਹੋਇਆ। ਅੱਛਾ, ਮੈਂ ਜੀ ਪਾਕਿਸਤਾਨ ਦਾ ਅਲਹਮਦੁਲਿਲਾ ਵਾਹਿਦ ਬੰਦਾ ਵਾਂ ਜਿਹਨੂੰ ਇੱਕ ਟਾਈਮ 'ਚ 36,000 ਵਿਊ ਪਿਆ ਸੀ ਅਲਹਮਦੁਲਿਲਾ। ਅੱਛਾ, ਮਾਸ਼ਾਅੱਲਾ। ਤੇ ਉਸ ਟਾਈਮ ਕਾਮਰਾਨ ਬਾਸ ਨਕਵੀ ਸਾਹਿਬ ਇੱਕ ਮੀਡੀਆ ਦਾ ਨਾਂ ਸਨ, ਹੁਣ ਵੀ ਰਹੇ ਨੇ ਮਾਸ਼ਾਅੱਲਾ। ਉਹਨੇ ਮੈਨੂੰ ਸਪੈਸ਼ਲ ਫੋਨ ਕਰਕੇ ਤੇ ਮੁਬਾਰਕਬਾਦ ਦਿੱਤੀ ਸੀ ਜੀ, ਮਾਸ਼ਾਅੱਲਾ, ਤੇ ਮੈਨੂੰ ਮਿਲਣ ਆਏ ਸਨ। ਵੈਰੀ ਗੁੱਡ। ਤੇ ਬਸ ਅਸੀਂ ਜਿਹੜਾ ਨਾ, ਕਿਉਂ ਮੈਂ ਪਿੱਛੇ ਹੋ ਗਿਆ ਵਾਂ, ਬਾਰ ਬਾਰ ਆਈਡੀਆਂ ਬਲਾਕ ਕਰਾਉਣਾ, ਬਾਰ ਬਾਰ ਜਿਹੜਾ ਰਿਪੋਰਟ ਕਰਨਾ, ਇਹ ਬੜੀ ਜ਼ਿਆਦਾ ਫਜ਼ੂਲ ਇੱਕ ਹਰਕਤ ਹੈ। ਹੁਣ ਰੀਸੈਂਟਲੀ ਸਾਡਾ ਛੋਟਾ ਵੀਰ ਹੈ ਨਵਾਂ, ਕਾਸ਼ਫ ਚਨਿਊਟੀ ਉੱਠਣ ਡਿਆ, ਉਹ ਵੀ ਵਿਚਾਰਾ ਮਾੜਾ ਬੰਦਾ, ਉਹ ਕਰ ਰਿਹਾ, ਤੁਸੀਂ ਉਹਨੂੰ ਵੀ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ। ਸਿਰਫ ਤੁਹਾਨੂੰ ਤਾਂ ਲੱਭਣਾ ਹੀ ਨਹੀਂ, ਤੁਸੀਂ ਕਿਸੇ ਦਾ ਰਿਜ਼ਕ ਬੰਦ ਕਰ ਦਿਓ, ਰੱਬ ਨੇ ਤੁਹਾਡਾ ਕਰ ਦੇਣਾ, ਕਰ ਦੇਣਾ ਹੈ, ਠੀਕ ਹੈ। ਤੁਸੀਂ ਕਿਸੇ ਦਾ ਰਿਜ਼ਕ ਖੋਲੋਗੇ, ਰੱਬ ਤੁਹਾਡਾ ਵੀ ਖੋਲੇਗਾ। ਉਹ ਮਿਲਿਆ ਸਰ ਮੈਨੂੰ, ਬੜਾ ਅੱਛਾ ਬੰਦਾ, ਬੜਾ ਬੀਬਾ ਬੰਦਾ, ਸਾਰੀ ਆਦਮੀ ਹੈ ਤੇ ਬੜਾ ਨਾਈਸ ਨਾਈਸ ਬੰਦਾ ਹੈ। ਮੈਂ ਲਾਈਵ ਹੋਇਆ ਫੇਸਬੁੱਕ ਤੇ ਬੈਠਾ ਹੈ ਤੇ ਇੱਕ ਮੇਰਾ ਬਹੁਤ ਪੁਰਾਣਾ ਵੀਵਰ ਹੈ, ਯਾਨੀ ਕਿ 8-10 ਸਾਲਾਂ ਤੋਂ। ਅੱਛਾ, ਮਾਸ਼ਾਅੱਲਾ। ਉਹਨੇ ਕਿਹਾ ਮਹਿਰ ਭਾਈ ਮੈਂ ਗੱਲ ਕਰਨਾ ਚਾਹੁੰਦਾ, ਤੇ ਮੈਨੂੰ ਇਜਾਜ਼ਤ ਹੈ? ਮੈਂ ਜੀ ਕਰੋ, ਮਗਰ ਕਿਸੇ ਉਸਤਾਦ ਦੀ ਬਿਸਤੀ ਨਾ ਹੋਏ, ਕਿਸੇ ਦੀ ਤੁਹੀਨ ਨਾ ਹੋਏ, ਗੱਲ ਕਰੋ। ਉਹਨੇ ਕਹਿੰਦੇ ਉਸਤਾਦ ਦੀ ਬਿਸਤੀ ਨਹੀਂ ਹੁੰਦੀ। ਇਹਨੇ ਕਿਹਾ ਜੀ ਮੈਂ ਫਲਾਂ ਬੰਦੇ ਕੋਲ ਕਬੂਤਰ ਲਏ ਨੇ 1,40,000 ਦੇ। ਅੱਛਾ, 6 ਕਬੂਤਰ। ਅੱਛਾ, 1,40,000 ਦੇ 6 ਕਬੂਤਰ, 6 ਕਬੂਤਰ ਲਏ ਨੇ। ਉਹਨਾਂ ਦੇ ਬੱਚੇ ਨਹੀਂ ਉੱਡੇ, ਉੱਡ ਰਹੇ ਨੇ। ਮੈਂ ਉਹਨਾਂ ਨੂੰ ਆਖਿਆ ਕਿ ਨਹੀਂ ਬੱਚੇ ਉੱਡੇ। ਉਹਨਾਂ ਕਿਹਾ ਮੈਨੂੰ 4 ਕਬੂਤਰ ਤੂੰ ਵਾਪਸ ਭੇਜ ਦੇ। ਉਹਨਾਂ 4 ਮੈਨੂੰ ਭੇਜ ਕੇ ਤੇ ਫਿਰ ਇੱਕ ਨਰ ਤੇ ਮਾਦੀ ਭੇਜੇ ਨੇ ਉਹਨਾਂ ਪੈਸਿਆਂ 'ਚ। ਤੇ ਉਹਨਾਂ ਕਿਹਾ ਨਰ ਉਸ ਮਾਦੀ ਨਾਲ ਲਾ ਦਿਓ ਅਤੇ ਉਹ ਮਾਦੀ ਇਸ ਨਰ ਨਾਲ ਲਾ ਦਿਓ। ਅਤੇ ਮੈਂ ਕਿਹਾ ਕਿ ਇਹਨਾਂ ਦੀ ਗਰੰਟੀ ਦਿੰਦੇ ਹੋ ਕਿ ਉੱਡਣਗੇ? ਤੋ ਆਲਾ ਹਜ਼ਰਤ ਨੇ ਅੱਗੋਂ ਕੀ ਆਖਿਆ ਸਾਡੇ ਜਿਹੜੇ ਮੀਡੀਆ ਪਰਸਨ, ਉਹਨਾਂ ਕਿਹਾ ਇਹਦੇ 'ਚ ਕੋਈ ਮੋਟਰ ਲੱਗੀ ਹੈ ਜਿਹਦੀ ਗਰੰਟੀ ਦੇ ਆਮ ਹੈ, ਕਬੂਤਰਾਂ ਦੀ ਕੋਈ ਗਰੰਟੀ ਨਹੀਂ ਹੁੰਦੀ। ਯਾਰ ਹਾਲਾ ਵੇਖੋ ਤੁਸੀਂ, ਮੋਟਰ ਦੀ ਤੇ ਇਲੈਕਟ੍ਰੋਨਿਕ ਚੀਜ਼ ਹੈ, ਉਹਦੀ ਤੇ ਗਰੰਟੀ ਨਹੀਂ ਹੁੰਦੀ, ਉਹ ਤੇ ਸੜ ਜਾਏਗਾ ਜਾਂਦਾ। ਕਬੂਤਰ ਦਾ ਤੇ ਚਲੋ ਥੋੜਾ ਪਤਾ ਦਿੱਤਾ। ਅਗਲਾ ਉਹਨਾਂ ਦਾ ਜਿਹੜਾ ਅਗਲਾ ਸਵਾਲ ਸੀ ਨਾ, ਜਵਾਬ, ਉਹ ਉਸ ਤੋਂ ਵੀ ਮਜ਼ਾਕਾ ਖੇਜ਼ ਸੀ। ਅੱਛਾ, ਉਹ ਕੀ ਉਹਨੇ ਕਿਹਾ? ਦਿਲ, ਉਹ ਦਿਲ ਨੇ ਕਿਹਾ ਕਿ ਨਹੀਂ ਭਾਈ ਨੇ, ਉਸਤਾਦਾਂ ਨੂੰ ਤੇ ਪਤਾ ਹੁੰਦਾ ਕਿ ਕਬੂਤਰ ਕਿਹੜਾ ਚੰਗਾ ਤੇ ਕਿਹੜਾ ਨਹੀਂ। ਬਿਲਕੁਲ ਚੰਗਾ ਪਤਾ ਹੁੰਦਾ, ਕਿਉਂ ਨਹੀਂ? ਅੱਗੋਂ ਨਾ ਹਜ਼ਰਤ ਦਾ ਜਵਾਬ ਸੀ, ਉਸਤਾਦਾਂ ਨੂੰ ਵੀ ਕੋਈ ਪਤਾ ਨਹੀਂ ਹੁੰਦਾ, ਐਵੇਂ ਟੇਵੇ ਲਾਉਂਦੇ ਨੇ ਸਾਰੇ। ਨਹੀਂ 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 ਅੱਛਾ, ਫਿਰ ਅਗਲੀ ਗੱਲ ਕਰ ਲਓ। ਫਿਰ ਉਹਨੇ ਵੱਖਰਾ ਨੂੰ ਮੈਸੇਜ ਕੀਤਾ, ਉਹਨੇ ਮੈਨੂੰ ਰਿਟਰਨ ਕੀਤਾ ਮੈਸੇਜ, ਉਹਨੇ ਕਿਹਾ ਤੂੰ ਹੁਮੈਰ ਸੁਲਤਾਨ ਦੇ ਪ੍ਰੋਗਰਾਮ 'ਚ ਤੂੰ ਸ਼ੁਰੂ ਹੋ ਗਿਆ ਸੀ, ਤੂੰ ਮੈਨੂੰ ਫੋਨ ਕਰ ਲੈਣਾ ਸੀ, ਤੇ ਤੈਨੂੰ ਮੇਰੇ ਨਾਲ ਗਿਲਾ ਸ਼ਿਕਵਾਇਆ ਸੀ, ਤੇ ਤੂੰ ਮੋਹਲਤ ਹੀ ਕਿਉਂ ਦਿੱਤੀ? 1,40,000 ਤੂੰ ਲੈ ਰਿਹਾ, ਮਜ਼ਦੂਰ ਬੰਦਾ ਬਾਹਰ ਸਾਊਦੀਆ ਦਿਹਾੜੀਆਂ ਲਾਉਂਦਾ, ਉਹ ਅੱਲਾ ਮਾਫੀ ਦੇ ਬਿਚਾਰੇ, ਬੜਾ ਮਜ਼ਬੂਰ ਹੋ ਗਿਆ। ਥੋੜੀ ਗਰਮੀ ਉੱਥੇ, ਤੂੰ 20-25 26,000 30,000 ਤਨਖਾਹ, ਕੀ ਤਨਖਾਹ ਆਉਂਦੀ ਕਿਸੇ ਦੀ? ਯਕੀਨ ਜਾਣੋ ਕਿ ਮੈਨੂੰ ਆਉਂਦੇ ਨੇ ਬੰਦਿਆਂ ਦੇ ਫੋਨ, ਕਈਆਂ ਦੇ ਸਾਨੂੰ ਫਲਾਣਾ ਬੱਚਾ ਦਿਓ, ਸਾਨੂੰ ਫਲਾਣੇ ਜੋੜੇ ਦਿਓ। ਮੈਂ ਯਾਰ ਮੈਂ ਨਹੀਂ ਸੇਲ ਕਰਦਾ, ਮੈਂ ਸੇਲ ਹੀ ਨਹੀਂ ਕਰਦਾ, ਸਾਡੇ ਆਪਣੇ ਸ਼ੌਕ ਦੇ ਨਹੀਂ ਪੂਰੇ ਹੁੰਦੇ, ਸਾਡੇ ਆਪਣੇ ਸ਼ੌਕ ਨਹੀਂ ਪੂਰੇ। ਦੇਖੋ ਜੀ, ਮੇਰੇ ਕੋਲ ਇੱਕ ਮੇਰੀ ਜਿਹੜੀ ਨਸਲ ਪਾਰਸ 20 ਸਾਲਾਂ ਤੋਂ ਬਣਾ ਰਿਹਾ, ਮੇਰੇ ਕੋਲ 7-8 ਨਰ ਨੇ, ਮਾਦੀ ਨਿਕਲਦੀਆਂ ਨੇ। ਅੱਛਾ, ਮਗਰ ਉਹ ਬਰੀਡਿੰਗ ਲਿਮਿਟਿਡ ਹੈ ਮੇਰੇ ਕੋਲ, ਮਰ ਵੀ ਜਾਂਦੇ, ਕਿੱਥੋਂ ਆ ਜਾਂਦੇ ਨੇ ਲੋਕਾਂ ਕੋਲ ਇੰਨਾ ਕਬੂਤਰ? ਮੈਨੂੰ ਦੱਸੋ, ਮਰਦੇ ਵੀ ਤੇ ਆਏ ਨੇ ਨਾ, ਜ਼ਿੰਦਗੀ ਮੌਤ ਹੈ, ਬੜੇ ਮਰਦੇ, ਕਿੱਥੋਂ ਆ ਜਾਂਦਾ ਇੰਨਾ ਕਬੂਤਰ ਕਿ ਕੋਈ ਬਰੀਡ ਹਜ਼ਾਰਾਂ ਦੇ ਹਿਸਾਬ ਨਾਲ ਪੂਰੀ ਦੁਨੀਆ 'ਚ ਵਿਕਣ ਡਈ ਹੈ।
ਨਹੀਂ ਅਭੀ ਅਭੀ ਤਾਂ ਸੋਚਣ ਵਾਲੀ ਗੱਲ ਨਾ, ਅਸੀਂ ਵੀ ਇੱਕ ਗਰੁੱਪ ਦੇ ਵਿੱਚ ਗੱਲ ਹੋਈ ਨਾ ਇਸ ਚੀਜ਼ ਦੀ, ਮੈਂ ਕਿਹਾ ਜੀ ਕਿਹੜੀ ਐਸਾ ਪੋਲਟਰੀ ਫਾਰਮ ਹੈ ਜਾਂ ਕਬੂਤਰ ਫਾਰਮ ਹੈ ਜਿੱਥੇ ਸਮਝ ਨਹੀਂ ਆਉਂਦੀ ਕਿ ਜਨਾਬ ਮਹੀਨੇ ਜੇ 10,000 ਬੱਚਾ ਇਕੱਠਾ ਹੋ ਜਾਂਦਾ, 20 ਸਾਲ ਹੋ ਗਏ ਨੇ ਸਾਨੂੰ ਵੀ ਕੋਈ ਦੱਸ ਛੱਡੋ ਕਿਹੜਾ ਦਾਣਾ ਪਾਉਂਦੇ, ਕਿਹੜੀ ਟ੍ਰੀਟਮੈਂਟ ਕਰਦੇ ਹੋ, ਅੱਲਾਹ ਦੇ ਫਜ਼ਲ ਨਾਲ ਅਲਹਮਦੁਲਿਲਾ ਹਰ ਚੀਜ਼ ਅਫੋਰਡ ਕਰ ਸਕਦੇ, ਅਸੀਂ ਆਪਣਾ ਕਬੂਤਰ ਵਧਾਉਣੇ ਨੇ। ਮੈਂ ਤਾਂ ਕਹਿੰਦਾ ਹੀ ਰਹਿੰਦਾ ਤੁਹਾਡੇ ਪਲੇਟਫਾਰਮ ਦੇ ਥਰੂ ਵੀ ਜਿਹੜਾ ਨਾ ਲੋਕਾਂ ਨੂੰ ਅਵੇਅਰਨੈਸ ਦਾ ਮੈਸੇਜ ਹੈ ਕਿ ਇਕੱਠੇ ਇਕੱਠੇ 30-30 40-40 100-100 ਕਬੂਤਰ ਨਾ ਖਰੀਦ ਲਿਆ ਕਰੋ, ਇੱਕੋ ਹੀ ਕਰੋ, ਉਹਨਾਂ ਕੋਲ ਟ੍ਰਾਇਲ ਦਿਓ, 3 ਕਬੂਤਰ ਭੇਜੋ, 3 ਬੱਚੇ ਉੱਡਣਗੇ ਤਾਂ ਮਗਲੇ ਲਾਹਾਂਗਾ। ਬਿਲਕੁਲ ਕੀ ਗੱਲ, ਅਸਲ ਤਰੀਕਾ ਹੈ ਵੀ ਤੁਸੀਂ ਇਕੱਠੇ ਹੋ ਜਾਂਦੇ ਹੋ, ਸੋ ਮੈਂ ਸਾਡੀ ਵੀ ਗਲਤੀ ਹੈ, ਬੜੀ ਪਤੇ ਦੀ ਗੱਲ ਜੇ ਸਾਡੀ ਵੀ ਗਲਤੀ ਹੈ। ਮੈਂ ਇੱਕ ਗਿਆ ਦੋਸਤ ਸਾਡੇ ਨੇ ਮੇਰੇ ਵੀਵਰ ਹੀ ਸਨ, ਉਹਨਾਂ ਨਹੀਂ ਸੀ ਪਤਾ ਕਿ ਮੈਂ ਇਹਨਾਂ ਦਾ ਛੋਟਾ ਭਾਈ ਹਾਂ, ਇਹਨਾਂ ਕੋਲ ਆਏ ਮੈਨੂੰ ਵੇਖ ਕੇ ਉਹ ਖੁਸ਼ ਹੋ ਗਏ, ਕਹਿੰਦੇ ਤੁਹਾਡੇ ਭਾਈ ਮੈਂ ਮੁਲਾਕਾਤ ਹੋ ਗਈ, ਮੈਂ ਮਿਲਣਾ ਚਾਹੁੰਦਾ ਸਾਂ, ਸਾਨੂੰ ਲੈ ਕੇ ਕਹਿੰਦੇ ਚਲੋ ਲਾਹੌਰ ਚੱਲਦੇ ਹਾਂ ਇੱਕ ਜਗ੍ਹਾ 'ਤੇ, ਨਾ ਨਹੀਂ ਲਾਂਗੇ ਅਸੀਂ ਨਾ ਨਹੀਂ ਲਾਂਗੇ ਕਿਸੇ ਦਾ ਵੀ, ਨਹੀਂ ਯਾਰ ਇੱਕ ਕੋਈ ਸ਼ਹਿਰ ਉਹਨਾਂ ਕੋਲ ਕਿਸੇ ਦਾ ਨਾਮ ਹੀ ਨਹੀਂ ਲੈਂਦੇ, ਬਜ਼ੁਰਗਾਂ ਕੋਲ ਗਏ, ਬਜ਼ੁਰਗਾਂ ਕੋਲ ਗਏ, ਬਾਕੀ ਜਿਹੜਾ ਵੇਚਦਾ ਉਹ ਸਮਝ ਤੇ ਜਾਂਦਾ ਹੀ ਹੈ, ਮੇਰੀ ਗੱਲ ਹੋ ਰਹੀ ਹੈ। ਹਾਂ ਬਿਲਕੁਲ ਪਤਾ ਲੱਗ ਜਾ ਤੁਹਾਨੂੰ, ਬਜ਼ੁਰਗਾਂ ਕੋਲ ਗਏ, ਬਜ਼ੁਰਗਾਂ ਨੇ ਬੜੀ ਸਾਨੂੰ ਗੱਲਾਂ ਸੁਣਾਈਆਂ, ਅਸੀਂ ਦੇਖੋ ਅਸੀਂ ਜਾਂਦੇ ਹਾਂ ਨਾ ਅਸੀਂ ਸੁਣਨੇ ਹੀ ਆ, ਅਸੀਂ ਸੁਣਾਉਂਦੇ ਨਹੀਂ, ਸਾਨੂੰ ਜਿੰਨਾ ਕਿਸੇ ਪੁੱਛਣਾ ਸੀ ਉਹਨਾਂ ਜਵਾਬ ਦੇ ਦੇਣਾ। ਅੱਛਾ ਜਿੰਨਾ ਕੋਈ ਲੰਮਾ ਉਹਨਾਂ ਦਾ ਡਾਇਲੌਗ ਭਲਾ ਕੀ ਸੀ, ਪੌਂਦੜੀ ਕਹਿੰਦਾ ਤੁਸੀਂ ਮੇਰੇ ਜੋੜੇ ਵੇਖੇ ਨਾ ਤੁਸੀਂ ਸਿਆਲਕੋਟ ਭੁੱਲ ਜਾਣਾ, ਮੈਂ ਕਿਹਾ ਤੇ ਫਿਰ 5 ਮਰੇ ਦਾ ਪਲਾਟ ਨਾਲ ਦੀ ਲੈ ਦਿਓ, ਅਸੀਂ ਇੱਥੇ ਰਹੀ ਜਾਂਦੇ ਹਾਂ, ਸਿਆਲਕੋਟ ਵਾਪਸ ਜਾਂਦੇ ਹੀ ਨਹੀਂ, ਮੈਂ ਕਿਹਾ ਚਾਚਾ ਜੀ ਤੁਸੀਂ ਕਬੂਤਰ ਵੇਖੋ ਨਾ ਸਿਆਲਕੋਟੀ, ਤੁਸੀਂ ਪੈਰਾਂ ਬਾਹਰ ਉੱਥੇ ਬਹਿ ਜਾਣਾ। ਚਾਚੇ ਹੋਰਾਂ ਕੋਲ ਅਸਾਂ ਕਬੂਤਰ ਦੇਖੇ 2 ਜੋੜੇ ਸਟਾਰ 'ਚ, ਉਹਨਾਂ ਦਿਖਾਏ ਸਾਨੂੰ, ਕਮਾਲ ਕਮਾਲ ਦੇ ਕਮਾਲ ਦੇ ਮੇਰੇ ਲਾਹੌਰ ਦੇ ਵਿੱਚ ਬੜੇ ਬੜੇ ਪਿਆਰ ਵਾਲੇ ਬੰਦੇ ਨੇ, ਇੱਕ ਦੋ ਚਾਰ ਨਹੀਂ ਸੈਂਕੜਿਆਂ ਦੇ ਹਿਸਾਬ ਨਾਲ ਨੇ, ਬੜੇ ਪਿਆਰ ਵਾਲੇ ਨੇ, ਉਹਨਾਂ ਨੂੰ ਮਿਲਦੇ ਆ ਮਜ਼ਾ ਆਉਂਦਾ, ਮਿਲਦਾ ਉਹਨਾਂ ਦੀ ਗੁਫ਼ਤਗੂ ਸੁਣ ਕੇ ਮਜ਼ਾ ਆਉਂਦਾ। ਮੈਂ ਉਹਨਾਂ ਨੂੰ ਗਿਣਤੀ 'ਚ ਨਹੀਂ ਲਿਆਂਦਾ ਜਿਹੜੇ ਇੰਤਸ਼ਾਰ ਫੈਲਾਉਂਦੇ ਨੇ ਵਟਸਐਪ ਗਰੁੱਪਾਂ ਦੇ ਵਿੱਚ, ਲੋਕ ਜੋ ਕਲਾਈ ਰੱਖਦੇ ਨੇ ਜਾਂ ਆਪਣਾ ਮੰਜਣ ਵੇਚਣ ਦੇ ਚੱਕਰਾਂ 'ਚ ਲੱਗੇ ਰਹਿੰਦੇ, ਮੈਂ ਉਹਨਾਂ ਨੂੰ ਗਿਣਤੀ 'ਚ ਨਹੀਂ ਲਿਆਂਦਾ। ਬੜੇ ਅੱਛੇ ਉਹਨਾਂ ਜੋੜੇ ਦਿਖਾਏ, ਬੇਸਿਕਲੀ ਅਸੀਂ ਖਰੀਦਣ ਬੱਚੇ ਗਏ ਸਾਂ, ਉਹਨਾਂ ਜੋੜੇ ਵਿਖਾਏ ਕਿ ਇਹ ਦੇਖੋ ਜੀ, ਪਹਿਲਾਂ ਉਹਨਾਂ ਕਿਹਾ ਜੀ ਮੈਂ ਇੰਟਰਵਿਊ ਤਾਂ ਦਿਆਂਗਾ, ਇੰਟਰਵਿਊ ਨਾਲ ਕਰਨਾ ਸੀ, ਇੰਟਰਵਿਊ ਤਾਂ ਦਿਆਂਗਾ ਮੇਰੇ ਵਿਕਣਗੇ ਤੇ, ਅੱਛਾ ਅੱਛਾ ਜੀ ਵਿਕਣਗੇ, ਤੁਸੀਂ ਇੰਟਰਵਿਊ ਦਿਓ। ਲਓ ਜੀ ਵੇਖੇ ਉਹਨਾਂ ਵਿਖਾਏ, ਪਹਿਲਾਂ ਤੁਹਾਨੂੰ ਸਮਝਿਆ ਕਿ ਕੋਈ ਤੁਰਦੇ ਫਿਰਦੇ ਆਏ, ਕਰਦਿਆਂ 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 ਐਂਡ ਦੇ ਕਬੂਤਰਾਂ 'ਚ ਇੱਕ ਕਬੂਤਰ ਆਇਆ, ਉਹ ਸਾਡਾ ਨਾ ਸਾਡੇ ਬੈਡ ਲੱਕ ਕਹਿ ਕੇ ਅਸੀਂ ਦੋਨੇ ਨਾ ਜਦੋਂ ਅਪਡੇਟ ਆ, ਕਬੂਤਰ ਪਹਿਲਾਂ ਕਬੂਤਰ ਕ੍ਰਾਸ ਬਰੀਡ ਸੀ, ਸਿਆਲਕੋਟੀ ਜ਼ਿਆਦਾ ਸੀ, ਕਸੂਰੀ ਵੀ ਉਹਦੇ ਚ ਟੱਚ ਸੀ, ਮਗਰ ਕਸੂਰੀ ਨਾ ਟੈਡੀ ਸੀ ਨਾ ਕਮੱਗਰ ਸੀ, ਫਿਰੋਜ਼ਪੁਰੀ ਕਬੂਤਰ, ਫਿਰੋਜ਼ਪੁਰੀ ਪਿੱਛੇ। ਮੈਂ ਕਿਹਾ ਕਬੂਤਰ ਦਾ ਬੱਚਾ ਹਨੇਰਿਆਂ 'ਚ ਵੀ ਲੱਥੇਗਾ, ਵੈਰੀ ਗੁੱਡ, ਉਹ ਬਾਬੇ ਹੋਰਾਂ ਦਾ ਮੂੰਹ ਖੁੱਲ੍ਹ ਗਿਆ, ਉਹਨਾਂ ਕਹਿੰਦੇ ਬੱਚੇ ਵਾਕਈ ਹਨੇਰੇ 'ਚ ਲੱਥਦੇ ਨੇ, ਠੀਕ ਹੋ ਗਿਆ। ਵੇਖ ਕੇ ਅਸੀਂ ਕਿਹਾ, ਹੁਣ ਉਹ ਅਸਾਂ ਕਿਹਾ ਜੀ ਸਾਨੂੰ ਬੱਚੇ ਚਾਹੀਦੇ ਨੇ, ਉਹ ਜਿਹੜੇ ਪਹਿਲੇ 2 ਜੋੜੇ ਵਿਖਾਏ ਨੇ ਉਹਨਾਂ ਦੇ ਦਿਓ, ਬਾਬੇ ਹੋਰੀ ਸੁਣਨ ਹੋ ਗਏ ਉੱਥੇ ਹੀ। ਅੱਛਾ, ਉਹ ਜਦ ਸਾਡੇ ਨਾਲ ਗਿਆ ਸੀ ਉਹਨੇ ਕਿਹਾ ਤੂੰ ਗੱਲ ਕੀਤੀ ਹੈ ਕਿ 1,000 ਰੁਪਏ ਪਾਰੇ, ਉਹ 2 ਜੋੜਿਆਂ ਦੀ ਬੱਚੇ ਦੇ ਦੇ ਉਹਨਾਂ ਨੂੰ, ਖੈਰ ਉਹ ਬਾਬਿਆਂ ਹੋਰਾਂ ਉਹ ਦਿੱਤੇ 2, ਨਾ ਆਪਣੀ ਮਰਜ਼ੀ ਦੇ ਸਾਨੂੰ ਦਿੱਤੇ ਜੀ ਇਹ ਵੀ ਖੜੋ, ਅਸੀਂ ਉਹ ਵੀ ਖਰੀਦ ਲਏ, ਮਜਬੂਰੀ ਸੀ ਉਹ ਲੈਣੇ, ਉਹ ਵੀ ਠੀਕ ਲੈਣੇ ਨੇ ਤੇ ਲੈਣੇ ਨੇ, 6 ਲੈਣੇ ਸਨ, ਅਸਾਂ 7-8 ਲੈਣੇ ਸਨ, ਸਾਨੂੰ ਸਮਝ ਨਾ ਲੱਗੀ, 10 ਵੀ ਲੈ ਲੈਂਦੇ, ਸਾਨੂੰ 2 ਜੋੜਿਆਂ ਦੇ 4 ਬੱਚੇ ਪਸੰਦ ਆਏ, ਅਸੀਂ ਕਿਹਾ ਉਹਨੇ ਕਿਹਾ ਜੀ ਆਹ 2 ਹੋਰ, ਮੈਂ ਚਲੋ ਯਾਰ ਲੈ ਲਓ, ਕੋਈ ਗੱਲ ਜਿੱਥੇ 4 ਲਏ ਨੇ ਨਾ 2-4 ਹਜ਼ਾਰ ਦੀ ਕੋਈ ਗੱਲ ਨਹੀਂ, ਵੀ ਸੁੱਟ ਲਓ। ਅਸੀਂ ਆ ਗਏ, 4 ਜਿਹੜੇ ਬੱਚੇ ਸਨ ਅਸਾਂ ਰੋਕ ਲਏ ਜੋੜਿਆਂ ਵਾਸਤੇ, ਉਹ 2 ਬੱਚੇ ਨਾ ਗਜਾਏ, ਸਾਡੇ ਦੋਸਤ ਨੂੰ ਵੀ ਗਿਫਟ ਮਿਲਿਆ, ਦੋਸਤ ਨੂੰ ਵੀ ਗਿਫਟ ਮਿਲਿਆ ਜਿਹੜਾ ਨਾਲ ਲੈ ਗਿਆ, 5 ਸਾਲ ਹੋ ਗਏ ਕਿਉਂਕਿ ਉਹ ਦੋਵੇਂ ਸੌਦੀਆਂ ਹੁੰਦੇ ਸਨ, ਉਹਨੇ ਉਹਨੂੰ 5 ਬੱਚੇ ਗਿਫਟ ਦਿੱਤੇ, ਆ ਤੇਰੇ ਵਾਸਤੇ ਗਿਫਟ ਨੇ, ਆ ਮੈਂ ਤੇਰੇ ਵਾਸਤੇ ਬੜੇ ਸਾਂਭ ਕੇ ਰੱਖੇ ਸਨ ਬੱਚੇ। ਸਾਡੇ ਕੋਲ ਜਿਹੜੇ ਸਨ, ਇੱਕ ਤਾਂ ਪਹਿਲੇ ਦਿਨ ਗਿਆ ਪਰਤ ਕੇ ਨਹੀਂ ਆਇਆ, ਮੂੰਹ ਜਿੱਧਰ ਨੂੰ ਕਰ ਲਿਆ ਜਿੱਤਲ ਗਿਆ ਉੱਤੇ ਹੀ ਗਿਆ, ਵਾਪਸ ਮੁੜ ਕੇ ਨਹੀਂ ਵੇਖਿਆ, ਇੱਕ ਇਹਨਾਂ ਗਜਾਇਆ ਵਾਵਾ ਦੇਰ ਪੀ ਗੋਲਡਨ ਸੀ, ਆ ਗੋਲਡਨ ਜਿਹਾ ਸੀ, ਐਂਦੇ ਤੇ ਕਰਕੇ ਉੱਡੇ, ਐਂਦੇ ਤੇ ਉਹ ਉਹ ਟੁੱਟ ਗਿਆ, ਮੈਂ ਕਹਿੰਦਾ ਬਈ ਟੁੱਟ ਗਈ ਹੈ ਯਾਰ, ਉਹਦੀ ਪ੍ਰਵਾਹ ਜ਼ਿਆਦਾ 10 ਮਿੰਟ ਸੀ, ਉਸ ਤੋਂ ਬਾਅਦ ਇੱਕ ਦਿਨ ਉਹ ਵੀ ਗਿਆ, ਉਹਨੇ ਕਿਹਾ ਮੈਂ ਨਹੀਂ ਵਾਪਸ ਆਉਣਾ,
ਉਹ ਨਾ ਗਜਾਇਆ ਮੈਂ ਬੜੇ ਪਿਆਰ ਦੇ ਨਾਲ ਉਹਨੂੰ ਕਿ ਯਾਰ ਬਹੁਤ ਨਾ ਭਾਈ ਕਬੂਤਰ ਚੌਥੀ ਪੰਜੀ ਚੌਥੀ ਪੰਜਵੀਂ ਫਿਰਤ ਚ ਰਾਤ ਬਾਹਰ ਅੱਛਾ ਹੈ ਝੋਟ ਉੱਡ ਸੀ ਐਡਾ ਕੋ ਐਡੀ ਕੋ ਮਾਦੀ ਬਣੀ ਆਇਆ ਤੇ ਨਾ ਪਿੱਛੋਂ ਵਗਿਆ ਆਇਆ ਤੇ ਜਨਾਬ ਐ ਬੈਠਾ ਨਾ ਝੁੰਮ ਮਾਰ ਕੇ ਸਵੇਰੇ ਸੁੱਤੇ ਬੈਠਾ ਮੈਂ ਕਹੀ ਯਾਰ ਹੈ ਰਾਤ ਰਾਤ ਗਿਆ ਵੇਖ ਕੇ ਨਾ ਤੇ ਅੱਸੀ ਜਾ ਤੇ ਗਾਲਾਂ ਕੱਢੀ ਜਾਏ ਕਹਿੰਦਾ ਇਹਦੀ ਹਾਲਤ ਹੈ ਵੇ ਰਾਤ ਰਾਤ ਵਾਲੀ ਇੰਨੀ ਕੁ ਅਸੂ ਦੀ ਗੱਲ ਸੀ ਕਹਿੰਦਾ ਇੰਨੀ ਕੁ ਵੇ ਇਹ ਕਿਧਰ ਬਹਿ ਜਾਂਦੀ ਹੈ ਚਲੋ ਜੀ ਲਓ ਜੀ ਫਿਰ ਦੋ ਡਾਕੇ ਉਹਨੂੰ ਦਿੱਤੇ ਤੀਜੀ ਫਿਰ ਛੱਡੀ ਫਿਰ ਰਾਤ ਰਹਿ ਗਈ ਮੈਂ ਕਿਹਾ ਪੱਕੀ ਗੱਲ ਹੈ ਗੇਮ ਭੱਜਦੀ ਹੈ ਛੱਡੇ ਵੀ ਮੈਂ ਸਵੇਰੇ ਸਾਢੇ ਪੰਜ ਵਜੇ ਨਾਲ ਕਿੰਨੀ ਕੁ ਬਰਬਾਦ ਉਹ ਨਾ ਜੀ ਮੈਂ ਕਿਹਾ ਪੱਕੀ ਗੱਲ ਹੈ ਜੀ ਉਹ ਫਿਰ ਅਗਲੇ ਦਿਨ ਆ ਗਈ ਤੇ ਉਹ ਨਾ ਉਂਝੀ ਵੱਗੀ ਹੋਈ ਤੇ ਉਂਝੀ ਐਂ ਅੱਡ ਗਈ ਮੈਂ ਕਿਹਾ ਬਾਅਦ 'ਚ ਤੂੰ ਬੜੀ ਵੱਡੀ ਫਿਲਮ ਹੈ ਤੂੰ ਕਿਧਰੇ ਬਹਿ ਜਾਂਦੀ ਹੈ ਉੱਥੇ ਬਹਿ ਲੈ ਕੇ ਦੇ ਨਾ ਭੁੱਲ ਜਾਂਦੀ ਸੀ ਖੱਜਲ ਹੁੰਦੀ ਰਹਿੰਦੀ ਸੀ ਆਪਣਾ ਘਰ ਲੱਭਣ ਤੀਸਰੀ ਦਫਾ ਨਹੀਂ ਆਈ ਜੀ ਨਹੀਂ ਆਈ ਪਰਤ ਕੇ ਉਹ ਮੈਂ ਉਹ ਦਿਲ ਲਾਸ਼ਾ ਜਿਹੜਾ ਜੀ ਨਾ ਮੈਂ ਲਾਂਗਾ ਕਹਿੰਦੇ ਨੇ ਖੜਿਆ ਸੀ ਉਹ ਜਿਹੜੇ ਉਹਨੂੰ ਗਿਫਟ ਮਿਲੇ ਸਨ ਉਹ ਵੀ ਲੈਂਦੇ ਉਹ ਵੀ ਗਏ ਨੇ ਇੱਕ ਨਹੀਂ ਰਿਹਾ ਉਹ ਅੱਛਾ ਉਹ ਨਾ ਉਹ ਵੀ ਇੱਥੇ ਛੱਡੇ ਨਹੀਂ ਨਹੀਂ ਉਹਨਾਂ ਦੇ ਆਪਣੇ ਛੱਡੇ ਉਹ ਨਾ ਸੀ ਜੋ ਵਾਪਸ ਆਣ ਰਿਹਾ ਤੇ ਸਾਡੀ ਆਦਤ ਬੜੀ ਸ਼ੋਰ ਅਸੀਂ ਲਾਨੇ ਆਪਸ ਵਿੱਚ ਯਾਰ ਦੋਸਤ ਮੈਂ ਕਿਹਾ ਉਹ ਤੇਰੇ ਯਾਰ ਨੇ ਜਿਹੜਾ ਕਿਹਾ ਸੀ ਨਾ ਡਾਇਲੌਗ ਮੈਂ ਕਿਹਾ ਮੈਨੂੰ ਬੜਾ ਮਸ਼ਕੂਕ ਲੱਗਦਾ ਕਹਿੰਦਾ ਕੀ ਕਹਿੰਦਾ ਕਹਿੰਦਾ ਸੀ ਇੱਕ ਵਾਰੀ ਬਹਿ ਗਈ ਨਾ ਤੇ ਫਿਰ ਹਨੇਰੇ ਹੀ ਨਹੀਂ ਮੈਂ ਕਿਹਾ ਹਨੇਰੇ ਪੈ ਗਏ ਨੇ ਮੈਂ ਕਿਹਾ ਇਹਨੇ ਬਹਿਣਾ ਨਹੀਂ ਜੋ ਘਰ ਕਹਿੰਦਾ ਯਾਰ ਕਬੂਤਰ ਬੜੇ ਚੰਗੇ ਦਿੱਤੇ ਨੇ ਮੈਂ ਕਿਹਾ ਅੱਲਾ ਦੀ ਕਸਮ ਨਹੀਂ ਜੇ ਬਹਿਣਾ ਇਹਨਾਂ ਨੇ ਮੈਂ ਕਿਹਾ ਜਿਹੜੇ ਹਨੇਰੇ ਕਹਿੰਦੇ ਨੇ ਕਿ ਹਨੇਰੇ ਇੱਕ ਵਾਰੀ ਬਹਿ ਗਏ ਤੇ ਹਨੇਰੇ ਨੇ ਜਿਹੜੀ ਅਸੀਂ ਟੋਰਨ ਦੇ ਪੰਜੇ ਦੀ ਪੰਜੀ ਉਹਦੇ ਵੀ ਟੁਰ ਗਏ ਜੀਤ ਰੋਇਆ ਤਾਂ ਬਾਬੇ ਹੋਰਾਂ ਕਿਹਾ ਜੀ ਮੇਰੇ ਵਿਕਣਗੇ ਮੈਂ ਇੰਟਰਵਿਊ ਦੇਣਾ ਮੈਂ ਜੀ ਵਿਕਣਗੇ ਵਿਕ ਗਏ ਨਹੀਂ ਨਹੀਂ ਸੁਣੋ ਅੱਗੇ ਗੱਲ ਬੜੀ ਮਜ਼ਾ ਆਖਿਆ ਮੈਨੂੰ ਮੈਸੇਜ ਆਏ ਲਾਈਵ ਦੇ ਵਿੱਚ ਮੈਂ ਲੱਗਾਤਾਰ ਤੇ ਲਾਈਵ 'ਚ ਆ ਜੀ ਮੈਰ ਬਈ ਤੁਸੀਂ ਉਹ ਸਾਨੂੰ ਕਿਹਾ ਸੀ ਕਬੂਤਰ ਉੱਥੋਂ ਮੈਂ 15 ਖਰੀਦੇ ਨੇ ਇੱਕ ਵੀ ਨਹੀਂ ਘਰ ਖਲੋਤਾ ਇੱਕ ਜੀ ਮੈਂ 20 ਖਰੀਦੇ ਨੇ ਘਰ ਨਹੀਂ ਖਲੋਤਾ ਮੈਂ ਜੀ 7 ਮੰਗਾਏ ਨੇ ਘਰ ਨਹੀਂ ਖਲੋਤਾ ਮੈਂ ਕਿਹਾ ਜੀ ਇੱਕ ਵੀ ਨਹੀਂ ਖਲੋਤਾ ਘਰ ਠੀਕ ਹੋ ਗਿਆ ਮੈਂ ਉਹਨੂੰ ਫੋਨ ਕੀਤਾ ਜਾਂ ਦੋਸਤੀ ਸ਼ਾਇਦ ਸਾਡਾ ਮੈਂ ਕਿਹਾ ਭਾਈ ਸ਼ਾਇਦ ਉਹ ਬਾਬੇ ਦੇ ਕਬੂਤਰ ਯਾਰ ਕਿਤੇ ਨਹੀਂ ਖਲੋਤੇ ਅੱਛਾ ਮੈਂ ਸਾਡੇ ਕੋਲ ਵੀ ਨਹੀਂ ਖਲੋਤੇ ਤੁਹਾਡੇ ਕੋਲ ਵੀ ਨਹੀਂ ਖਲੋਤੇ ਉਹ ਬੰਦਿਆਂ ਕੋਲ ਵੀ ਨਹੀਂ ਖਲੋਤੇ ਉਹਨੇ ਫੋਨ ਕੀਤਾ ਕਿਲੇ ਦੂਜੇ ਕਹਿੰਦਾ ਉਹ ਕਹਿੰਦਾ ਮੇਰਾ ਕਬੂਤਰ ਹੀ ਕੋਈ ਨਹੀਂ ਵਿਕਿਆ ਮੈਂ ਕਿਹਾ ਮੈਨੂੰ ਲਾਈਵ 'ਚ ਕਹਿਣ ਦੇ ਨੇ ਬੰਦੇ ਕਹਿੰਦਾ ਉਹਦੇ ਕੋਲ ਬਾਬੇ ਕੋਲ ਕਬੂਤਰ ਖਰੀਦੇ ਨੇ ਠੀਕ ਇੰਨੇ ਇੰਨੇ ਕਬੂਤਰ ਗਏ ਮੈਂ ਉਹਦੇ ਤਕਰੀਬਨ 100-150 ਕਬੂਤਰ ਵਿਕ ਗਿਆ ਤੇ ਸਾਰੇ ਹੀ ਪੇ ਕਹਿੰਦੇ ਨੇ ਕਿ ਨਹੀਂ ਖਲੋਤਾ ਅੱਛਾ ਮੈਂ ਕਿਹਾ ਉਹ ਝੂਠ ਬੋਲਦੇ ਨੇ ਪੇ ਮਕਸਦ ਕਿ ਵੇਖੋ ਕਿ ਇਹ ਵੀ ਨੇ ਇਹ ਵੀ ਤੇ ਹੈ ਨਾ ਕਿ ਵੇਖੋ ਕਿ ਸਾਰੇ ਕਬੂਤਰ ਤੁਸੀਂ ਲੋਕ ਜਾਣਦੇ ਹੋ ਇਕੱਠੇ ਖਰੀਦ ਲੈਂਦੇ ਹੋ ਲਿਆਓ ਜੀ ਇੰਨੇ ਦੇ ਦਿਓ ਖਲੋਂਦਾ ਇੱਕ ਵੀ ਨਹੀਂ ਇਸ ਵਾਸਤੇ ਤੁਹਾਨੂੰ ਕਹਿੰਦੇ ਆ ਕਿ ਤੁਸੀਂ 2-3 ਪਰਿੰਦੇ ਖਰੀਦੋ ਮੁਖਤਲਿਫ ਨੰਬਰਾਂ ਦੇ ਤਾਂ ਕਿ ਪਤਾ ਚੱਲੇ ਕਿ ਯਾਰ ਇਹਦੇ ਵਾਕਈ ਚੰਗੇ ਨੇ ਜਿਹੜਾ 3 ਨੰਬਰ ਖਰੀਦ ਲੈਂਦੇ 4 ਕਬੂਤਰ ਖਰੀਦ ਲਓ ਮੁਖਤਲਿਫ ਨੰਬਰਾਂ ਦੇ ਸਭ ਨਾਲੋਂ ਪਹਿਲੀ ਜਿਹੜਾ ਉੱਡਦਾ ਨਾ ਉਹਨੂੰ ਕੋਈ ਸਮਝੀ ਇਸ ਜੋੜੇ ਦੇ ਬੱਚੇ ਦੇ ਸਭ ਨਾਲੋਂ ਪਹਿਲੀ ਗੱਲ ਤੇ ਇਹ ਵੇ ਕਿ ਤੁਹਾਨੂੰ ਆਪੀ ਪਰਖ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਦੂਸਰਾ ਕਦੀ ਵੀ ਇਤਬਾਰ ਕਰਕੇ ਉਸ ਬੰਦੇ ਦੇ ਉੱਤੇ ਉਹਨੂੰ ਐ ਨਾ ਕਹੋ ਕਿ ਸੈਂਡ ਕਰ ਦਿਓ ਥੋੜੀ ਤਕਲੀਫ ਹੁੰਦੀ ਹੈ ਆਪੀ ਜਾਓ ਜਾ ਕੇ ਉੱਥੇ ਚੈੱਕ ਕਰਕੇ ਡੱਬਿਆਂ 'ਚ ਪਾਓ ਸਿਆਹ ਕਰੋ ਸਫੇਦ ਕਰੋ ਤੁਹਾਨੂੰ ਪਤਾ ਤਾਂ ਹੋਏ ਨਾ ਕਿ ਬਈ ਮੈਂ ਆਪਣੀ ਸਮਾਨ ਤੇ ਖਰੀਦੇ ਨੇ ਹਾਂ ਬਿਲਕੁਲ ਨਹੀਂ ਕਿਸੇ ਤੇ ਵੀ ਯਕੀਨ ਭਾਜੀ ਕਬੂਤਰ ਬਾਤ ਕੌਣ ਯਕੀਨ ਕਰਦਾ ਜੀ ਕਹਿੰਦਾ ਗੱਲ ਯਾਦ ਆ ਗਈ ਚਲੋ ਮੈਂ ਦੋਸਤਾਂ ਨਾਲ ਸ਼ੇਅਰ ਕਰਦਾ ਜੀ ਕਹਿੰਦਾ ਚਲੋ ਯਾਰ ਤੁਸੀਂ ਮੈਰ ਸਾਹਿਬ ਤੁਸੀਂ ਸੁਣਾਓ ਤੁਸੀਂ ਮੈਂ ਤੁਹਾਨੂੰ ਸੁਣਾਉਂਦਾ ਨਹੀਂ ਸੁਣਾਓ ਤੁਸੀਂ ਮੈਂ ਹੁਣ ਤੁਹਾਡੀ ਸੁਣਾਉਣਾ ਗੱਲ ਥੋੜੀ ਜੀ ਹੋਰ ਕੁਝ ਸੁਣਾਵਾਂਗੇ ਐਂਡ ਦੇ ਵਿੱਚ ਟਾਈਮ ਖਰਾਬ ਹੈ ਉਹ ਥੋੜਾ ਗੱਲ ਕੀ ਗੱਲ ਹੁੰਦੀ ਹੈ ਪਹਿਲਾਂ ਤੇ ਆਪਣੇ 'ਚ ਇਹ ਨਹੀਂ ਕੋਈ ਅਹਿਲੀਅਤ ਪੈਦਾ ਕਰੋ ਠੀਕ ਹੈ ਕਿ ਕਮ ਸੇ ਕਮ ਤੁਹਾਨੂੰ ਅੱਛੇ ਬੁਰੇ ਕਬੂਤਰ ਦਾ ਪਰਦਾ ਤਾਂ ਪਤਾ ਹੋਵੇ ਕਿ ਕੀ ਚੀਜ਼ ਹੈ ਇਹ ਨਾ ਕਰੋ ਕਿ ਕਿਸੇ ਸਾਧ ਨੂੰ ਉਸ ਨੂੰ ਲੈ ਜਾਓ ਨਾਲ ਕਿ ਜੇ ਉਹਨੂੰ ਨਾ ਪਤਾ ਹੋਵੇ ਜਾਂ ਉਹ ਦਿਹਾੜੀਦਾਰ ਹੋਵੇ ਮੈਂ ਐਸੇ ਦੇਖ ਦਿਹਾੜੀਦਾਰ ਹੋਵੇ ਜੀ ਜੀ ਹਾਂਜੀ ਓਕੇ ਚਲੋ ਸੁਣਾ ਹੀ ਦਿੰਦਾ ਯਾਰ ਹੁਣ ਦੋਸਤਾਂ ਨੂੰ ਚਾਹੇ ਗੁੱਸਾ ਲੱਗੇ ਜਾਂ ਨਾਰਾਜ਼ਗੀ ਕਹਿੰਦਾ ਕੀ ਹੋਇਆ ਹੋਣਾ ਕੀ ਹੈ ਕਹਿੰਦਾ ਕੀ ਹੋਇਆ ਹੋਣਾ ਕੀ ਹੈ ਤੁਰ ਪਏ ਹੁਣ ਖਲੋਣਾ ਕੀ ਹੈ ਕਹਿੰਦਾ ਜਿਹੜਾ ਆਪਣਾ ਭਾਰ ਨਹੀਂ ਚੁੱਕ ਸਕਦਾ ਉਸਨੇ ਕਿਸੇ ਦਾ ਢੋਣਾ ਕੀ ਹੈ ਬਿਲਕੁਲ ਕਿ ਉਹ ਉਸਤਾਦ ਨੂੰ ਨਾਲ ਲੈ ਜਾਓ ਗੱਲ ਸੁਣ ਜਿਹੜਾ ਆਪਣਾ ਭਾਰ ਨਹੀਂ ਚੁੱਕ ਸਕਦਾ ਉਹਨੇ ਤੁਹਾਡਾ ਕੀ ਢੋਣਾ ਜਿਹੜਾ ਉਹਨੂੰ ਪਤਾ ਨਹੀਂ ਜਾਂ ਉਹ ਤੁਹਾਡੇ ਕੋਲ ਦਿਹਾੜੀ ਲਾਉਣ ਵਾਲਾ ਬਿਲਕੁਲ ਬਿਲਕੁਲ ਤੇ ਫਿਰ ਉਹ ਤੇ ਫਿਰ ਅਗਲੀ ਗੱਲ ਤੇ ਫਿਰ ਤੁਸੀਂ ਸਮਝ ਗਏ ਚਲੋ ਭਾਈ ਇੱਕ ਸਭ ਨਾਲੋਂ ਮੇਨ ਪੁਆਇੰਟ ਮੈਂ ਤੁਹਾਨੂੰ ਦੱਸਾਂ ਮੈਂ ਕਿ ਸੁਣਾਣਾ ਨਹੀਂ ਚਾਹੁੰਦਾ ਨਹੀਂ ਮਾਸ਼ਾਅੱਲਾ ਨਹੀਂ ਠੀਕ ਹੈ ਅੱਛੀ ਅੱਛੀ ਕੀ ਗੱਤੀ ਆਂਦੀ ਹੈ ਇਹ ਕਿਸੇ ਦਾ ਭਲਾ ਤੁਹਾਡੀ ਇਸ ਦੀ ਗੱਲ ਵੱਲ ਕਿਸੇ ਦਾ ਭਲਾ ਹੋ ਜੇ ਕੋਈ ਸਮਝੇ ਬੰਦਾ ਤੇ ਬੜੀ ਵੱਡੀ ਗੱਲ ਵੱਡੀ ਗੱਲ ਹੁੰਦੀ ਪਹਿਲੀ ਗੱਲ ਤੇ ਇਹ ਹੈ ਕਿ ਇੱਕ ਹਮੇਸ਼ਾ ਆਪਣੀ ਜ਼ਿੰਦਗੀ ਦਾ ਇੱਕ ਪੁਆਇੰਟ ਯਾਦ ਰੱਖੋ ਕਿ ਕਿਸੇ ਦਾ ਕਬੂਤਰ ਸ਼ਾਮ ਤੱਕ ਉੱਡਦਾ ਹੋਏਗਾ ਨਾ ਤਾਂ ਪਾਗਲ ਦਾ ਪੁੱਤਰ ਤੁਹਾਨੂੰ ਬੱਚੇ ਦੇ ਦੇਗਾ ਬੱਚੇ ਦੇ ਦੇਗਾ ਉਹ ਆਪੀ ਨਾ ਉਡਾਏਗਾ ਨਾਲੇ ਜਿਹੜਾ ਆਪੀ ਬੜਾ ਕਬੂਤਰ ਆਪੀ ਪ੍ਰੋਫੈਸ਼ਨਲ ਹੈ ਆਪੀ ਕਬੂਤਰਬਾਜ਼ੀ ਕਰਦਾ ਉਡਾਉਂਦਾ ਸਾਰੇ ਸੀਜ਼ਨ ਖੇਡਦਾ ਉਹਦਾ ਦਿਮਾਗ ਖਰਾਬ ਤੁਹਾਨੂੰ ਚੁੱਕ ਕੇ ਸ਼ਾਮ ਵਾਲੇ ਬੱਚੇ ਫੜਾ ਦੇਗਾ ਦੇ ਦੇਗਾ
ਤੁਸੀਂ ਤਾਂ ਫਿਰ ਉਹਨੂੰ ਕੱਟੋਗੇ ਨਾ ਕਦੀ ਵੀ ਨਾ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਈ ਹੈ ਭਾਈ ਖਾਬਰ ਸਿੰਘ ਨੰਨਾ ਸਾਹਿਬ ਲਈ ਉਹਨਾਂ ਕਿਹਾ ਕਿਸੇ ਨੂੰ ਦਿਓਗੇ ਤੇ ਕੱਲ ਨੂੰ ਤੁਹਾਡੇ ਅੱਗੇ ਖਲੋ ਜਾਏਗਾ ਅੱਗੇ ਖਲੋ ਜਾਏਗਾ ਤੇ ਉਹ ਕਿੱਥੋਂ ਚੰਗਾ ਦੇਗਾ ਕੌਣ ਦੇਗਾ ਚੰਗਾ ਜੇ ਕਿਸੇ ਕੋਲ ਤੁਸੀਂ 100 ਕਬੂਤਰ ਲੈ ਕੇ ਗਏ ਹੋ ਚਲੋ 100 ਦੇ ਵਿੱਚ ਇੱਕ ਅੱਧਾ ਤਾਂ ਨਿਕਲ ਹੀ ਆਉਂਦਾ ਨਾ ਯਾਰ ਥੋੜਾ ਚੰਗਾ 100 ਦਾ 100 ਜਾਂ ਉਹਦੇ ਚੋਂ 80 85 90 ਕਬੂਤਰ ਹੋਣ ਹੀ ਹੋਣਗੇ ਚਲੋ ਇਹ ਨਾ ਕਰੋ ਗੱਲ ਸੁਣੋ ਮੇਰੀ ਚਾਰ ਮੇਰੇ ਕੋਲ ਲਏ ਨੇ ਚਾਰ ਸਰਵਾਇਆ ਸਾਹਿਬ ਕੋਲ ਲੈ ਲੈਣ ਚਾਰ ਮਹਿਰ ਭਾਈ ਕੋਲ ਲੈ ਲੈਣਾ ਇੰਜ ਕਰਕੇ ਲੈ ਲੈਣਾ ਬਿਲਕੁਲ ਸਾਦਾ ਕੋ ਜਿੰਨਾ ਕੋ ਜਾਣ ਚਾਰ ਚਾਰ ਪੰਜ ਪੰਜ ਦਸ ਦਸ ਲੈ ਤਮਾ ਦੇ ਤਮਾ 150 ਲੈਣ ਨਾਲ ਉਹ ਬਿਲਕੁਲ ਉਹਨਾਂ ਨੂੰ ਫਿਰ ਨਿਸ਼ਾਨੀਆਂ ਲਾ ਲੈਣ ਕਿ ਯਾਰ ਇਹ ਸਰਵਾਇਆ ਸਾਹਿਬ ਦੇ ਨੇ ਇਹ ਸੁਲੇਮਾਨ ਸਾਹਿਬ ਦੇ ਨੇ ਇਹ ਫਲਾਣੇ ਦੇ ਨੇ ਕਿ ਯਾਰ ਜਿਹੜੇ ਚੰਗੇ ਉੱਡਣ ਉਹਦੇ ਕੋ ਫਿਰ ਦੁਬਾਰਾ ਡੋਲ ਬਿਲਕੁਲ ਇੰਜ ਕਰ ਲਓ ਇਹ ਇਹ ਸਭ ਨੂੰ ਬੈਸਟ ਗੱਲ ਹੁੰਦੀ ਹੈ ਮਾਲ ਟੁਰ ਫਿਰ ਕੇ ਖਰੀਦਣਾ ਚਾਹੀਦਾ ਹਾਂ ਪੈਸੇ ਦੇਣੇ ਤੁਸੀਂ ਅੱਲਾ ਵਾਸਤੇ ਤਾਂ ਲੈਣੇ ਬੜੇ ਤੇ ਪੈਸੇ ਵੀ ਸਰਕਾਰ ਲੋਕੀ ਆਪਣੀ ਮੂੰਹ ਮੰਗੀ ਕੀਮਤ ਮੰਗਦੇ ਨੇ ਔਰ ਦਿੰਦੇ ਨੇ ਵਿਚਾਰੇ ਮਾਨ ਨਾ ਦਿੰਦੇ ਫਸੀ ਨੂੰ ਫੜਕਣਾ ਕੀ ਜੀ ਫਰਮਾਨ ਭਾਈ ਜਦੋਂ ਤੁਸੀਂ ਇੱਕ ਬੰਦੇ ਕੋ ਗਏ ਹੋ ਤੁਹਾਨੂੰ ਕਹਿੰਦਾ ਮੈਂ 100 ਬੱਚਾ ਚਾਹੀਦਾ ਹੁਣ ਤੁਸੀਂ ਉਹਦੇ ਕੋ ਬੈਠੋ ਕਹਿੰਦਾ ਮੈਂ ਤੁਹਾਨੂੰ 200 ਵੀ ਦਾਂਗਾ ਠੀਕ ਹੈ ਹੁਣ ਤੁਸੀਂ ਸੋਚਣ ਲੱਗ ਪੈਂਦੇ ਕੋ ਯਾਰ ਮੈਂ ਅਗਲੇ ਕੋ ਗਿਆ ਹੋਰ ਹੋਰ ਕੋ 50 ਵੀ ਲੱਭਣੇ ਨੇ ਕਿ ਨਹੀਂ ਲੱਭਣੇ ਚੱਲ ਇਹਦੇ ਕੋਲ ਹੀ ਵਾਧਾ ਘਾਟਾ ਕਰਕੇ ਨਾ ਲੈ ਲਓ ਇੱਕ ਜੀ ਨਾ ਮੈਂ ਗੱਲ ਸੁਣਾਉਣਾ ਨਾ ਉਹਦਾ ਵੀ ਨਿਲਾ ਗਏ ਸੀ ਨਾ ਦੇ ਵੇਖੋ ਯਾਰ ਰਵਾਇਤ ਚੱਲ ਗਈ ਬਲਕਿ ਉਹਨੇ ਅੱਛੀ ਗੱਲ ਹੁੰਦੀ ਹੈ ਬੰਦਾ ਸਮਝ ਤੇ ਜਾਂਦਾ ਹੀ ਹੈ ਬਾਕੀ ਜਿਹੜੇ ਸੁਣਦੇ ਨੂੰ ਨਾਲੇ ਵੇਂਦੇ ਨੇ ਤੋਤੇ ਵਾਲਾ ਹਿਸਾਬ ਦੇ ਸਮਝ ਤੇ ਗਿਆ ਹੀ ਹੋਏਗਾ ਮੈਨੂੰ ਨਾ ਡੱਬੇ 'ਚ ਪਾ ਕੇ ਲਿਆਉਂਦੇ ਬੜੇ ਅੱਛੇ ਉਸਤਾਦ ਕੋਲ ਉਹਨੇ ਕਬੂਤਰ ਲਿਆਉਂਦੇ ਅਤੇ ਡੱਬੇ 'ਚ ਲਿਆਉਂਦੇ ਪਾ ਕੇ ਅਤੇ ਉਹਨੇ ਮੈਨੂੰ ਵਿਖਾਇਆ ਉਹਨੇ ਕਿਹਾ ਉਸਤਾਦ ਸੁਲੇਮਾਨ ਸਾਹਿਬ ਇਹ ਕਬੂਤਰ ਵੇਖੋ ਜੀ ਇਹ ਵੇਖੋ ਮੈਂ ਕਿਹਾ ਯਾਰ ਕੀ ਇਹ ਕਹਿੰਦਾ ਇੰਨੇ ਦੇ ਲਿਆਉਂਦੇ ਨੇ ਮੈਂ ਕਿਹਾ ਹੋਏ ਹੋਏ ਬੜੇ ਮਹਿੰਗੇ ਲਿਆਉਂਦੇ ਨੇ ਮੈਂ ਸਾਰੇ ਕਬੂਤਰ ਵੀ ਦੜਵੀ ਦੇ ਇੱਕ ਕਬੂਤਰ ਚੰਗਾ ਸਰ ਮੈਂ ਕਿਹਾ ਮੈਂ ਬੁਰੇ ਜਿਹੜਾ ਚੰਗਾ ਉਹਨੂੰ ਚੰਗਾ ਕਹਾਂਗਾ ਮੈਂ ਬੁਰਾ ਨਹੀਂ ਕਹਾਂਗਾ ਉਹਨੂੰ ਤੇ ਜਿਹੜਾ ਬੁਰਾ ਉਹਨੂੰ ਮੈਂ ਚੰਗਾ ਨਹੀਂ ਕਹਾਂਗਾ ਮੈਂ ਹੱਕ ਨਹੀਂ ਕਹਾਂਗਾ ਇਹਦਾ ਕਬੂਤਰ ਦਾ ਵੇਖਿਆ ਮੈਂ ਕਿਹਾ ਇੱਕ ਜਿਹੜਾ ਬੜਾ ਹੀ ਚੰਗਾ ਜੀ ਤੇ ਕਹਿੰਦਾ ਇਹ ਮੈਂ ਕਿਹਾ ਇਹਨੇ ਤੇਰੇ 2 ਗੇੜੇ ਵੀ ਨਹੀਂ ਲਾਣੇ ਸਹੀ ਕਹਿੰਦਾ ਇਹ ਉੱਡਣ ਵਾਸਤੇ ਲਏ ਮੈਂ ਪੱਠੀ ਸੀ ਮੈਂ ਕਿਹਾ ਜਾ ਕੇ ਡਾ ਉਹਨੂੰ ਡਾਈ ਕਹਿੰਦਾ ਭਾਈ ਪਤਾ ਹੀ ਲੱਗਾ ਗਈ ਮੈਂ ਪਹਿਲੇ ਇਹਨੂੰ ਛੱਡ ਰਿਹਾ ਤੈਨੂੰ ਇੱਧਰ ਅੱਛਾ ਮੈਂ ਕੱਲ੍ਹ ਦੀ ਹੁਣ ਤੁਹਾਨੂੰ ਗੱਲ ਦੱਸਾਂ ਕੱਲ੍ਹ ਸਿਆਲਕੋਟ ਹੀ ਸਮਾਂ ਕੱਲ੍ਹ ਇੱਕ ਨਾ ਬੜੀ ਮਜ਼ੇਦਾਰੀ ਗੱਲ ਮੈਂ ਨਾ ਗਿਆ ਇੱਕ ਛੱਤ 'ਤੇ ਛੋਟਾ ਜਿਹਾ ਉਹਦਾ ਸ਼ੌਕ ਸੀ ਬਜ਼ੁਰਗ ਵਾਹਵਾ ਉਮਰ ਦਾ ਜੇ ਬੰਦਾ ਲੇਕਿਨ ਉਹਨੂੰ ਪਤਾ ਕੋ ਨਹੀਂ ਸੀ ਵਿਚਾਰੇ ਨੂੰ ਜੀ ਜੀ ਗਿਆ ਕਬੂਤਰ ਵੇਖੇ ਕਹਿੰਦਾ ਉਸਤਾਦ ਜੀ ਮੇਰੇ ਸਿਰੇ ਕਬੂਤਰ ਫਿਰ ਵੇਖ ਦਿਓ ਸਿਰ ਮੈਂ ਕਿਹਾ ਚਲੋ ਵੇਖ ਦਿੰਦਾ ਕਬੂਤਰ ਉਹਦੇ ਕੋਲ ਨਾ 25-30 ਕਬੂਤਰ ਹੋਣਗੇ ਮੈਂ ਵੇਖ ਲਏ ਮੈਂ ਜਾਂਦੇ ਹੀ ਵੇਖ ਮੈਂ ਕਿਹਾ ਬਾਹਰ ਇਹਨਾਂ ਨੂੰ ਕੱਢ ਦੇ ਖੁੱਡੇ ਚਲੋ ਬਾਹਰ ਵਿੱਢ 'ਚ ਕੱਢ ਦੇ ਮੈਂ ਕਿਹਾ ਵੇਖ ਕੇ ਤੈਨੂੰ ਦੱਸਦਾ ਮੈਂ ਵੇਖਿਆ ਮੈਂ ਕਿਹਾ ਯਾਰ ਉਹ ਕਬੂਤਰ ਅੰਦਰ ਕਰ ਲੈ ਕਹਿੰਦਾ ਮੈਨੂੰ ਜਿਹੜੇ ਜਿਹੜੇ ਕਹੋਗੇ ਮੈਂ ਅੰਦਰ ਕਰ ਲਾਂਗਾ ਦੂਜੇ ਕਹੋਗੇ ਮੈਂ ਦੜਬ 'ਚ ਘੱਲ ਦਾਂਗਾ ਜਿੱਥੇ ਦੜਬ ਸਹੀ ਮੈਂ ਠੀਕ ਹੈ ਮੈਂ ਕਿਹਾ ਉਹ ਵੀ ਅੰਦਰ ਘੱਲ ਦੇ ਉਹ ਵੀ ਅੰਦਰ ਕਰਦੇ ਉਹ ਵੀ ਅੰਦਰ ਕਰਦੇ ਉਹ ਵੀ ਅੰਦਰ ਕਰਦੇ ਮਾਦੀ ਵੀ ਕਰਦੇ ਫਲਾਣੀ ਵੀ ਕਰਦੇ ਮੈਂ ਜੇ ਨਾ ਬਾਬਾ ਕਬੂਤਰ ਕਰਾਏ ਕਹਿੰਦਾ ਉਸਤਾਦ ਜੀ ਮੈਨੂੰ ਇੱਕ ਕਬੂਤਰ ਦੱਸੋ ਇਹਨਾਂ 'ਚ ਜਿਹੜਾ ਵਰਿਆਮ ਹੈ ਸਹੀ ਮੈਂ ਕਿਹਾ ਉਹ ਕਾਲਾ ਕਬੂਤਰ ਲਾਇਆ ਬਾਹਰ ਕੱਢ ਕੇ ਲਿਆ ਖੁੱਡੇ 'ਚੋਂ ਉਹਨੇ ਲਿਆਂਦਾ ਮੈਂ ਵੇਖਿਆ ਮੈਂ ਕਿਹਾ ਯਾਰ ਬੜਾ ਆਲਾ ਕਬੂਤਰ ਅੱਗੋਂ ਇੰਝ ਸੀਨਾ ਚੌੜਾ ਪਿੱਛੋਂ ਇੰਝ ਪਤਲਾ ਆ ਜਾ ਬੜਾ ਹਸੀਨ ਕਬੂਤਰ ਆਖੋ ਦੀ ਨਾ ਚਿੱਟੀ ਸਫੈਦ ਇੰਝ ਮੈਂ ਦੂਰ ਕਰਾਂ ਨਾ ਧੁੱਪ 'ਚ ਕਰਾਂ ਸੂਰਜ ਵੱਲ ਤੇ ਬਿਲਕੁਲ ਤਿਲ ਇੰਝ ਜਿਵੇਂ ਸਮਾਰਟ ਬਿਲਕੁਲ ਫਲੈਕਸੀਬਲ ਸੀ ਆਹੋ ਫਲੈਕਸੀਬਲ ਸੀ ਦਾ ਲੋ ਜੀ ਜਦੋਂ ਥੋੜਾ ਛਾਂ 'ਚ ਮੈਂ ਆਪਣੀ ਛਾਂ 'ਚ ਕਰਾਂ ਧੁੱਪੇ ਖਲੋਤਾ ਸਾ ਮੈਂ ਹੁਣ ਮੈਨੂੰ ਕਰਨੀ ਬੜੀ ਲੱਗੇ ਮੈਂ ਕਿਹਾ ਫਟਾਫਟ ਇਹ ਤੇ ਜਾ ਚੜਾ ਕੇ ਥੱਲੇ ਜਾਵਾਂ ਸਹੀ ਅੱਛਾ ਮੈਂ ਕਿਹਾ ਯਾਰ ਇਹ ਤੇਰਾ ਵਰਿਆਮ ਕਬੂਤਰ ਹੈ ਕਹਿੰਦਾ ਉਹ ਜਿਹੜਾ ਬੱਚਾ ਸਟਾਇਆ ਜੀ ਅੰਦਰ ਬੱਚਾ ਵੀ ਸੇਕ ਕੱਟਿਆ ਸੀ ਉਹਨੇ ਕਤਰਿਆ ਸੀ ਬੱਚਾ ਉੱਥੇ ਦੋ ਦੋ ਕਲੀਆਂ ਬਾਹਰ ਲਈਆਂ ਹੈ ਤਾਂ ਤਿੰਨ ਤਿੰਨ ਮੈਂ ਕਿਹਾ ਉਹ ਬੜਾ ਚੰਗਾ ਕਹਿੰਦਾ ਇਹ ਕਬੂਤਰ ਦੀ ਖੂਬੀ ਦੱਸੋ ਮੈਨੂੰ ਤੁਸੀਂ ਜੋ ਕਹਿੰਦੇ ਬੜੇ ਬੜਾ ਚੰਗਾ ਕਬੂਤਰ ਹੈ ਤੇਰੇ ਖੁੱਡੇ ਸਭ ਤੋਂ ਅਲੱਗ ਕਬੂਤਰ ਹੈ ਮੈਂ ਕਿਹਾ ਯਾਰ ਵਾਕਈ ਅਲੱਗ ਮੈਂ ਕਿਹਾ ਇਹਦੀ ਖੂਬੀ ਚੱਲ ਮੈਂ ਤੈਨੂੰ ਇਹ ਦੱਸਣਾ ਇਹਦੇ ਬੱਚੇ ਵੀ ਬੜੇ ਉੱਡਣਗੇ ਜਿਹੜੀ ਮਰਜ਼ੀ ਮਾਦੀ ਨਾਲ ਲਾ ਦੇ ਅਤੇ ਮੈਂ ਕਿਹਾ ਆਪ ਕਹਿੰਦਾ ਮੈਂ ਫੜਿਆ ਮੈਂ ਕਿਹਾ ਜਿੱਥੋਂ ਫੜੇ ਇਹਨਾਂ ਅੱਜ ਵੀ ਡਾ ਦੇ ਉੱਥੇ ਹੀ ਜਾਏਗਾ ਜਿਹੜੀ ਛੱਤ ਤੋਂ ਜਾਂ ਜਿੱਥੋਂ ਫੜੇ ਇਹਨਾਂ ਉੱਥੇ ਹੀ ਜਾਣਾ ਹੀ ਇਹਨੇ ਕਹਿੰਦਾ ਭਾਅ ਜੀ ਇਹ ਤਾਂ ਤੁਸੀਂ ਗੱਲ ਸਹੀ ਕੀਤੀ ਹੈ ਮੈਂ ਕਿਹਾ ਫਿਰ ਵੇਖ ਲਾ ਯਾਰ ਜੇ ਗੱਲ ਸਹੀ ਕੀਤੀ ਤਾਂ ਫਿਰ ਚਲੋ ਸਾਨੂੰ ਕਿ ਮਾੜਾ ਮੋਟਾ ਪਤਾ ਜੀ ਜੀ ਕਹਿੰਦਾ ਜਦੋਂ ਮੈਂ ਫੜਿਆ ਨਾ ਜਿਹੜੇ ਮੈਂ ਕੋਠੀ ਤੋਂ ਮੰਟੀ 'ਚ ਤਾਂ ਫੜਦਾ ਸਾਂ ਇਹਨੂੰ ਜਾਂਦਾ ਫੜਨ ਇਹ ਉੱਥੇ ਹੀ ਉੱਡਦਾ ਸੀ ਅਤੇ ਉੱਥੋਂ ਜਾ ਕੇ ਬੰਦ ਹੋ ਜਾਂਦਾ ਸੀ ਸਮਾਨ ਲੱਗ ਜਾਂਦਾ ਸੀ ਸਮਾਨ ਆਉਂਦਾ ਸੀ ਫਿਰ 2-4 ਘੰਟੇ ਬਾਅਦ ਥੱਕਿਆ ਹੁੰਦਾ ਸੀ ਫਿਰ ਉੱਥੇ ਹੀ ਜਾ ਕੇ ਬਹਿੰਦਾ ਹੀ ਉੱਥੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਕਹਿੰਦਾ ਇੰਝ ਕੋਈ ਮੈਂ ਦਿਹਾੜੀ 'ਚ ਕੋਈ 4-5 ਵਾਰੀ ਕੀਤਾ ਤਾਂ ਇੰਝ ਹੀ ਹੋਇਆ ਮੇਰਾ ਕਹਿੰਦਾ ਸ਼ਾਮ ਵੇਲੇ ਮੈਂ ਫੜ ਹੀ ਲਿਆ ਇਹਨੂੰ ਪਾਣੀ ਪਾ ਕੇ ਸਰ ਗਰਮੀਆਂ ਦਿਨ ਸਨ ਅਤੇ ਕਹਿੰਦਾ ਦਾਣਾ ਦੂਣਾ ਚੁੱਕ ਕੇ ਇੰਝ ਮਤਲਬ ਕਿ 2-4 ਦਿਨ ਫਿਰਦਾ ਵੀ ਰਿਹਾ ਪਤਾ ਨਹੀਂ ਕਿਵੇਂ ਬੜੀ ਸਟੋਰੀ ਉਹਨੇ ਦੱਸੀ ਲੰਮੀ ਕਹਿੰਦਾ ਬੜਾ ਚੰਗਾ ਕਬੂਤਰ ਅਤੇ ਕਹਿੰਦਾ ਬੱਚਾ ਅੱਛਾ ਉਨੀ ਦੇਰ ਨੂੰ ਇੱਕ ਬੰਦਾ ਉੱਥੇ ਹੋਰ ਆ ਗਿਆ ਮੁੰਡਾ ਜਿਹਾ ਸੀ ਉਹ ਕਾਰੀਗਰ ਸੀ
ਉਹ ਬੱਚਾ ਉਹਦੇ ਕੋਲ ਮੰਗਦਾ ਸੀ ਜਿਹੜਾ ਕੱਟਿਆ ਸੀ ਨਾ ਬੱਚਾ, ਕਹਿੰਦਾ ਤੁਸੀਂ ਬੱਚਾ ਵੀ ਸਟਾਇਆ ਅੰਦਰ, ਇਹ ਬੱਚਾ ਤਾਂ ਨਹੀਂ ਕਿਸੇ ਕੰਮ ਦਾ। बच्चा बहुत चंगा तेरे कबूतरां दे, इह समझो वड्डे काले कबूतर दे नाल दा ही सेम। सही ब्रीडिंग दे हवाले नाल बड़ा नॉलेज माशाल्लाह, ਕਿੰਨਾ ਅਰਸਾ ਤੁਹਾਨੂੰ ਲੱਗਾ ਇੱਥੋਂ ਤੱਕ ਪਹੁੰਚਣ ਤੇ? ਕਬੂਤਰ ਵੇਖਣੇ ਉੱਤੇ ਜਾ ਕੇ ਥੋੜੀ ਇਸ ਤਰ੍ਹਾਂ ਮੌਸਮ ਹੁੰਦੇ ਲਿਆ ਲਓ। ਆ ਬਿਲਕੁਲ ਨਹੀਂ ਨਹੀਂ ਕੋਈ ਮਸਲਾ, ਜਾਂ ਤਾਂ ਗਰਮ ਹੋ ਜਾਏਗਾ ਤੇ ਜਾਂ ਠੰਡਾ ਹੋ ਜਾਏਗਾ। ਮਨ ਭਾਈ ਇਹ ਸਮੁੰਦਰ ਹੈ, ਇਹ ਸਮੁੰਦਰ ਹੈ, ਵਾਕਈ ਸਮੁੰਦਰ ਹੈ। ਅਜੇ ਜੇ ਤੁਸੀਂ ਡੇਲੀ ਕੋਈ ਨਾ ਕੋਈ ਚੀਜ਼ ਸਿੱਖਦੇ ਹੋ? ਨਹੀਂ ਉਹਨਾਂ ਦੇ ਸਿੱਖ ਲਿਆ ਨਾ, ਉਹਨਾਂ ਦਾ ਰੈਬਰ ਹੈ ਸੀ ਤੁਸੀਂ ਅਸਲ ਬ੍ਰੀਡਿੰਗ ਦੇ ਬ੍ਰੀ ਪਲਗੀ ਗੱਲ ਹੈ। ਮੇਰੇ ਵੀ ਰੈਬਰ ਹੈ ਸਨ, ਮਗਰ ਸਾਨੂੰ ਬੜਾ ਕੁਛ ਸਿੱਖਣਾ, ਹਰ ਚੀਜ਼ ਡੇਲੀ ਇਸ ਸ਼ੌਕ ਦੇ ਵਿੱਚ। ਤੁਹਾਨੂੰ ਵੀ ਬੜੀਆਂ ਸੱਟਾਂ ਲਮਾਰਾਂ ਪਈਆਂ ਇਹਨਾਂ 'ਚ, ਧੋਖੇ ਹੋਏ, ਫਰੇ ਹੋਏ? ਨਹੀਂ ਇੰਨੇ ਨਹੀਂ ਹੋਏ, ਸਾਨੂੰ ਨਹੀਂ ਹੋਏ, ਮੈਨੂੰ ਨਹੀਂ ਹੋਏ, ਕਿਉਂਕਿ ਮੈਂ ਕਿਸੇ ਕੋਲ ਬੈਠਕ ਕੀਤੀ ਨਹੀਂ। ਪਲਗੀ ਨਹੀਂ ਮੁੱਲ ਲਿਆਉਣਾ, ਨਹੀਂ ਜਿਵੇਂ ਮੁੱਲ ਲਿਆਉਂਦਾ ਯਾਰ। ਨਹੀਂ 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 ਨਹੀਂ, ਮੈਂ ਮੁੱਲ ਵੀ ਨਹੀਂ ਲਿਆਉਂਦਾ ਰਿਹਾ, ਮੈਂ ਸਿਰ ਲਿਆਉਣਾ ਉਹਨਾਂ ਦੀ ਦੁਕਾਨ ਵੀ ਸੀ ਭਾਈ ਨਨੇਹੋਰਾਂ ਦੀ। ਅੱਛਾ ਅੱਛਾ, ਉਹਨਾਂ ਉਹ ਹੁੰਦੇ ਜਾਪਾਨ ਸਨ, ਫਿਰ ਆਇਆ ਕੋਈ ਕ੍ਰਾਈਸਿਸ ਆ ਗਈ, ਉਹਨਾਂ ਦੁਕਾਨਦਾਰੀ ਵੀ ਨਾਲ ਰੱਖ ਲਈ। ਠੀਕ ਹੋ ਗਿਆ, ਦੁਕਾਨਦਾਰੀ ਕਬੂਤਰ ਉਹਨਾਂ ਕੋਲ ਖਰੀਦਣ ਤੋਂ ਹੀ ਮੇਰੇ ਉਹਨਾਂ ਦੇ ਤਲਕ ਬਣੇ ਸਨ। ਠੀਕ ਠੀਕ ਠੀਕ, ਮੈਂ ਉਹਨਾਂ ਕੋਲ ਕਬੂਤਰ ਪਹਿਲਾਂ ਖਰੀਦਿਆ ਫਸਟ ਟਾਈਮ ਕਬੂਤਰ, ਉਹਨਾਂ ਕਿਹਾ ਜੀ ਹੈ ਚੋਈ ਸਰ 1200 ਰੁਪਏ ਦਾ। ਅੱਛਾ, ਮੇਰੀ ਮਰਜ਼ੀ ਸੀ 1000 ਦਾ ਲੈਣ ਦੀ। ਕਿਹੜੀ ਸਨ ਸੀ ਉਹ? 5 ਜਾਂ 6। ਅੱਛਾ, 5-6 ਚ 1000 ਰੁਪਏ ਦਾ ਬੜਾ ਵੱਡਾ ਕਬੂਤਰ ਬੜੇ ਨੇ ਉਦੋਂ ਵੀ ਕਬੂਤਰ ਬੜਾ। ਮੇਰੀ ਮਰਜ਼ੀ ਸੀ 1000 ਚ ਲੈਣ ਦੀ। ਅੱਛਾ, ਉਹਨਾਂ ਦੀ ਮਰਜ਼ੀ ਸੀ ਕਿ ਚਲੋ 1100 ਦਾ ਦੇ ਦਿਆਂਗਾ। 1200 ਕਹਿ ਕੇ ਉਹਨਾਂ ਘਟਾਉਣਾ ਸੀ। ਮੈਂ ਕਿਹਾ ਸਾਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੇਰੇ ਕੋਲ ਤਾਂ 1000 ਰੁਪਈਆ। ਕਹਿਣਗੇ ਜੀ ਚੋਈ ਸਾਹਿਬ ਨਹੀਂ, ਮੈਨੂੰ ਕਹਿਣਗੇ ਜੀ ਜੀ ਭਾਅ ਜੀ 1100 ਤਾਂ ਤੁਹਾਨੂੰ ਮਿਲ ਜਾਏਗਾ, ਇਸ ਤੋਂ ਥੱਲੇ ਨਹੀਂ। ਮੈਂ ਕਿਹਾ ਮੇਰੇ ਕੋਲ ਤਾਂ 1000 ਰੁਪਈਆ। ਠੀਕ ਹੈ, ਗੱਲ ਸਿੱਧੀ। ਕਹਿਣਗੇ ਤੁਸੀਂ ਕਬੂਤਰ 1100 ਦਾ ਹੀ ਹੈ, ਲਾਇਓ ਤੁਸੀਂ ਲਾਇਓ, 100 ਫਿਰ ਦੇ ਜਾਇਓ। ਠੀਕ ਹੋ ਗਿਆ, ਉਹਨਾਂ ਕਿਹਾ ਮੇਰੀ ਖਰੀਦ ਹੀ ਇੰਨੀ ਹੈ 1100 ਰੁਪਈਆ। ਅੱਛਾ, ਤੁਸੀਂ ਲੈ ਜਾਓ। ਠੀਕ ਹੋ ਗਿਆ, ਮੈਂ ਕਿਹਾ ਜੀ ਠੀਕ ਹੈ, ਮੈਂ 1000 ਦਿੱਤਾ। ਮੈਂ ਉੱਥੇ ਸ਼ਰਮਿੰਦਾ ਤਾਂ ਨਹੀਂ ਸੀ ਹੁਣ, ਕਰਕੇ ਕਹਿੰਦਾ ਕਿ ਮੈਂ ਝੂਠ ਮਾਰਨ ਡਿਆ ਲਓ। ਮੈਂ 1000 ਦਿੱਤਾ, ਮੈਂ ਟੁਰ ਗਿਆ ਲੈ ਕੇ ਕਬੂਤਰ। ਹੁਣ ਮੇਰੀ ਨੇਚਰ ਹੈ ਕਿ ਮੈਂ ਕਿਸੇ ਦਾ ਰੁਪਈਆ ਵੀ ਦੇਣਾ ਹੋਇਆ ਨਾ ਤਾਂ ਮੇਰੇ ਜ਼ਿਹਨ 'ਚ ਬੈਠਾ ਰਹਿੰਦਾ ਕਿ ਮੈਂ ਤਾਂ ਰੁਪਈਆ ਦੇਣਾ। ਮੈਂ ਤੀਜੇ ਚੌਥੇ ਦਿਨ ਮੈਂ ਗਿਆ, ਮੈਂ ਕਿਹਾ ਸਾਹ ਜੀ ਇਹ ਤੁਹਾਡਾ 100 ਰੁਪਈਆ। ਕਬੂਤਰ ਕਿਹੜਾ ਸੀ? ਪਿਓਰ ਛੱਤ ਵਾਲਾ, ਜਿਹੜਾ ਮੈਨੂੰ ਹੁਣ ਨਜ਼ਰ ਨਹੀਂ ਆਉਂਦਾ। ਪੱਲੇ ਵੀ ਪੂਰੇ ਚਿੱਟੇ ਹੋਣਗੇ ਤੇ ਪੂਛਲ ਵੀ ਪੂਰੀ ਚਿੱਟੀ ਹੋਏਗੀ। ਛੱਤ ਵਾਲੇ ਨੇ ਦੋ ਕਿਸਮ ਚ, ਪਹਿਲਾ ਜਿਹੜਾ ਸੀ ਤੁਹਾਨੂੰ ਦੱਸਿਆ ਕਿ ਮਾਦੀ ਚੂਹੀ ਸੀ ਤੇ ਕਬੂਤਰ ਮੋਤੀਆਂ ਵਾਲਾ, ਉਹਨਾਂ ਦੇ ਛਾਪੇ ਨਹੀਂ ਸਨ ਹੁੰਦੇ। ਖਲੋਂਦੀ ਸੀ ਮਾਦੀ, ਬੜੀ ਇੰਜ ਕਰਕੇ ਕੱਸੀ ਹੁੰਦੀ ਸੀ, ਉਹਨੂੰ ਸਪਣੀ ਕਹਿੰਦੇ ਸਨ। ਉਹ ਮਾਦੀ ਉਹਨਾਂ ਫੜੀ ਸੀ ਕਿਤਲਿਓ, ਕਿਤਲਿਓ ਆਈ ਭਟਕਦੀ ਭੁੜਕਦੀ ਬਹਿ ਗਈ, ਉਹ ਫੜ ਲਈ ਉਹਨਾਂ ਕੋਲੋਂ, ਬੜੀ ਕੱਸ ਕਰਕੇ ਸੋਹਣੀ ਬਈ। ਬਾਬੇ ਸਦੀਕੀ ਹੋਰਾਂ ਵੇਖੀ, ਉਹਨਾਂ ਕਿਹਾ ਸ਼ਾਹ ਮੈਨੂੰ ਦੇ ਦੇ, ਉਹਨਾਂ ਕਿਹਾ ਲੈ ਜਾ। ਉਹਨਾਂ ਖੜ ਕੇ ਆਪਣੇ ਛੱਤ ਵਾਲਿਆਂ 'ਚ ਪਾਈ, ਫਿਰੋਜ਼ਪੁਰੀ ਮਾਦੀ ਸੀ। ਅੱਛਾ, ਉਹ ਫਿਰੋਜ਼ ਨਹੀਂ, ਉੱਡੀ ਨਹੀਂ, ਉਹ ਪਹਿਲਾਂ ਉੱਡਦੀ ਸੀ ਤੇ ਕੋਟ ਕੀਤਾ ਹੋਇਆ ਸੀ ਉਹਨਾਂ ਨੂੰ। ਅੱਛਾ, ਨਹੀਂ ਉਹ ਮਾਦੀ ਉੱਡੀ ਦੀ ਨਹੀਂ ਸੀ, ਉਹ ਕਿਲੋ ਫੜਤ 'ਚ ਆਈ ਸੀ। ਅੱਛਾ, ਉਹ ਫੜਤ ਦੀ ਮਾਦੀ ਸੀ ਉਹ, ਨਾ ਉਹਦੇ 'ਚ ਮਾਦੀ ਪਾਈ। ਠੀਕ ਹੋ ਗਿਆ, ਉਹਨਾਂ ਦੇ ਅੱਗੋਂ ਛਾਪੇ ਵਾਲੇ ਛੱਤ ਵਾਲੇ ਬਣ ਗਏ ਜਿਹੜੇ ਹੁਣ ਤੁਸੀਂ ਦੇਖਦੇ ਹੋ। ਇਹ ਉਹ ਉਹਦੀ ਵੀ ਸਭ ਤੋਂ ਗੰਦੀ ਫਾਰਮ ਹੈ ਜਿਹੜੀ ਹੁਣ ਤੁਸੀਂ ਵਿੰਦੇ ਹੋ। ਅੱਛਾ, ਅੱਜ ਵਿੰਦੇ ਨਾ, ਪਰਾਂ ਦੇ ਵਿੱਚ ਵੀ ਕਾਲੀਆਂ ਸਲਾਈਆਂ ਨੇ, ਪੁੱਲ ਭਰੇ ਛਾਪੇ, ਉਹਨਾਂ ਦੀ ਗੰਦੀ ਫਾਰਮ ਅੱਗੋਂ ਵਿਗੜਦੇ ਵਿਗੜਦੇ, ਜਿਹੜੇ ਅਸਲ ਸਾਨੂੰ ਬੜੇ ਸੀਨ ਸਨ।
ਪੱਲੇ ਚਿੱਟੇ ਪੂਰੇ ਪੂਸ਼ਲ ਚਿੱਟੀ ਸਲੇਟੀ ਛਾਪੇ ਤੁਹਾਨੂੰ ਦਿਖਾਉਂਦੇ ਆ। ਅਸਲ ਤੁਸੀਂ ਜਿਹੜਾ ਫਿਰੋਜ਼ਪੁਰੀ ਵੀ ਵਹਿੰਦੇ ਹੋ ਫਿਰੋਜ਼ਪੁਰੀ ਨਹੀਂ ਤੁਸੀਂ ਵਹਿੰਦੇ, ਠੀਕ ਹੋ ਗਿਆ। ਉਹ ਜਿਹੜੇ ਬਾਂਕਿਆਂ ਚੋਂ ਗੰਦੇ ਨਿਕਲਦੇ ਨੇ ਉਹ ਕਹਿੰਦੇ ਨੇ ਇਹ ਫਿਰੋਜ਼ਪੁਰੀ ਨੇ। ਫਿਰੋਜ਼ਪੁਰ ਹੋਣੇ ਨਾ ਫਿਰੋਜ਼ਪੁਰ, ਫਿਰ ਕਮਕਰਾਂ ਨੂੰ ਵੀ ਫਿਰੋਜ਼ਪੁਰੀ ਆਖੋ, ਡੱਬ ਵਾਲਿਆਂ ਨੂੰ ਵੀ ਫਿਰੋਜ਼ਪੁਰੀ ਆਖੋ। ਜੇ ਤੁਸੀਂ ਇਹ ਸਾਨੂੰ ਕਾਨਸੈਪਟ ਦੇ ਦਿੰਦੇ ਹੋ ਕਿ ਫਿਰੋਜ਼ਪੁਰੀ ਤੇ ਬਾਂਕਿਆਂ ਚ ਫਰਕ ਨਹੀਂ, ਤੇ ਫਿਰ ਕਮਕਰ ਵੀ ਫਿਰੋਜ਼ਪੁਰੀ ਇਹਨੂੰ ਉੱਥੋਂ ਹੀ ਆਏਦੇ ਨੇ। ਫਿਰੋਜ਼ਪੁਰੀ ਡਿਫਰੈਂਟ ਸ਼ੇਡ ਏ, ਬਾਂਕੇ ਡਿਫਰੈਂਟ ਸ਼ੇਡ ਏ, ਬਾਂਕਾ ਕਾਲਾ ਸ਼ੇਡ ਏ, ਫਿਰੋਜ਼ਪੁਰੀ ਗ੍ਰੇ ਸ਼ੇਡ ਏ, ਠੀਕ ਹੈ। ਫਿਰੋਜ਼ਪੁਰੀ ਚੀਨਾ ਨਹੀਂ ਹੋਏਗਾ। ਫਿਰੋਜ਼ਪੁਰੀ ਜਿਹੜੇ ਨੇ ਨਾ ਮੇਰੇ ਕੋਲ ਪੱਠੇ ਪੱਠੀਆਂ, ਉਹਨਾਂ ਨੂੰ ਮੈਂ ਅੱਗੋਂ ਕ੍ਰਾਸ ਦਿੰਦਾ। ਮੇਰੇ ਯਾਰ ਕਹਿੰਦੇ ਸਨ ਇਹਨੂੰ ਉਡਾਉਂਦਾ ਨਹੀਂ, ਉਹ ਯਾਰ ਇੱਕ ਚੀਜ਼ ਮੇਰੇ ਕੋਲ ਪਿਓਰ ਪਈ ਦੀ, ਮੈਨੂੰ ਜ਼ਾਇਆ ਕਰਨਾ ਕਿਉਂ ਨਾ ਮੈਨੂੰ ਅੱਗੋਂ ਪਾ ਕੇ ਫਿਰ ਉਡਾਵਾਂ, ਸਮਝ ਗਏ। ਫਿਰੋਜ਼ਪੁਰੀ ਇੱਕ ਨਿਆਬ ਚੀਜ਼ ਏ, ਠੀਕ ਹੋ ਗਿਆ, ਜਿਸ ਤਰ੍ਹਾਂ ਇੱਕ ਅਲੀ ਵਾਲੇ ਨਿਆਬ ਚੀਜ਼ ਏ, ਬਿਲਕੁਲ ਠੀਕ ਹੈ, ਇਸ ਤਰ੍ਹਾਂ ਫਿਰੋਜ਼ਪੁਰੀ ਇੱਕ ਨਿਆਬ ਚੀਜ਼ ਏ, ਠੀਕ ਹੋ ਗਿਆ, ਉਹਨੂੰ ਤੁਸੀਂ ਜ਼ਾਇਆ ਕਰ ਲਓ ਕਰਨਾ ਤੇ, ਅਦਰਵਾਈਜ਼ ਉਹਨਾਂ ਨੂੰ ਕ੍ਰਾਸ ਦਿਓ ਤੁਹਾਨੂੰ ਮਜ਼ਾ ਆਏਗਾ। ਤੇ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਤੁਹਾਡਾ ਮੇਨ ਪਰਿੰਦੇ ਭੱਜ ਜਾਂਦੇ ਨੇ, ਠੀਕ ਹੋ ਗਿਆ, ਦੂਸਰਾ ਕਿਸੇ ਕੋਲ ਨਸਲ ਨਹੀਂ ਜਾਏਗੀ, ਅਗਰ ਕਿਸੇ ਕੋਲ ਟੁਰ ਵੀ ਗਈ ਤੇ ਕ੍ਰਾਸ 'ਚ ਗਈ, ਕ੍ਰਾਸ 'ਚ ਗਈ। ਦੂਸਰਾ ਇਹ ਹੁੰਦਾ ਵੀ ਉਡਾਨ ਵੀ ਅੱਛੀ ਹੋ ਜਾਂਦੀ, ਆਪਣੀ ਜਿੱਦਤ ਦੇ ਨਾਲ ਤੁਸੀਂ ਆਪਣਾ ਆਪਣਾ ਕਾਰੀਗਰੀ ਵਹਾਣੀ ਹੈ ਨਾ, ਅਡਾਗ ਵਹਾਣੇ ਕਾਰੀਗਰੀ ਵਹਾਣੀ ਹੈ ਨਾ, ਜੋੜੇ 'ਚ ਵੀ ਲਾਉਣ 'ਚ ਕਾਰੀਗਰੀ ਵਹਾਣੀ ਹੈ ਕਿ ਯਾਰ ਇਹ ਫਿਰੋਜ਼ਪੁਰੀ ਆ 3 ਵਜੇ ਤੱਕ ਉੱਡਦਾ ਗਿਆ, ਇਹਦੇ ਨਾਲ ਮੈਂ ਮਾਦੀ ਲਾਂਗਾ, ਸ਼ਾਮੀ 5 ਵਜੇ ਤੱਕ 6 ਵਜੇ ਦੀ ਪਰਵਾਸ ਦੇ। ਮੈਂ ਗੱਲ ਕਰ ਰਿਹਾ ਸਾਂ ਛੱਤ ਵਾਲੇ ਜਿਹੜੇ ਨੇ ਨਾ, ਉਹਨਾਂ ਦਾ ਸ਼ੇਡ ਗ੍ਰੇ ਫਿਰੋਜ਼ਪੁਰੀਆਂ ਦੀ ਵਜ੍ਹਾ ਤੋਂ ਆਉਂਦਾ, ਜਿਹੜੇ ਛਾਪੇ ਗ੍ਰੇ ਉੱਤੇ ਆਉਂਦੇ ਨੇ, ਠੀਕ ਹੋ ਗਿਆ, ਠੀਕ ਹੈ। ਕਾਲੇ ਛਾਪਿਆਂ 'ਚ ਵੀ ਛੱਤ ਵਾਲਾ ਨਹੀਂ ਹੁੰਦਾ, ਠੀਕ ਹੋ ਗਿਆ, ਛੱਤ ਵਾਲਾ ਤੇ ਜਿਹੜਾ ਸਿਰ ਦਾ ਰੰਗ ਹੋਏਗਾ ਉਹੀ ਉਹਦੀ ਅੱਖ ਦਾ ਰੰਗ ਹੋਏਗਾ, ਜਿਹੜਾ ਖੋਪੜੀ ਦਾ, ਖੋਪੜੀ ਦਾ ਰੰਗ ਉਹੀ ਅੱਖ ਦਾ ਆਏਗਾ। ਜੇ ਗਾੜੀ ਹੈ ਤੇ ਅੱਖ ਵੀ ਗਾੜੀ ਹੋ ਜਾਏਗੀ, ਜੇ ਖੋਪੜੀ ਪਿੱਗੀ ਅੱਖ ਵੀ ਪਿੱਗੀ ਹੋਏਗੀ। ਪਲਕਾਂ ਉਹਨਾਂ ਦੀ ਆਮ ਗ੍ਰੇ ਸਿਆਲਕੋਟੀ ਟਾਈਪ ਦੀ ਆਉਣ ਗਏ, ਠੀਕ ਹੋ ਗਿਆ। ਗੱਲ ਦਾ ਸੀ ਮਕਸਦ ਕਿ ਉਹ ਮੈਂ ਉਹ ਛੱਤ ਵਾਲਾ ਕਬੂਤਰ ਉਹਨਾਂ ਕੋਲ 1000 ਰੁਪਏ ਦਾ ਉਦੋਂ ਖਰੀਦਿਆ ਸੀ, ਠੀਕ ਹੋ ਗਿਆ, ਠੀਕ ਹੈ ਜੀ। ਮੈਨੂੰ ਮਾਦੀ ਨਹੀਂ ਉਹਦੇ ਨਾਲ ਦੀ ਲੱਭੀ, ਅੱਜ ਤੱਕ ਨਹੀਂ ਸੀ ਲੱਭੀ, ਉਹ ਮੈਂ ਕੋਈ 4 ਸਾਲ ਕੋਲ ਰੱਖਿਆ, ਮੈਂ ਫਿਰ ਜਾ ਕੇ ਉਹਨਾਂ ਨੂੰ ਵਾਪਸ ਦੇ ਆਇਆ। ਤੁਸੀਂ ਕਹਿਣਾ ਕਿ ਧੋਖੇ ਕਬੂਤਰਾਂ 'ਚ ਖਾਧੇ ਜਾਂ, ਮੈਂ ਉਹਨਾਂ ਕੋਲ ਕਬੂਤਰ ਖਰੀਦਿਆ, ਠੀਕ ਹੋ ਗਿਆ, ਮੈਨੂੰ ਸਮਝ 'ਚ ਆਇਆ ਮੈਂ ਰੱਖਿਆ ਨਹੀਂ ਆ, ਮੈਂ ਉੱਥੇ ਹੀ ਦੇ ਆਇਆ, ਉਹਨੇ ਪੈਸਿਆਂ 'ਚ ਉਹਨਾਂ ਮੈਨੇਜ ਕਰ ਲਿਆ, ਮੈਂ ਅੱਗੋਂ ਫਿਰ ਮੈਨੂੰ ਪਸੰਦ ਆਇਆ, ਮੈਂ ਹੋਰ ਲੈਂਦਾ। ਅੱਲਾ ਜਾਣਦਾ ਸੀ ਫਿਰ ਉਹਨਾਂ ਨੂੰ ਫੌਤ ਹੋਏ ਨੇ, ਉਸ ਤੋਂ ਬਾਅਦ ਮੈਂ ਮਾਰਕੀਟ ਨਹੀਂ ਗਿਆ ਕਬੂਤਰ ਲੈਣ। ਮੈਨੂੰ ਬੜੇ ਬੰਦੇ ਆਖਿਆ ਮੇਰੇ ਕੋਲ ਬਣ ਗਏ ਦਿਨ, ਮੈਨੂੰ ਬੜੇ ਬੰਦਿਆਂ ਨੇ ਕਿਹਾ ਜੀ ਤੁਸੀਂ ਆਉਂਦੇ ਨਹੀਂ ਸਾਡੇ ਕੋਲ ਟਾਈਮ ਦਿਆ ਕੋ ਵਿਆਹ ਕਰ, ਮੈਂ ਯਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ। ਇਹ ਉਹ ਵਾਲਾ ਕੀੜਾ ਜਿਹੜਾ ਸੌਂਦਾ ਨੇ, ਕਬੂਤਰ ਬਾਜ਼ੀ ਮੁੱਕਦੀ ਜੀ, ਤੁਸੀਂ ਕਬੂਤਰ ਬਾਜ਼ਾਂ ਦੀ ਮਹਿਫਲ ਵੀ ਹੁੰਦੀ ਹੋਏ ਨਾ, ਪਿੱਛੇ ਦਰਬੜੀ ਵੀ ਹੋਏ, ਤੁਸੀਂ ਐਵੇਂ ਹੀ ਉੱਠ ਕੇ ਬੇ ਜਾ ਕੇ ਤੁਹਾਡੇ ਕੋਲ ਹਾਲੇ ਦੁਨੀਆ ਦਾ ਸਭ ਨਾਲੋਂ ਚੰਗੇ ਤਰੀਨ ਕਬੂਤਰ ਹੋਣਗੇ ਨਾ, ਤੁਸੀਂ ਐਵੇਂ ਹੀ ਜਾ ਕੇ ਖੁਰਕ ਕੇ ਨਾ ਲੱਕ ਨੂੰ ਤੇ ਪੇ ਦੇਖੋਗੇ ਕੋਈ ਹੈ ਕਾਹ ਕੋਈ ਹੈ ਚੰਗਾ ਲੈ ਲਈਏ, ਠੀਕ ਹੈ ਵੀ ਤਾਂ ਸਿਗਰ ਲਾ ਲੈਣੀ ਹੈ। ਇੱਕ ਨੇਚਰ ਹੋ ਜਾਂਦੀ ਹੈ ਬੰਦੇ ਦੀ, ਉਹਨੂੰ ਵੱਧ ਤੋਂ ਵੱਧ ਬਣਾਉਣ ਦੀ ਜੂਸ ਜੂ ਹੁੰਦੀ ਹੈ, ਠੀਕ ਹੈ। ਤੇ ਦੁਨੀਆ ਦਾ ਨਾ ਹੈ, ਮਗਰ ਮੈਂ ਸਮਝ, ਜੇ ਕੋਈ ਲੱਖ ਵੇ ਉਹ ਕਹਿੰਦਾ ਮੈਂ 2 ਲੱਖ ਦੇ ਬਣਾ ਕਰ ਲਵਾਂ, ਜੇ ਕੋਈ ਕਰੋੜ ਹੋ ਕਹਿੰਦਾ ਮੈਂ 2 ਕਰੋੜ ਕਰ ਲਵਾਂ, ਐਸਾ ਅਸੀਂ ਕਬੂਤਰ ਬਾਜ਼ ਹਾਂ, ਅਸੀਂ ਕਹਿੰਦੇ ਯਾਰ 10 ਜੋੜੇ ਚੰਗੇ ਨੇ ਤੇ ਕੋਈ 10 ਹੋਰ ਬਣਾ ਲਈਏ, ਉਹ 10 ਬਣਾਉਂਦੇ ਉਮਰ ਲੰਘ ਜਾਂਦੀ ਹੈ, ਉਹ 10 ਨਹੀਂ ਬਣਦੇ ਫਿਰ। ਮਗਰ ਮੇਰਾ ਮੰਨਣਾ ਹੈ ਕਿ ਤੁਹਾਡੇ ਕੋਲ ਜੇ ਇੱਕ ਅੱਛੀ ਨਸਲ ਬਣ ਜਾਂਦੀ ਹੈ ਨਾ, ਤੁਹਾਨੂੰ ਉੱਥੇ ਸਟੇ ਕਰ ਜਾਣਾ ਚਾਹੀਦਾ। ਅੱਛਾ, ਉਹਨੂੰ ਹੀ ਤਲੋ ਤਲ ਕਰਦੇ ਰਹੋ ਤੇ ਕੰਮ ਸਿੱਧਾ ਤੁਰਦੇ ਰਹੋ ਤੇ ਮਜ਼ਾ ਆਏਗਾ। ਜਦੋਂ ਤੁਸੀਂ ਮਜ਼ੀਦ ਵਧਾਉਂਦੇ ਜਾਓਗੇ ਕੰਮ ਤੇ ਆਪਣੀਆਂ ਹੀ ਉਲਝਣਾਂ ਵਧਾਉਂਦੇ ਜਾਓਗੇ। ਅੱਛਾ ਮਹਿਰ ਭਾਈ, ਤੁਸੀਂ ਸਭ ਤੋਂ ਜ਼ਿਆਦਾ ਕਬੂਤਰ ਕਿਹੜੇ ਨੂੰ ਜ਼ਿਆਦਾ ਲਾਈਕ ਕਰਦੇ ਹੋ? ਕੋਈ ਵੀ ਨਸਲ, ਮੈਂ ਨਹੀਂ ਕਹਾਂਗਾ ਸਿਆਲਕੋਟੀ, ਕਸੂਰੀ, ਫਿਰੋਜ਼ਪੁਰੀ, ਬਾਂਕੇ, ਚੂਹੇ, ਟੁਨੀਏ, ਕੋਈ ਵੀ ਐਸੀ ਬਰੀਡ ਜਿਹੜੀ ਜਿਹਨੂੰ ਜ਼ਿਆਦਾ ਤੁਸੀਂ ਮੁਹੱਬਤ ਕਰਦੇ ਹੋ ਜਾਂ ਸ਼ੌਕ ਵਾਲੇ ਤੁਹਾਡੇ ਕਬੂਤਰ ਹੋਣਗੇ, ਤੁਸੀਂ ਯਾਰ ਕਹੋ ਯਾਰ ਮੇਰੇ ਥੱਕਿਆ ਵੀ ਹੋਵਾਂ ਤਾਂ ਮੇਰੇ ਸਾਹਮਣੇ ਆਇਆ ਹੋਣੇ ਚਾਹੀਦੇ ਨੇ, ਸਾਹਮਣੇ ਆਉਣੇ ਚਾਹੀਦੇ ਨੇ ਮੇਰੇ। ਹਾਂ ਜ਼ਾਹਰੀ ਗੱਲ, ਥੱਕੇ ਹੋਵੋ ਮੇਰੇ ਬੱਚੇ ਨੂੰ ਚੁੱਕਦੇ ਹੋ, ਪਿਆਰ ਕਰਦੇ ਹੋ ਯਾਰ, ਇੱਕ ਤਾਂ ਸਾਡੇ ਪਾਰਸ ਕਬੂਤਰ ਨੇ, ਪਾਰਸ ਜਾਂ ਕੋਈ ਕਮੱਗਰ ਚੰਗਾ ਲੱਭ ਜਾਏ ਤੇ ਥਕਾਵ ਲੱਠ ਜਾਂਦੀ ਹੈ। ਕਮੱਗਰ ਹੋਏ ਤੇ ਕਮੱਗਰ ਕਹੀਏ, ਕਮਾਨ ਕਰਾਂ ਲੈ
ਪਤਾ ਨਹੀਂ ਉਹ ਕਮਾਨ ਕਰਨ ਵਾਲੇ ਨੇ ਕਿ ਕਿੰਨਾ ਦੇ ਉਹ ਵਾਲਾ ਹਿਸਾਬ ਲੈਣਾ ਹੈਗਾ ਲੈ ਵੇ ਉੱਤੇ ਦੇ ਲੈਣਾ ਬਣਾ ਕੇ ਨੂੰ ਸੈਬਰਾ ਬਣਾਇਆ ਹੋਵੇ ਉਹ ਲੈਣਾ ਚੱਕਰ ਹੋਵੇ ਸਾਡੇ ਨਾਲ ਉਦੋਂ ਤੇ ਵੀਰ ਦੇਖੋ ਨਾ ਹੁਣ ਅਸੀਂ ਹੁਣ ਉਸ ਉਮਰ 'ਚ ਪਹੁੰਚ ਗਏ ਕਿ ਅਸੀਂ ਪੁਰਾਣੇ ਕਬੂਤਰ ਦੇਖੇ ਨੇ ਤੁਸੀਂ ਹੁਣ ਤੱਕ ਉਦੋਂ ਹੀ ਕਹੋਗੇ ਇਹੀ ਕਮਗਰ ਅਸਲ ਨੇ ਤਾਂ ਅਸੀਂ ਕਿਸ ਤਰ੍ਹਾਂ ਮੰਨ ਲਏ ਮੈਨੂੰ ਜ਼ਿੰਦਗੀ 'ਚ ਇੱਕ ਕਮਗਰ ਮਿਲਿਆ ਸੀ ਅੱਛਾ ਇੱਕ ਕਮਗਰ ਮੈਨੂੰ ਜ਼ਿੰਦਗੀ 'ਚ ਮਿਲਿਆ ਅੱਛਾ ਤੇ ਜਸਤੂ ਜੀ ਰਹੀਏ ਕੋਈ ਤਾਂ ਦੁਬਾਰਾ ਲੱਭ ਜਾ ਕਿਹੜੀ ਸੰਨ 'ਚ ਮਿਲਿਆ ਇਹ ਸੰਨ 2000 ਦੇ ਪਿੱਛੇ 2000 ਇੱਕ ਜਾਂ ਦੋ ਦੀ ਗੱਲ ਇੱਕ ਦੋ ਦੀ ਗੱਲ ਕਿੱਥੋਂ ਲੱਭਾ ਸੀ ਇੱਥੋਂ ਹੀ ਚਵਿੰਡਾ ਇਹ ਚਵਿੰਡਾ ਸ਼ਹਿਰ ਨਾਲ ਹੈ ਅੱਛਾ ਤੇ ਸਾਡੇ ਦੜਵੀ ਦੜਵੀ ਦੇ ਜੋ ਸਾਡੇ ਕੋਲ ਪਹਿਲੇ ਦੌਰ ਚ ਕੋਈ ਨਹੀਂ ਸੀ ਇਹਨੇ ਇਸਲਾਮ ਉਸਤਾਦ ਵੀ ਬੈਠੇ ਉਹ ਦੁਕਾਨਾਂ ਦੇ ਕਨਸੈਪਟ ਨਹੀਂ ਸੀ ਕਨਸੈਪਟ ਨਹੀਂ ਸੀ ਨਾ ਸਾਡੇ ਦੋਸਤ ਹਨ ਭਾਈ ਹੋਰੀ ਅੱਲਾ ਉਹਨਾਂ ਦੀ ਮਫਰਤ ਕਰੇ ਉਹ ਕਹਿਣ ਲੱਗੇ ਜਿਹਨੂੰ ਛੱਤ ਬਣਾਈ ਨਾ ਕਹਿ ਇੱਥੋਂ ਕੱਪ ਛੱਪ ਖੇਡਾਂ ਕਰਾਂਗੇ ਮੈਂ ਜੀ ਠੀਕ ਹੈ ਠੀਕ ਹੋ ਮੈਂ ਉਹਨਾਂ ਨੂੰ ਮੋਟਰਸਾਈਕਲ ਤੇ ਲੈ ਜਾਣਾ ਕਰਨਾ ਸਾਂ ਫਿਰਨਾ ਕਰਨਾ ਚਵਿੰਡੇ 'ਚ ਇੱਕ ਦੁਕਾਨ ਸੀ ਉਹ ਡੀਲਰ ਸੀ ਉਹਨੇ ਖੇਡਾਂ ਇਕੱਠੀਆਂ ਲੈਂਦੀਆਂ ਹੁੰਦੀਆਂ ਸਨ ਭਾਈ ਹੋਰਾਂ ਨੇ ਵੀ ਦੁਕਾਨ ਰੱਖੀ ਦੀ ਸੀ ਅਨਵਰ ਸਈਦ ਭਾਈਆ ਸਾਹਿਬ ਨੇ ਅੱਲਾ ਦੀ ਮਰਫਤ ਕਰੇ ਉਦੋਂ ਇੱਥੋਂ ਅਸੀਂ 50 ਰੁਪਏ ਦਾ 60 ਰੁਪਏ ਦਾ ਕਬੂਤਰ 70 ਰੁਪਏ ਦਾ 100 ਰੁਪਏ ਦਾ ਕਬੂਤਰ ਲੈਂਦੇ ਹੁੰਦੇ ਸਾਂ ਅੱਛਾ ਚੰਗੇ ਦੌਰ ਦੀ ਗੱਲ ਅੱਛਾ ਕਬੂਤਰ ਜਿਹੜਾ ਅਸੀਂ 5 ਰੁਪਏ ਦਾ ਚੰਗਾ ਲੈਂਦੇ ਰਹੇ 10 ਨਹੀਂ ਨਹੀਂ ਉਹ ਅਸੀਂ ਆਪਣੀ ਗੱਲ ਦਾ ਪਿੱਛੇ ਪਿੱਛੇ ਟੁਰ ਗਿਆ ਨਾ ਦੌਰ ਪਿੱਛੇ ਟੁਰ ਜਾਂਦਾ ਨਾ ਮੈਂ 2002-03 ਦੀ ਗੱਲ ਕਰ ਰਿਹਾ ਚੁੰਡੇ ਗਏ ਉੱਥੋਂ ਕਬੂਤਰ ਇਕੱਠੇ ਪਾਏ 26 ਰੁਪਏ ਭਰ ਦੇ ਹਿਸਾਬ ਨਾਲ ਲੈ ਲਏ ਠੀਕ ਹੋ ਗਿਆ ਉਹਨਾਂ 'ਚੋਂ ਕਬੂਤਰ ਆਇਆ ਸੀ ਇੱਕ ਮੇਰੇ ਕੋਲ ਬਟੇਰਾ ਕਬੂਤਰ ਉਹਨਾਂ 'ਚੋਂ ਟਿਕਿਆ ਅਤੇ ਇੱਕ ਉਹ ਕਬੂਤਰ ਕਮੰਗਰ ਟਿਕਿਆ ਉਹ ਕਬੂਤਰ ਨੂੰ ਨਾ ਮੈਂ ਮੈਨੂੰ ਉਡਾਉਣ ਦਾ ਸ਼ੌਕ ਸ਼ੁਰੂ ਤੋਂ ਨਹੀਂ ਸੀ ਆਇਆ ਮੈਂ ਉਹਨੂੰ ਬਾਹਰ ਹੀ ਛੱਡਿਆ ਨਾ ਮੇਰਾ ਪਹਿਲਾਂ ਖੁੱਡਾ ਹੁੰਦਾ ਸੀ ਕਿ ਬਨੇਰਿਆਂ ਦੇ ਬਰਾਬਰ ਰੱਖ ਕੇ ਨਾ ਜਾਲ ਪਾਇਆ ਹੁੰਦਾ ਸੀ ਅੰਦਰ ਜੋੜਿਆ ਲੈ ਅਤੇ ਬਾਹਰ ਇੱਕ ਭਿੱਤ ਹੁੰਦੀ ਸੀ ਅਤੇ ਖੁੱਡਾ ਬਣਿਆ ਹੁੰਦਾ ਸੀ ਜਿਹਦੇ ਵਿੱਚ ਉੱਡਣ ਵਾਲੇ ਹੁੰਦੇ ਸਨ ਅਤੇ ਉਹ ਵੀ ਖੁੱਲ੍ਹਾ ਰਹਿੰਦਾ ਸੀ 24 ਘੰਟੇ ਅੱਛਾ ਉਹ ਆਪ ਹੀ ਨਿਕਲਦੇ ਆਪ ਹੀ ਉੱਡ ਜਾਣੇ ਜੰਗਲੀਆਂ ਵਾਲਾ ਘਰ ਹੀ ਕੋਲ ਸੀ ਹੁੰਦਾ ਉੱਚਾ ਮਤਲਬ ਪਹਿਲੀ ਮੰਜ਼ਿਲ ਬਣਾਇਆ ਸੀ ਅਤੇ ਉਦੋਂ ਕਾਫੀ ਉੱਚਾ ਹੁੰਦਾ ਸੀ ਸਾਡਾ ਅੱਛਾ ਲਓ ਜੀ ਉਹ ਕਬੂਤਰ ਬਹੁਤ ਉੱਡਦਾ ਹੁੰਦਾ ਸੀ ਮੈਂ ਜਦੋਂ ਵੀ ਛੱਤ 'ਤੇ ਜਾਣਾ ਨਾ ਉਹਨੇ ਉੱਤੇ ਹੀ ਆਉਣਾ ਉਹਨੂੰ ਮੈਂ ਗੋਲ ਕਰ ਛੱਡਿਆ ਅਗਲੇ ਦਿਨ ਮੈਂ ਗਿਆ ਕਬੂਤਰ ਫਿਰ ਕੋਈ ਨਾ ਫਿਰ ਕਿਉਂਕਿ ਮੈਨੂੰ ਗੋਲ ਦਾ ਉਦੋਂ ਪਤਾ ਹੀ ਨਹੀਂ ਸੀ ਕਿ ਗੋਲ ਕਿੰਝ ਕਰੀਦਾ ਮੇਰੇ ਯਾਰ ਨੇ ਕਿਹਾ ਬਾਹਰੋਂ ਪਾਰ ਕੱਟ ਦੇ ਗੋਲ ਉਹ ਫਿਰ ਉੱਤੇ ਸਮਾਨ 'ਤੇ 2-3 ਵਾਰੀ ਇਹਨੂੰ ਮੈਂ ਕੱਟਿਆ ਜਿੰਝ ਵੀ ਉਹ ਮੈਂ ਜਦੋਂ ਆਵਾਂ ਫਿਰ ਉਹ ਉੱਤੇ ਈਵਨ ਕਿ ਮੈਂ ਲਾਈਟਾਂ ਖਰੀਦੀਆਂ ਉਹ ਪਰਲੀ ਸੀ ਕੋਠੀ ਬਣਾ ਰਹੇ ਸਨ ਅਤੇ ਉਹਦੇ ਉੱਤੇ ਫਲੱਡ ਲਾਈਟਾਂ ਲਗਾਈਆਂ ਸਨ ਉਹ ਮੈਂ ਲਾਈਟਾਂ ਨੂੰ ਤਾਰਾਂ ਲਾ ਕੇ ਨਾ 6-7 ਉਦੋਂ ਰਾਡ ਵਾਲੀਆਂ ਚੱਲਦੀਆਂ ਹੁੰਦੀਆਂ ਸਨ ਡੱਬਾ ਬਣਿਆ ਹੁੰਦਾ ਸੀ 500 ਵਾਟ ਦਾ ਰਾਡ ਹੁੰਦਾ ਸੀ ਉਹ 4-5 ਲਾਈਟਾਂ ਮੈਂ ਫਿਰ ਆਪਣੇ ਘਰ ਦੇ ਬਨੇਰਿਆਂ ਦੇ ਉੱਤੇ ਧਰਦੇ ਨਾ ਉਦੋਂ ਲਾਈਟਾਂ ਦਾ ਕਨਸੈਪਟ ਨਹੀਂ ਸੀ ਹੁੰਦਾ ਮੈਂ ਲਾਈਟ ਘਰ ਛੱਡੀ ਯਾਰ ਗੁਰੂ ਤੋਂ ਉਹਨੂੰ ਨਜ਼ਰ ਆਈਏ ਉਹਨੇ ਅਕਸਰ ਫਿਰ ਉਹ ਲਾਈਟਾਂ 'ਤੇ ਆ ਕੇ ਲੱਥਣਾ ਕਰਨਾ ਉਸ ਕਬੂਤਰ ਨੇ ਗਰਮੀਆਂ ਦਾ ਮੌਸਮ ਮੈਂ ਮੇਰੇ ਜੀਨ 'ਚ ਨਹੀਂ ਮੈਂ ਕਹਾਂ ਜੀ ਜੇਠ 'ਚ ਲੱਗਦਾ ਸੀ ਵਿਸਾਖ ਦੇ ਉਹੀ ਦੌਰ ਸੀ ਗਰਮੀਆਂ ਜਿਹੀਆਂ ਕਿ ਸੇਕਾ ਲੱਗਦਾ ਹੁੰਦਾ ਸੀ ਉੱਤੇ ਚੰਗਾ ਮੈਂ ਜਦੋਂ ਭਾਈ ਹੋਰੀ ਫੌਤ ਹੋ ਗਏ ਭਾਈ ਖਬਰ ਨੰਨੇ ਹੋਰਾਂ ਨਾਲ ਮੇਰੀ ਸਲਾਮ ਦੁਆ ਗਈ ਮੈਂ ਉਹਨਾਂ ਨੂੰ ਕਿਹਾ ਯਾਰ ਉਸਤਾਦ ਜੀ ਕਬੂਤਰ ਬਹੁਤ ਹੋ ਗਏ ਨੇ ਛਾਂਟੀ ਮਾਰੀਏ ਮੈਂ ਕਿਸੇ ਕੋਲ ਸੁਣਿਆ ਸੀ ਭਾਈ ਹੋਰਾਂ ਦੇ ਸ਼ਗਿਰਦ ਕੋਲੋਂ ਜਿਹੜੇ ਫੌਤ ਹੋ ਗਏ ਸਨ ਕਿ ਜੇ ਕਬੂਤਰ ਅੱਛਾ ਜਿਹੜਾ ਨਾ ਅੱਛਾ ਕਬੂਤਰ ਜੇ ਉਡਾਣ ਦਾ ਸ਼ੌਕ ਕਰਨਾ ਜੀ ਆਉਂਦੇ ਨੇ ਕਿ ਕਮੱਗਰ ਦਾ ਆਉਣਾ ਚਾਹੀਦਾ ਮੈਂ ਸੁਣਿਆ ਸੀ ਤੁਸੀਂ ਗੱਲ ਜਾਰੀ ਰੱਖੋ ਆਪਣੀ ਉਹ ਜਨਾਬ ਉਹ ਨਾ ਨਾ ਮੈਂ ਉਹਨਾਂ ਨੂੰ ਕਹਿਣਾ ਕਹਿੰਦਾ ਭਾਅ ਜੀ ਸੁਣਿਆ ਕਮੱਕਰ ਕਬੂਤਰ ਬਹੁਤ ਅੱਛੇ ਹੁੰਦੇ ਨੇ ਅੱਛਾ ਕਹਿਣ ਲੱਗੇ ਜੀ ਚੰਗੇ ਹੁੰਦੇ ਨੇ ਮੈਂ ਕਿਹਾ ਸਾਹ ਜੀ ਕਿਲੋ ਕਮੱਗਰ ਮਿਲੇ ਤੇ ਦਿਓ ਅੱਛਾ ਮੈਨੂੰ ਕਹਿਣ ਲੱਗੇ ਚੋਈ ਸਾਹਿਬ ਆਉਂਦਾ ਕਮੱਗਰ ਧੋਂਦਿਆਂਗੇ ਅੱਛਾ ਕਾਫੀ ਅਰਸਾ ਜੀ ਲੰਘ ਗਿਆ ਮੈਂ ਉਹਨਾਂ ਨੂੰ ਕਹਿਣਾ ਕਰਨਾ ਅੱਛਾ ਉਹਨਾਂ ਜਨਾਬ ਮੈਂ ਉਹਨਾਂ ਛਾਂਟੀ ਮਾਰਨ ਵਾਸਤੇ ਘਰ ਲਿਆਂਦਾ ਮੈਂ ਜੀ ਛਾਂਟੀ ਭਾਈ ਨੰਨੇ ਹੋਰਾਂ ਨੂੰ ਅੱਛਾ ਅਸੀਂ ਕੋਈ 11 ਵਜੇ ਨਾਲ ਆਏ ਆਉਂਦੇ ਚਾਏ ਪੀਤੀ ਗਰਮੀਆਂ ਦੇ ਦਿਨ ਸਨ ਉਹ ਚਾਏ ਸ਼ੌਕ ਨਾਲ ਪੀਂਦੇ ਹੁੰਦੇ ਸਨ ਚਾਏ ਪੀਤੀ ਬਹਿ ਗਏ ਕਬੂਤਰਾਂ ਦੀ ਛਾਂਟੀ ਮਾਰੀ ਖਾਣਾ ਖਾਧਾ ਬੈਠੇ ਰਹੇ ਅਸੀਂ ਚਾਹ ਪੇ ਪੀਣ ਉਹ ਕਬੂਤਰ ਉੱਤੋਂ ਲੱਥ ਕੇ ਆ ਗਿਆ ਉੱਡਣ ਡਿਆ ਉਹ ਉੱਡਣ ਡਿਆ ਸੀ ਉਹ ਆਪੇ ਉੱਡ ਜਾਂਦਾ ਸੀ ਹਾਂਜੀ ਉਹ ਆ ਕੇ ਬਾਹਰ ਲੱਥਾਂ ਅੰਦਰ ਵੜ ਗਿਆ ਕਹਿੰਦੇ ਨੇ ਮੈਂ ਇਹਨੂੰ ਕਬੂਤਰ ਵਿਖਾਓ ਮੈਂ ਕੱਢ ਕੇ ਕਬੂਤਰ ਵਿਖਾਇਆ ਕਹਿਣ ਲੱਗੇ ਚੰਗਾ ਕਬੂਤਰ ਅੱਛਾ ਛੱਡ ਦਿੱਤਾ ਟੁਰ ਗਏ ਅਸੀਂ ਛਾਂਟੀ ਵੱਜ ਗਈ
ਕੁਛ 6 ਮਹੀਨੇ ਬਾਅਦ ਫਿਰ ਮੈਂ ਗਿਆ ਮੈਂ ਕਿਹਾ ਉਸਤਾਦ ਜੀ ਛਾਂਟੀ ਵੱਜ ਗਈ ਕਬੂਤਰ ਬਾਹਰ ਉੱਡਣ ਵਾਲਿਆਂ 'ਚ ਸੀ ਮੈਂ ਅੰਦਰ ਜੋੜਿਆਂ ਵਾਲੇ ਜਿਹੜੇ ਕਬੂਤਰ ਸਨ ਨਾ ਉਹਨਾਂ ਦੀ ਛਾਂਟੀ ਮਰਵਾਈ ਉਹਨਾਂ ਦੀ ਛਾਂਟੀ ਮਰਵਾ ਦਿੱਤੀ 6 ਮਹੀਨੇ ਬਾਅਦ ਮੈਂ ਫਿਰ ਕਿਹਾ ਮੈਂ ਕਿਹਾ ਉਸਤਾਦ ਜੀ ਆ ਫਿਰ ਛਾਂਟੀ ਮਾਰੋ ਜਿਹੜੇ ਬਹੁਤ ਚੰਗੇ ਕਬੂਤਰ ਨੇ ਉਹ ਰੱਖੀਏ ਬਾਕੀ ਕੱਢ ਦਈਏ ਕਬੂਤਰ ਕੱਢੇ ਛਾਂਟੀ ਵੱਜੀ ਬੈਠੇ ਚਾਏ ਸ਼ਾਏ ਪੀਤੀ ਖਾਣਾ ਖਾਧਾ ਫਿਰ ਚਾਏ ਪੀਣ ਡੇ ਚਾਏ ਪੀ ਲਈ ਬੈਠੇ ਉਹ ਕਬੂਤਰ ਫਿਰ ਆ ਗਿਆ ਲੱਥੇ ਕਹਿੰਦੇ ਨੇ ਮੈਨੂੰ ਚੀ ਸਾਹਿਬ ਕਬੂਤਰ ਤਾਂ ਵਿਖਾਓ ਮੈਂ ਵੇਖਿਆ ਕਹਿੰਦੇ ਚੀ ਸਾਹਿਬ ਇਹਨੂੰ ਵੀ ਅੰਦਰ ਸੁੱਟ ਛੱਡੋ ਹਾਂ ਜੋੜਿਆਂ 'ਚ ਅੱਛਾ ਮੈਂ ਕਿਹਾ ਜੀ ਅੱਛਾ ਮੈਂ ਅੰਦਰ ਸੁੱਟ ਦਿੱਤਾ ਇਸ ਅਰਸੇ ਦੇ ਦੌਰਾਨ ਵੀ ਉਹਨਾਂ ਨੂੰ ਮੈਂ ਕਹਿਣਾ ਕਰਦਾ ਮੈਂ ਕਿਹਾ ਉਸਤਾਦ ਕੋਈ ਕਮੱਗਰ ਆਇਆ ਤਾਂ ਦੱਸਿਓ ਅੱਛਾ ਮੈਂ ਅੰਦਰ ਉਹਨੂੰ ਕਰ ਛੱਡਿਆ ਜੋੜੇ ਨੂੰ ਲਾ ਦਿੱਤਾ ਮਗਰ ਉਹਨੇ ਕੀ ਕਰਨਾ ਬੱਚੇ ਐਡੇ ਘੋਣੇ ਨਾ ਤੂੰ ਉਹਨੇ ਮਾਦੀ ਮਗਰ ਚੜ੍ਹ ਜਾਣਾ ਬੱਚਾ ਮਾਰ ਛੱਡਣਾ ਮਾਦੀ ਮਗਰ ਫਿਰ ਆਂਡੇ ਦੁਆਨ ਦੌੜ ਪੈਣਾ ਇੱਕ ਦਿਨ ਆਏ ਬੈਠੇ ਸ਼ੌਕ ਪੇ ਕਰੀਏ ਅਤੇ ਕਹਿੰਦੇ ਨਾ ਮੈਨੂੰ ਕਬੂਤਰ ਵਿਖਾਓ ਮੈਂ ਕਬੂਤਰ ਵਿਖਾਇਆ ਵੇਖ ਕੇ ਹਾਸੇ ਅਤੇ ਛੱਡ ਦਿੱਤਾ ਖਾਣਾ ਛਾਣਾ ਖਾਧਾ ਬੈਠੇ ਕਹਿੰਦੇ ਨਾ ਮੈਨੂੰ ਫਿਰ ਕਬੂਤਰ ਵਿਖਾਓ ਮੈਂ ਫਿਰ ਵਿਖਾਇਆ ਫਿਰ ਛੱਡ ਦਿੱਤਾ ਅੰਦਰ ਚਾਏ ਸ਼ਾਏ ਪੀਤੀ ਚਾਏ ਪੀਣ ਦੇ ਦੌਰਾਨ ਕਹਿੰਦੇ ਨੇ ਮੈਨੂੰ ਯਾਦ ਚੰਗੀ ਤਰ੍ਹਾਂ ਕਹਿੰਦੇ ਨੇ ਕਬੂਤਰ ਤੇ ਲਿਆਓ ਫੜ ਕੇ ਫਿਰ ਦੁਬਾਰਾ ਤੀਸਰੀ ਵਾਰੀ ਫਿਰ ਵੇਖਿਆ ਤੀਜੀ ਵਾਰੀ ਵੇਖ ਬੂ ਕੇ ਤੇ ਛੱਡ ਦਿੱਤਾ ਉਹਨਾਂ ਦੀ ਆਦਤ ਐਸੀ ਸੀ ਪਿਆਰ ਵਾਲੀ ਕਿ ਉਹਨਾਂ ਦਾ ਹੁੰਦਾ ਸੀ ਕਿ ਹੁਣ ਮੈਨੂੰ ਚੀਜ਼ ਪੁੱਛੋ ਚੀਜ਼ ਵਾਰ ਵਾਰ ਕਰਦੇ ਹੁੰਦੇ ਸਨ ਕਿ ਮੈਨੂੰ ਪੁੱਛੇ ਮੂੰਹ ਫਿਰ ਛੱਡ ਦਿੱਤਾ ਫਿਰ ਜਾਣ ਲੱਗੇ ਕਹਿੰਦੇ ਚੀਜ਼ ਸਭ ਕਬੂਤਰ ਤੇ ਵਿਖਾਓ ਮੈਨੂੰ ਮੈਂ ਫਿਰ ਵਿਖਾਇਆ ਮੈਂ ਕਿਹਾ ਉਸਤਾਦ ਜੀ ਕਬੂਤਰ ਕੁਝ ਚੰਗਾ ਕਹਿਣ ਲੱਗੇ ਮੈਨੂੰ 2 ਸਾਲ ਹੋ ਗਏ ਤੁਸੀਂ ਮੇਰਾ ਦਿਮਾਗ ਖਾ ਮਾਰਿਆ ਕਿ ਉਸਤਾਦ ਜੀ ਕੋਈ ਕਮੱਗਰ ਆਇਆ ਤਾਂ ਮੈਨੂੰ ਦਿਓ ਕੋਈ ਕਮੱਗਰ ਆਇਆ ਤਾਂ ਦੱਸਿਓ ਅਤੇ ਜਿੱਡਾ ਵੱਡਾ ਕਮੱਗਰ ਤੁਹਾਡੇ ਕੋਲ ਪਿਆ ਮੈਂ ਅੱਜ ਤੱਕ ਸਿਆਲਕੋਟ 'ਚ ਕਿਸੇ ਛੱਤ 'ਤੇ ਨਹੀਂ ਜੇ ਵੇਖਿਆ ਵੈਰੀ ਗੁੱਡ ਅੱਛਾ ਇਹ ਕਮੱਗਰ ਹੁੰਦੇ ਨੇ ਹੁਣ ਸਾਨੂੰ ਅੱਜ ਦਾ ਕਬੂਤਰ ਨਜ਼ਰ ਨਹੀਂ ਆਉਂਦਾ ਹੈ ਹੀ ਨਹੀਂ ਸੀ ਕਿਧਰੇ ਉਹ ਦੋ ਰਾਸਾ ਸੀ ਸਾਨੂੰ ਕਮੱਗਰ ਖਾਂਦੇ ਨੇ ਲਾਲ ਸੂਈਆਂ ਅੱਖਾਂ 'ਚ ਸਾਨੂੰ ਕਮੱਗਰ ਖਾਂਦੇ ਨੇ ਲਾਲ ਛੱਲਿਆਂ 'ਚ ਉਸ ਕਬੂਤਰ ਦੀ ਅੱਖ ਨਰੰਜੀ ਸੀ ਉਹਦੀ ਜਿਹੜੀ ਵੱਡੀਆਂ ਉਂਗਲਾਂ ਸਨ ਨਾ ਵੱਡੀਆਂ ਉਂਗਲਾਂ ਅੱਧੀ ਅੱਧੀ ਦੋਵਾਂ ਪਾਸੇ ਟੁੱਕੀਆਂ ਸਨ ਕਿਉਂ ਉਹਦੇ ਜਸੀਮ ਕਬੂਤਰ ਸੀ ਛੱਤਰੀ 'ਤੇ ਬਹਿੰਦਾ ਸੀ ਤੁਹਾਡੇ ਤੋਂ ਉੱਥੇ ਛੱਤੜ ਨਾ ਲੱਗਦੇ ਸਾਡੇ ਛੱਤਰੀਆਂ ਲੱਗਦੇ ਉਹ ਸਾਰੇ ਫੰਦਾ ਲਾਉਂਦੇ ਸੀ ਲੋਕ ਜੋ ਫੰਦਾ ਲਾ ਕੇ ਨਹੁੰ ਦੇ ਜੇ ਪਾਉਣਾ ਨਾ ਉਹਨੇ ਧਰੇਕੀ ਐਸੀ ਮਾਰਨੀ ਕਿ ਨਹੁੰ ਲੱਥ ਜਾਣਾ ਆਪੀ ਘਰ ਆ ਜਾ ਆਪੀ ਉੱਡ ਜਾਣਾ ਉਹਦੇ ਦੋਵੇਂ ਉਂਗਲੀਆਂ ਨੇ ਦੋਵੇਂ ਉਂਗਲੀਆਂ ਵੱਡੀਆਂ ਸੰਦੂਆ ਸਾਡਾ ਐਡਾ ਜਾਬਰ ਕਬੂਤਰ ਸੀ ਫਿਰ ਅਗੋ ਸਟੋਰੀ ਇਹਦੇ ਕੋਲ ਸੁਣੋ ਕੀ ਹੈ ਕੀ ਕੀਤਾ ਇਹਦੇ ਨਾਲ ਉਹ ਫਿਰ ਜਨਾਬ ਬੜੀ ਦੇਰ ਰਿਹਾ ਫਿਰ ਹੋਇਆ ਹੈ ਕਿ ਉਡਾਣ ਦਾ ਸ਼ੌਕ ਮੁੱਕ ਗਿਆ ਸੀ ਉਡਾਣ ਦਾ ਤਾਂ ਮੈਨੂੰ ਸ਼ੌਕ ਪਹਿਲਾਂ ਹੀ ਨਹੀਂ ਸੀ ਹੈ ਠੀਕ ਹੋ ਗਿਆ ਮੈਂ ਕਿਹਾ ਮੈਂ ਸਿਰਫ ਆਪਣੇ ਪਾਰਸ ਹੀ ਰੱਖਣੇ ਨੇ ਬਾਕੀ ਸਭ ਕੱਢੋ ਮੈਂ ਸਾਰੇ ਵੇਚ ਦਿੱਤਾ ਉਦੋਂ ਮੇਰਾ 5,000 ਰੁਪਏ ਦਾ ਕਬੂਤਰ ਵੀ ਕਿਹਾ ਸੀ ਮੈਂ ਉਸਤਾਦ ਕਹਿੰਦਾ ਉਸਤਾਦ ਜੀ ਇਹ 2 ਕਬੂਤਰ ਨੇ ਇਹ ਵੇਚ ਛੱਡੋ ਬਾਕੀ ਜਿੱਥੇ ਮਰਜ਼ੀ ਸੁੱਟ ਛੱਡੋ 5,000-5,000 ਦੇ 2 ਕਬੂਤਰ ਵਿਕੇ ਫਿਰ ਜਦੋਂ ਜਨਾਬ ਉਡਾਣ ਦਾ ਮੈਨੂੰ ਸ਼ੌਕ ਪਿਆ ਅਤੇ ਫਿਰ ਅਹਿਸਾਸ ਹੋਇਆ ਕਿ ਨਹੀਂ ਕਬੂਤਰ ਹੋਣੇ ਚਾਹੀਦੇ ਸਨ ਮੈਂ ਕਿਹਾ ਉਸਤਾਦ ਜੀ ਕਿਹਨੂੰ ਦਿੱਤਾ ਸਾ ਜੇ ਕਬੂਤਰ ਕਹਿਣ ਲੱਗੇ ਡਸਕੇ ਦਿੱਤਾ ਸੀ ਮੈਂ 5,000 ਦਾ ਦਿੱਤਾ ਸੀ ਮੈਂ ਕਿਹਾ ਮੇਰੇ ਕੋਲ 10,000 ਲੈ ਲਓ ਮੈਨੂੰ ਕਬੂਤਰ ਵਾਪਸ ਲਿਆ ਦੇ ਕਹਿਣ ਲੱਗੇ ਉਹ ਬੰਦਾ ਨਹੀਂ ਪਰਤ ਕੇ ਆਇਆ ਉਹ ਹੁਣ ਪਤਾ ਨਹੀਂ ਹੈ ਕਿ ਮਰ ਗਿਆ ਅਤੇ ਉਸ ਤੋਂ ਬਾਅਦ ਮੈਨੂੰ ਕਬੂਤਰ ਨਹੀਂ ਇੱਕ ਮਗਰ ਲੱਭਾ ਸਮਝ ਲਓ ਕਿ ਉਹਦਾ ਮੈਨੂੰ ਤਕਰੀਬਨ ਕੋਈ ਉਸ ਕਬੂਤਰ ਦਾ 70% ਇੱਕ ਕਬੂਤਰ ਮਿਲਿਆ ਉਹ ਵੀ ਕਹਿੰਦੇ ਕਿ ਮੈਂ ਛੱਤ 'ਤੇ ਗਿਆ ਅਤੇ ਇੱਕ ਕਬੂਤਰ 4 ਪੈ ਦੇ ਥੱਲੇ ਵੜ ਕੇ ਬੈਠਾ ਤਾ ਅੱਛਾ ਪੱਠਾ ਸੀ ਕਸੂਰੀ ਉਹ ਹਾਲੋ ਬਿਹਾਲ ਯਾਨੀ ਕਿ ਝੋਲੇ ਪਿਆ ਖਾਏ ਮੈਂ ਉਹਨੂੰ ਫੜ ਕੇ ਸਾਂਭਿਆ ਸੁੰਭਿਆ ਮੰਦਰ ਕਰ ਛੱਡਿਆ ਉਦੋਂ ਕੜੀਆਂ ਦਾ ਰਿਵਾਜ਼ ਨਹੀਂ ਸੀ ਨੰਬਰਾਂ ਦਾ ਕਿ ਫੋਨ ਬੰਦਾ ਕਰੇ ਜੀ ਤੁਹਾਡਾ ਫੜਿਆ ਹੁਣ ਮੈਂ ਸਾਂਭਿਆ ਕਬੂਤਰ ਸੈਟਮੈਟ ਹੋ ਗਿਆ ਮੈਂ ਵੇਖਿਆ ਮੈਂ ਯਾਰ ਚੰਗਾ ਪੱਠਾ ਪਹਿਲਾਂ ਮੈਂ ਇੱਥੇ ਮੈਂ ਕਿਹਾ ਇਹਨੂੰ ਅੰਦਰ ਸੁੱਟ ਦਿੰਦੇ ਹਾਂ ਜੋੜੇ ਫਿਰ ਮੈਂ ਅੰਦਰ ਸੁੱਟਿਆ ਉਹਨੂੰ ਫਿਰ ਮੈਂ ਕੁਝ 2 ਮਹੀਨਿਆਂ ਬਾਅਦ ਕਰ ਰਿਹਾ ਮੈਂ ਨਹੀਂ ਯਾਰ ਇਹਨੂੰ ਉਡਾਨੇ ਆ ਮੈਂ ਪੁੱਟ ਦਿੱਤਾ ਕਿਉਂਕਿ ਮੇਰਾ ਕਾਨਸੈਪਟ ਹੈ ਕਿ ਪਰਿੰਦਾ ਥੋੜ੍ਹਾ ਵੱਡਾ ਹੋਏ ਨਾ ਧਾਕਾ ਫੜ ਕੇ ਤਾਂ ਉਹਨੂੰ ਪੁੱਟ ਕੇ ਪਰਦਾਰ ਕਰੋ ਵੇਖੋ ਤੁਸੀਂ ਹੁਣ ਮੈਂ ਪੁੱਟ ਕੇ ਪਰਦਾਰ ਕਰ ਦਿੱਤਾ ਅੱਛਾ ਉਹ ਕਬੂਤਰ ਨੇ ਗੇੜੇ ਛੇੜੇ ਲਾਉਣੇ ਸ਼ੁਰੂ ਕੀਤੇ ਗਿੱਜ ਗਿਆ ਕਬੂਤਰ ਅੱਛਾ ਪਹਿਲੇ ਦਿਨ ਉਹਨੇ 3-4 ਘੰਟੇ ਲਾਏ ਦੂਜੇ ਦਿਨ 5-6 ਘੰਟੇ ਲਾਏ ਅੱਛਾ ਚੌਥੇ ਦਿਨ ਆਇਆ ਹੀ ਕੋਈ ਨਾ ਆਇਆ ਹੀ ਕੋਈ ਨਾ ਮੈਂ ਕਿਹਾ ਨੱਸ ਗਿਆ 5ਵੇਂ ਦਿਨ ਠੀਕ ਉਸੇ ਟਾਈਮ ਫਿਰ ਉਹ ਆ ਕੇ ਛੱਤ 'ਤੇ ਬੈਠਾ ਤਾ ਅਤੇ ਉਂਝ ਹੀ ਬੇਹਾਲ ਹੋਇਆ ਤਾ ਮੈਂ ਕਿਹਾ ਓਹੋ ਮੈਂ ਕਿਹਾ ਇਹ ਤਾਂ ਕਬੂਤਰ 2 ਦਿਹਾੜੀਆਂ ਵਾਲਾ ਅਤੇ ਮੈਂ ਇਹਨੂੰ ਕਿਉਂ ਉਡਾਣ ਡਿਆ ਵਾਂ ਇਹਦੀ ਤਾਂ ਪਰਵਾਜ਼ ਹੀ ਨਹੀਂ ਪੂਰੀ ਦਿਹਾੜੀ 'ਚ ਪੂਰੀ ਹੁੰਦੀ ਉਹ ਕਬੂਤਰ ਦਾ ਉਦੋਂ ਦਾ ਮੰਦਰ ਸੁੱਟ ਛੜਿਆ ਦਾ ਅਤੇ ਉਹਨੂੰ ਅਸਾਂ ਨੰਬਰ ਦਿੱਤਾ ਤਾ 100 ਨੰਬਰ ਕਮੱਗਰਾਂ 'ਚ ਉਹ ਕਬੂਤਰ ਹੈ ਹੁਣ ਮੇਰੇ ਜਿੰਨੇ ਵੀ ਦੋਸਤ ਨੇ ਜਿਨ੍ਹਾਂ ਕੋਲ ਕਮੱਗਰ ਕੂਠ ਹੈ ਨੇ ਟੱਚ ਉਹਨਾਂ ਸਾਰੇ ਆਪਣੇ ਜੋੜਿਆਂ ਨੂੰ 100 ਨੰਬਰ ਹੀ ਦੇ ਦਿੱਤਾ
मगर सारे मेरे दोस्त जेड़े ना उन्होंने ख्वाहिश है कि एक बच्चा 100 नंबर ऐस दा मिल जाए। खार आंदे सन हल्के हल्के खार काले रंग दे छटे मठे मठे आंदे सन अख उन्हां दी जरेदार नीली भी आंदी सी ते शीशा मारका नीली भी आंदी सी गठीले जिसम तो छोटे कद होंदे सन खलोंदे सिद्धे सन आकड़ मेरे को एक आया सी परिंदा वह भी बड़ा बड़ा वाकई वाकई जिंदगी भरे पे देने मैं भाई नन्हे होर को गया दुकान ते एक बड़ा सोहना कबूतर 35 वाला सारा चिट्टा इन्ने कु सिर दे उत्ते काली सिया शरीर नी टोपी कबूतर बड़ा सोहना मैं किन्ने दा कहिंदे छे सब 500 रुपए का लिया मैं कहा सर जी किन्ने दा मैनू उन्हें कहा तुहाडे लई 500 दा मेरा उन्हां दा प्यार इन्ना कुछ देखो मेरा उन्हां दा प्यार तल्ला की मेरा उन्हां दा किन्ना होर तरह का बन गया दासी यानी कि कह लो कि भरावां वाला बन गया सी कह लो प्यो पुत्रां वाला बन गया मैं उन्हां दी बड़ी केयर करदा हुंदा सा हर तरीके नाल बीमार भी होना तो मैं उन्हां दा बड़ा ख्याल करदा वह जिन्ने का परिंदा हुंदा सी मैनूं उन्ने का दे दिंदे सन जे मैं कबूतर वापस करन लिया ना तो मेरे को उन्ने का ही वापस ले लेना घाटा नहीं देना मैनूं बाद जे महंगा कबूतर उन्हें कहना उत्थों छड़ जावो वेख के तुहाडे सारे पैसे यानी कोई नहीं किया कि मैं तैनूं घाटा पाना है फॉर एग्जाम्पल मैं 5000 का कबूतर लिया ना उन्हें 8 का बेचा ना मैं कहना 8 दे आलू पा इस तरह का उन्होंने मैं कहा बड़ा सोहना कबूतर 500 रुपये मैं जी उस्ताद जी आलू मैं ले लिया ना तो कहते नहीं 35 वाला कबूतर नहीं तुम समझ रहे हो 35 वाला टोपी बनी दी है किसी ने मारकर लैके ना काला हो देना सिर पे दो नंबरी की थी दो नंबरी की थी दी सी उत्थे एक साडे ना बड़े खिलाड़ी ने अल्लाह उन्हां ते अपना रहम करे व्यापार भी करदे ने सेल परचेज का भी काम करदे ने ना नहीं मैं उन्हां दा लांगा हुण तो उन्हां दा नाम बन गया बारिश बंदे ने अच्छा माशाल्लाह मैनूं लग गई समझ नहीं उन्हां उन्हां तक तुसी नहीं पहुंचे उन्हां तक नहीं तुसी गए नहीं पहुंच गया ओ अली वाले कबूतरां तो मशहूर ने ਤੁਸੀਂ ਉਹਨਾਂ ਨੂੰ ਜਾਣਦੇ ਨਹੀਂ 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 ਸਾਧ ਗੁਜ਼ਾਰ ਸਾਹਿਬ ਨਹੀਂ ਅੱਛਾ ਅੱਛਾ ਚਲੋ ਠੀਕ ਹੋ ਗਿਆ ਉਹ ਯਾਨੀ ਕਿ ਸਾਡੀ ਏਜ ਵਾਈਜ਼ ਥੋੜੇ ਸਾਡੇ ਤੋਂ ਵੱਡੇ ਨੇ ਚੰਦ ਸਾਲ ਉਹ ਕਹਿਣ ਲੱਗੇ ਇਹ ਬੁੱਤ ਨਹੀਂ ਪਾਏਗਾ ਅੱਛਾ ਬੜਾ ਨਾ ਕਦੀ ਇਤਨੋ ਟੋਇਆ ਕਦੀ ਅੰਗੂਠੇ ਖਿੱਚਣ ਕਦੀ ਤਲੀਆਂ ਚੈੱਕ ਕਰਕੇ ਇਹ ਬੁੱਤ ਨਹੀਂ ਪਾਏਗਾ ਅੱਛਾ ਹੁਣ ਮੈਂ 500 ਰੁਪਇਆ ਖਰਚਿਆ ਦਾ ਸੀ ਅਤੇ ਮੈਂ ਤਾਂ ਉੱਥੇ ਫਿਰ ਬੇਵਕੂਫ ਸਾਬਤ ਹੋ ਜਾਂਦਾ ਨਾ ਕਿ ਮੈਂ ਬੁੱਤੋਂ ਬਗੈਰ ਕਬੂਤਰ ਲੈ ਲਿਆ 500 ਰੁਪਏ ਮੈਂ ਕਿਹਾ ਖਲੀਫਾ ਜੀ ਬੁੱਤ ਪਾਏਗਾ ਮੈਨੂੰ ਵੀ ਆਕਰ ਸੀ ਮੈਂ ਜੀ ਖਲੀਫਾ ਜੀ ਬੁੱਤ ਪਾਏਗਾ ਮੈਂ ਜਨਾਬ ਆਇਆ ਮੈਂ ਆ ਕੇ ਵੇਖਿਆ ਕੁਸ਼ਤਾ ਸਭ ਤੋਂ ਗਰਮ ਕਿਹੜਾ ਮੈਂ ਅਗਲੇ ਦਿਨ ਜਾ ਪੰਸਾਰੀ ਕੋ ਵੱਜਿਆ ਉਹ ਮੈਂ ਕੁਸ਼ਤਾ ਲਿਆਂਦਾ ਮਨੱਕਾ ਲਿਆ ਬੀਜ ਕੱਢ ਕੇ ਵਿੱਚ ਕੁਸ਼ਤਾ ਭਰਿਆ ਸਰਦੀਆਂ ਦੇ ਦਿਨ ਸਨ ਮੈਂ ਉਹਨੂੰ ਉਹ ਕੁਸ਼ਤਾ ਦੇ ਕੇ ਅਤੇ ਮੈਂ ਉਹਨੂੰ ਪਿੰਜਰੇ ਛੋਟੇ 'ਚ ਪਾ ਕੇ ਧੁੱਪੇ ਤਰ ਛੱਡਿਆ लो जी दो हफ्ते मैं उन्होंने तकरीबन मठा मठा कुश्ता देता एक दिन मैं बड़ा गुस्सा चढ़िया वट चढ़िया मैं भैन चो गुड़कदा नहीं पिया मैं मन लगे जी बहुता जहा भर के दे दिता वो 10 मिनट पर गया तो गलछे अंदरों खून आना शुरू हो गया मैं कोई यार जुलम हो गया नहीं सी आखिरी वो दिता उन्होंने कुश्ता उस तो बाद मैं जोड़े सुट दिता मैं 7-8 बच्चे ले उन्होंने मैं फिर खड़ के विखाए मैं क्या वेखो खलीफा जी तुम आते सो बच्चे नहीं आते बहरहाल बीमारियां आदि गई मरते रहे उस तो बाद मैं टुनिया नहीं मिलिया एक टुनिया मैनू आया सी दुबईयों आया था सी किसी दोस्त मेरे को उन्हें दिता नीलियां अखां वाला टुनिया मगर वह बच्चे अपने ते नहीं सी कढ़दा सुनिया ये जिहड़े टुनिया कबूतर सन अगर तुहाडे 10 कबूतर उड़ने दे ने 11वां ओह उड़न दे आ ते ओह सारिआं दे उत्ते रहिंदा टुनिया दी रिकॉर्ड नहीं सी देखे नहीं टुनिया जिहड़ा ना टुनिया बेसिकली असल पता की है सुलेमान भाई कबूतर नूं समझना पैंदा नसल नूं समझना पैंदा ठीक हो गया असीं लोक आ असी की करने हैं असी सिर्फ वेने पार इंजद कुंदा इंजद अख इंजदीए असी उस नसल नूदी हिस्टरी नू फॉलो नहीं किया हों असी तुहाड़ियां गल्लां ते टुरे हुन्ने आ इन्हां दियां गल्लां ते टुरे हुन्ने आ हर ब्रीड की हर खून की एक खसलत है
ਜਿਸ ਤਰ੍ਹਾਂ ਬੰਦਿਆਂ ਦੀਆਂ ਨਸਲਾਂ ਨੇ, ਬੰਦਿਆਂ ਦੀ ਵੀ ਹਰ ਨਸਲ ਦੀ ਆਪਣੀ ਖਸਲਤ ਹੈ। ਬਿਲਕੁਲ ਇਸ ਤਰ੍ਹਾਂ ਹੀ। ਵੈਸ਼ੀ ਕਬੂਤਰ ਬਹੁਤ ਜਾਬਰ ਕਬੂਤਰ ਹੈ। ਵੈਸ਼ੀ ਉਹਦੀ ਖਸਲਤ ਉਹਨੇ ਜ਼ੋਰ ਹੀ ਮਾਰਨਾ ਹੈ। ਵੈਸ਼ੀ ਦੀ ਕੀ ਥੋੜੀ ਰੰਗਤ ਦੱਸੋ ਦੋਸਤਾਂ ਨੂੰ, ਤਾਂ ਕਿ ਜਿਹਨਾਂ ਨੂੰ ਨਹੀਂ ਪਤਾ। ਚਿੱਟੇ ਕਬੂਤਰ ਬਿਲਕੁਲ ਬਿਲਕੁਲ ਚਿੱਟੇ ਹੋਣਗੇ, ਨਿਸ਼ਾਨ ਹੋਣਗੇ, ਕੋਈ ਨਿਸ਼ਾਨ ਨਹੀਂ ਹੈਗਾ। ਕੱਦਾ ਇੱਕ ਅੱਧਾ ਸਿਰ ਜਿਉਂ ਆਏਗਾ, ਅੱਖ ਅੱਖ ਉਹਦੀ ਚਿੱਟੀ ਹੋਏਗੀ ਜ਼ਰੇਦਾਰ, ਨੋਕ ਪੰਜੇ ਬਿਲਕੁਲ ਸਿਆਹ ਕਾਲੇ ਹੋਣਗੇ। ਲੁੱਕ ਲਾਇਕ ਸਮਝ ਲਓ ਕਿ ਇੰਡੀਆ 'ਚ ਇੱਕ ਦੋਸਤ ਕਰਾਉਂਦਾ, ਉਹ ਡੀ ਸੀ ਕਾ ਕਿ ਡਿਪਟੀ ਦਾ, ਉਹ ਪੁੱਤਰ ਹੈ, ਸ਼ੀਸ਼ਮ ਵਾਲੇ ਕਬੂਤਰ ਖਾਂਦੇ ਹੁੰਦੇ ਨੇ, ਉਹ ਸਿਆਲਕੋਟੀ ਕਬੂਤਰ ਉਹ ਨੇ, ਉਹ ਵੈਸ਼ੀ ਕਬੂਤਰ ਉਹ ਨੇ, ਉਹ ਵੈਸ਼ੀ ਕਬੂਤਰ ਸਨ। ਅੱਗੋਂ ਕਿਸੇ ਨੂੰ ਇੱਕ ਲੱਭ ਗਿਆ, ਦੇਖੋ ਮੈਨੂੰ ਇੱਕ ਲੱਭ ਜਾਂਦਾ, ਮੈਨੂੰ ਮਾਦੀ ਨਹੀਂ ਲੱਭਦੀ, ਮਤਲਬ ਕੋਈ ਵੀ ਪਾ ਦਿੰਦਾ, ਮੈਂ ਕਹਿਣਾ ਦੇਖੋ ਵੈਸ਼ੀ ਦਾ ਪੱਠਾ ਹੈ। ਇਸ ਤਰ੍ਹਾਂ ਬਰੀਡਾਂ ਖਰਾਬ ਹੁੰਦੀਆਂ ਗਈਆਂ, ਵਿਗੜਦੇ ਨੇ, ਲੋਕਾਂ ਕੋਲ ਵਿਗਾੜ ਲੈਣੇ। ਉਹਨੇ ਮਾਦੀ ਚੰਗੀ ਬੜੀ ਨਾ ਉੱਧਰ ਸੁੱਟੀ ਦੂਜੇ ਜੋੜੇ ਵੱਲ, ਮੈਂ ਕਿਹਾ ਯਾਰ ਉਹਨੂੰ ਕਿਉਂ ਸੁੱਟੀ ਹੈ ਉੱਧਰ ਲੱਕਿਆਂ ਵੱਲ ਸੁੱਟੀ, ਕਹਿੰਦਾ ਇਹਨੂੰ ਦੇ ਦਿੱਤੀ ਹੈ, ਮੈਂ ਕਹਿੰਦਾ ਉਹ ਬੜੀ ਚੰਗੀ ਹੋਈ ਇੱਧਰ ਲਿਆ ਕੇ। ਉਹਦੀ ਪੁੱਛਲ 'ਚ ਪੱਤਰ ਕਾਲਾ ਵੀ ਆ ਸਕਦਾ, ਚਿੜੀ ਵੀ ਕਾਲੀ ਥੱਲੋਂ ਆ ਸਕਦੀ, ਚਿੜੀ ਮੋਸਟਲੀ ਜਿਹੜੀ ਲੱਗੀ ਹੈ ਨਾ ਗ੍ਰੇ। ਬਟੇਰੇ ਜਿਹੜੇ ਨੇ, ਬਟੇਰੇ ਬਟੇਰਿਆਂ ਦੀ ਖਸਲਤ ਹੈ ਕਿ ਉਹਨੇ ਆਪਣਾ ਘਰ ਨਹੀਂ ਛੱਡਣਾ, ਨਹੀਂ ਛੱਡਦੇ, ਇੰਝ ਹੀ ਗੱਲ, ਪਰਵਾਜ਼ ਪੂਰੀ ਕੱਢ ਕੇ ਆਉਣਾ। ਅਸੀਂ ਲੋਕ ਗੱਲਾਂ ਕਰਦੇ ਹਾਂ, ਟੁਣੀਆਂ ਦਾ ਕੰਮ ਕੀ, ਟੁਣੀਆਂ ਬੰਦੇ ਦੇ ਦੋ ਦਿਮਾਗ ਆ ਜਿੰਨਾ ਕੱਲਾ ਉਹਦਾ ਦਿਮਾਗ ਹੈ, ਕਹਿੰਦੇ ਬੜੀ ਅਕਲ ਹੈ ਇਹਦੇ 'ਚ, ਟੁਣੀਆਂ ਦੀ ਦੋ ਬੰਦਿਆਂ ਜਿੰਨਾ ਦਿਮਾਗ ਹੈ। ਅੱਛਾ, ਐਡੀ ਤਾਂ ਖੋਪੜੀ ਹੁੰਦੀ ਹੈ, ਖੋਪੜੀ ਤਾਂ ਵੱਡੀ, ਉਹ 'ਚ ਵੀ ਅਕਲ ਵੀ ਹੈ, ਸਹੀ ਨੇ, ਐ ਨਹੀਂ ਕਿ ਸਿਰ ਵੱਡਾ, ਸ਼ਦਾਈਆਂ ਦੇ ਵੀ ਸਿਰ ਬੜੇ ਬੜੇ ਵੱਡੇ ਹੁੰਦੇ ਨੇ, ਗੱਲ ਹੈ ਵੇ, ਅਕਲ ਹੈ ਉਹਦੇ 'ਚ, ਦੋ ਬੰਦਿਆਂ 'ਚ ਦਿਮਾਗ ਹੈ ਕਿ ਉਹਦੇ 'ਚ ਜ਼ਹਾਨਤ ਬਹੁਤ ਹੈ, ਠੀਕ ਹੋ ਗਿਆ। ਚੂਹੇ ਜਿਹੜੇ ਨੇ, ਅੱਛਾ ਚੂਹੇ ਜਿਹਦਾ ਪਾਰਕ ਹੁੰਦਾ ਖਰਾਬ ਹੋ ਗਿਆ, ਉਹਦੇ ਫੇਰ ਦੇ ਚੂਹਾ ਸਿੱਧਾ ਕਰ ਦੇਗਾ, ਸਿੱਧੇ ਕਰ ਦੇਗਾ, ਬੇਸਿਕਲੀ ਚੂਹਾ ਪਿਓਰ ਆਪੀ ਕਿਤਲੇ ਨਹੀਂ ਉੱਡਿਆ, ਇੰਜੀ ਗੱਲ, ਚੂਹੇ ਹਮੇਸ਼ਾ ਚੂਹੇ ਮੋਤੀਆਂ ਵਾਲੇ, ਚੂਹੇ ਜੌਂਸਰੇ, ਚੂਹੇ ਬਟੇਰੇ, ਚੂਹੇ ਲਾਲ ਮੋਤੀਆਂ ਵਾਲੇ, ਇਹਨਾਂ ਨੂੰ ਕ੍ਰਾਸ ਹੀ ਦਿੱਤਾ ਗਿਆ, ਸਿੱਧੇ ਪੱਧਰੇ ਕੀਤੇ ਗਏ ਨੇ ਕਬੂਤਰ, ਅਤੇ ਉਹ ਅੱਗੋਂ ਰਿਜ਼ਲਟ ਆਏ ਨੇ। ਠੀਕ ਠੀਕ, ਹਰ ਚੀਜ਼ ਦੀ ਇੱਕ ਆਪਣੀ ਖਸਲਤ ਅਤੇ ਇੱਕ ਆਪਣੀ ਟੈਕਨੀਕ ਹੈ। ਅਸੀਂ ਇਸੇ ਸੁਣ ਲੈਂਦੇ ਹਾਂ, ਅਸੀਂ ਫਾਰ ਐਗਜ਼ਾਮਪਲ ਚੂਹਾ ਫੜ ਲਿਆ, ਚੂਹੇ ਦਾ ਜੋੜਾ ਸੀਗਾ, ਹੁਣ ਉੱਡੇ ਕਿੱਥੋਂ ਉੱਡੇਗਾ ਉਹ। ਅੱਛਾ, ਗੱਲ ਆ ਗਈ ਯਾਦ, ਗੱਲਾਂ ਦੀ ਗੱਲ ਨਿਕਲੀ ਜਾਂਦੀ ਹੈ, ਮੈਨੂੰ ਇਹ ਦੱਸੋ ਸੁਰੇਸ਼ ਸਾਹਿਬ, ਅਗਰ ਦੋਸਤਾਂ ਨੇ ਬੜੇ ਹਨੇਰੇ 'ਚ ਰੱਖੇ ਆ, ਅਸੀਂ ਹਨੇਰੇ 'ਚੋਂ ਕੱਢਣਾ ਲੋਕਾਂ ਨੂੰ, ਅਸੀਂ ਹਨੇਰੇ 'ਚੋਂ ਹੁਣ ਕੱਢਣ ਵਾਸਤੇ ਤੁਰੇ ਹਾਂ ਜੀ ਜੀ, ਉਹ ਕਹਿੰਦੇ ਨਾ ਕਿ ਹੋਇਆ ਹੋਣਾ ਕੀ ਹੈ, ਤੁਰ ਪਏ ਹੁਣ ਖਲੋਣਾ ਕੀ ਹੈ, ਹੁਣ ਭਾਵੇਂ ਦੇਰ ਹੋ ਗਈ ਤੁਰੇ ਹਾਂ ਸਾਨੂੰ, ਅਤੇ ਦੋਸਤਾਂ ਨੂੰ ਹੁਣ ਤੁਰੇ ਹਾਂ ਅਤੇ ਕੱਢੀ ਹਨੇਰੇ 'ਚੋਂ ਜੀ ਜੀ, ਜੋੜਾ ਅਗਰ ਲਾਣਾ ਹੈ, ਦੇਖੋ ਤੁਸੀਂ ਬਰੀਡਿੰਗ ਬੜੀ ਕੀਤੀ ਹੈ, ਤੁਹਾਨੂੰ ਪਤਾ ਵੀ ਤੁਹਾਡੇ ਰਿਜ਼ਲਟ ਵੀ ਨੇ, ਕਿੱਥੇ ਕਿੱਥੇ ਕਬੂਤਰ ਗਏ ਤੁਹਾਡੇ, ਜੋ ਵੀ ਤੁਹਾਨੂੰ ਪਤਾ ਹੀ ਹੈ ਨਾ ਕਬੂਤਰ ਕਿੰਨਾ ਕਿੰਨਾ ਕਿਹੜਾ ਕਿਹੜਾ ਉੱਡਦਾ ਜੀ ਜੀ ਬਿਲਕੁਲ, ਮੈਂ ਤੇ ਤੁਹਾਨੂੰ ਕਿੰਗ ਹੀ ਕਹਾਂਗਾ ਬਰੀਡਿੰਗ ਦੇ ਹਵਾਲੇ ਨਾਲ, ਕਿਉਂਕਿ ਵੇਖੋ ਚੀਜ਼ ਪਤਾ ਕੀ ਹੈਗੀ, ਜਦੋਂ ਕਿਸੇ ਕੋਲ ਬਹੋਗੇ ਨਾ ਤਾਂ ਉਹਦੀਆਂ ਗੱਲਾਂ ਤੋਂ ਪਤਾ ਲੱਗਦਾ, ਵਰਨਾ ਤਾਂ ਕੋਈ ਪਤਾ ਨਹੀਂ ਲੱਗਦਾ, ਤੁਸੀਂ ਤੁਰੇ ਜਾਂਦੇ ਉਹ ਸੜਕ 'ਤੇ, ਮੈਂ ਇੱਧਰ ਨੂੰ ਆ ਰਿਹਾ, ਤੁਸੀਂ ਇੱਧਰ ਨੂੰ ਜਾ ਰਹੇ, ਨਹੀਂ ਸਮਝ ਲੱਗਦੀ, ਜਦੋਂ ਮੈਂ ਤੁਹਾਡੇ ਕੋਲ ਬਹਾਂਗਾ ਤੁਹਾਨੂੰ ਪਤਾ ਲੱਗੇਗਾ ਮੇਰਾ ਮੈਂ ਕੀ ਹਾਂ, ਜਾਂ ਜੀ ਜੀ ਤੁਹਾਡਾ ਮੈਨੂੰ ਪਤਾ ਲੱਗੇ। ਅਸੀਂ ਹੁਣ ਇਹ ਟੋਰਾਂਗੇ ਗੱਲ ਨੂੰ ਕਿ ਯਾਰ ਮਿਸਾਲ ਦੇ ਤੌਰ 'ਤੇ ਟੈਡੀ ਕਬੂਤਰ ਨੇ ਜਾਂ ਕਮੱਗਰ ਨੇ ਜਾਂ ਜਿਹੜੀਆਂ ਵੀ ਨਸਲਾਂ ਨੇ, ਤੁਸੀਂ ਕਿਹੜਾ ਕ੍ਰਾਸ ਪਾਓਗੇ, ਸਾਰੀਆਂ ਨਸਲਾਂ ਦਾ ਤੁਹਾਨੂੰ ਪਤਾ, ਮੈਂ ਹੁਣ ਨਾ ਲਾਂਗਾ ਲੰਮਾ ਹੀ ਹੋਏਗੀ ਗੱਲ, ਕਿਹੜਾ ਕ੍ਰਾਸ ਪਾਈਏ ਆਪਸ 'ਚ ਅਤੇ ਉਹ ਕਿਹੜਾ ਬੈਸਟ ਜੋੜਾ ਬਹੇਗਾ ਤਾਪਬੰਦ, ਕਿਉਂਕਿ ਬੱਚੇ ਡਾਏ ਰੋਕਣ ਵਾਲੇ ਵੀ ਹੋਣ, ਨਹੀਂ ਬੱਚੇ ਉਡਾਉਣ ਦੀ ਗਰੰਟੀ ਨਹੀਂ ਹੋਏਗੀ। ਫਾਰ ਐਗਜ਼ਾਮਪਲ ਇੱਕ ਮੈਂ ਛੋਟੀ ਜਿਹੀ ਮਿਸਾਲ ਦਿੰਦਾ, ਤੁਸੀਂ ਮੇਰੀ ਗੱਲ ਨੂੰ ਫਾਲੋ ਕਰੋਗੇ, ਉਹਦੇ ਸਾਡੇ ਦੋਸਤਾਂ ਦਾ ਵੀ ਕੰਟਰੀਬਿਊਸ਼ਨ ਥੋੜ੍ਹਾ ਜਿਹਾ ਹੋਣਾ ਚਾਹੀਦਾ, ਕੋਈ ਅਕਲ ਹੋਣੀ ਚਾਹੀਦੀ ਹੈ, ਅਕਲ ਤੋਂ ਇਹ ਨਹੀਂ ਕਿ ਬੇਵਕੂਫ ਨੇ, ਅਕਲ ਤੋਂ ਮੇਰੇ ਕੋਲ ਕਬੂਤਰਾਂ ਦੀ ਸੈਂਸ ਹੋਣੀ ਚਾਹੀਦੀ ਹੈ, ਮੇਰੇ ਵੰਗਰਾਂ ਨਾ ਹੋਣ ਕਿ ਆਉਂਦਾ ਹੀ ਕੱਖ ਨਹੀਂ ਤਾਂ ਮੈਂ ਰੌਲਾ ਪਾਈ ਜਾਂਦਾ ਵਾ, ਤੁਹਾਨੂੰ ਪਾਰਕ ਹੁੰਦੇ ਦਾ ਪਤਾ ਹੋਣਾ ਚਾਹੀਦਾ। ਮੇਰਾ ਇੱਕ ਦੋਸਤ ਹੈ ਤੁਹਾਡੇ ਨਾਲ ਵੱਡੀ ਉਮਰ ਦਾ, ਅੱਲਾ ਉਹਨੂੰ ਹਦਾਇਤ ਵੀ ਦੇ, ਅਕਸਰ ਗਰੁੱਪਾਂ 'ਚ ਬੜੀ ਉਹਦੀ ਚੈਟ ਚੱਲਦੀ ਸੀ, ਇੱਕ ਹੋਤਾ ਹੈ ਪਰ ਤੀਰ ਨਵਾਂ, ਇੱਕ ਨੋਤਾ ਖੰਜਰ ਨਵਾਂ, ਇੱਕ ਹੋਤਾ ਤਲਵਾਰ ਨਵਾਂ, ਯੇ ਤੋ ਹੋਗੀ ਪਰੋਂ ਕੀ ਤਫਸੀਲ, ਅਬ ਹਮ ਆਗੇ ਬਾਤ ਕਰਦੇ ਹਾਂ। ਤੋ ਉਸ ਤੋਂ ਬਾਅਦ ਉਹਦਾ ਮੈਸੇਜ ਨਹੀਂ ਅੱਜ ਤੱਕ ਮੈਂ ਸੁਣਿਆ, ਉਸ ਤੋਂ ਅਗਲਾ ਇੰਨਾ ਮੈਸੇਜ ਸੁਣਿਆ ਮੈਂ, ਅੱਜ ਤੱਕ 5-7 ਸਾਲ ਹੋ ਗਏ ਨੇ, ਮੈਂ ਉਹਨਾਂ ਨੂੰ ਕਿਹਾ ਉਸਤਾਦ ਜੀ ਇਹ ਚੀਜ਼ ਹੈ ਤੁਹਾਡੇ ਮੈਸੇਜ ਅਤੇ ਬਾਕੀ, ਤੂੰ ਨਾ ਮੈਨੂੰ ਅੱਗੋਂ ਹੱਸ ਕੇ ਕੀ ਆਖਿਆ, ਤੁਸੀਂ ਜਰਾ ਬਰੀਕ ਬੰਦੇ, ਤੁਸੀਂ ਬਰੀਕ ਗੱਲਾਂ ਫੜਦੇ ਕਬੂਤਰ ਵਾਲੀ ਨੂੰ, ਕਹਿ ਬਰੀਕ ਵਾਲੀ ਗੱਲ, ਗੱਲ ਐਵੇਂ ਕਿ
ਤੁਹਾਨੂੰ ਸੈਂਸ ਹੋਣੀ ਚਾਹੀਦੀ ਹੈ ਭਰਾਂ ਦੇ ਮਾਰੇ 'ਚ, ਠੀਕ ਹੋ ਗਿਆ। ਤੁਹਾਨੂੰ ਨਾ ਕੋਈ ਖੰਜਰ ਨਵਾਂ ਦੱਸਦਾ, ਨਾ ਤੀਰ ਨਵਾਂ ਦੱਸਦਾ, ਨਾ ਕੋਈ ਤਲਵਾਰ ਨਵਾਂ ਦੱਸਦਾ, ਠੀਕ ਹੋ ਗਿਆ। ਖੰਜਰ ਨਵਾਂ ਕਿਹਨੂੰ ਕਹਿੰਦੇ ਨੇ ਜਿਹੜਾ ਜੀ ਇੰਜ ਕਰਕੇ ਨਿਕਲਿਆ, ਥੋੜ੍ਹਾ ਇੰਜ ਨਿਕਲਿਆ ਬਾਹਰ ਨੂੰ ਨਿਕਲ ਗਿਆ, ਬਿਲਕੁਲ ਤੁਹਾਨੂੰ ਦੱਸਣਗੇ ਨਹੀਂ, ਆਖਣਗੇ ਖੰਜਰ ਨਵਾਂ ਤਲਵਾਰ ਅੱਗੋਂ ਜੇ ਤਲਵਾਰ ਹੈ ਤਾਂ ਇੰਜ ਗੋਲ, ਇਹ ਗੋਲ ਕਿੰਨਾ ਦੇ ਨੇ ਸਿਆਲਕੋਟੀਆਂ ਦੇ, ਠੀਕ ਹੋ ਗਿਆ। ਗੌਰ ਕਰਿਓ ਸਿਆਲਕੋਟੀ ਜਿਹੜਾ ਬਰੀਡਰ ਪਰਿੰਦਾ ਉਹਦੇ ਬਾਹਰ ਦੇ ਪਰ ਇੰਜ ਗੋਲ ਅੰਦਰ ਨੂੰ ਜਾਣਗੇ। ਸਾਡਾ ਕਾਨਸੈਪਟ ਹੈ ਜਿੰਨਾ ਪਰ ਅੰਦਰ ਨੂੰ ਗੋਲ ਹੋਏਗਾ ਉਹਨਾਂ ਕਬੂਤਰ ਅੱਛਾ ਬਲੱਡ ਚ ਹੋਏਗਾ ਤੇ ਪਿਓਰ ਚ ਹੋਏਗਾ, ਵਾਪਸੀ ਆਏਗਾ, ਠੀਕ ਹੋ ਗਿਆ। ਆਪਣੇ ਘਰ ਦਾ ਪੱਕਾ ਹੋਏਗਾ ਉਹ ਕਬੂਤਰ, ਉਹ ਵਾਪਸੀ ਵਾਲਾ ਹੀ ਸਮਝਿਆ। ਜਿਹੜੇ ਕਬੂਤਰ ਉੱਤੋਂ ਪਰ ਇੰਜ ਬਾਹਰ ਨੂੰ ਜਾਂਦੇ ਨੇ ਕਸੂਰੀ ਕਬੂਤਰ ਨੇ, ਜਿਹੜੇ ਪਰ ਅੰਦਰੋਂ ਬਾਹਰੋਂ ਅੰਦਰ ਨੂੰ ਆਉਂਦੇ ਨੇ ਉਹ ਤਲਵਾਰ ਹੋ ਗਏ, ਉਹ ਸਿਆਲਕੋਟੀ ਹੈ। ਜਿਹੜੇ ਪਰ ਸਿੱਧੇ ਨੇ ਸਿੱਧਾ ਤੀਰ ਜਿਹਨੂੰ ਆਉਂਦੇ ਨੇ ਤੀਰ ਨਮਾ, ਮੈਂ ਉਹਨਾਂ ਨੂੰ ਕਿਸੇ ਗਿਣਤੀ ਚ ਨਹੀਂ ਰੱਖਦਾ, ਠੀਕ ਹੋ ਗਿਆ, ਠੀਕ ਹੈ ਜੀ। ਨਾ ਤੁਹਾਡੇ ਜੋੜਿਆਂ ਚ ਆਣਗੇ, ਨਾ ਤੁਹਾਡੇ ਉਡਾਨ ਚ ਆਣਗੇ। ਕੋਸ਼ਿਸ਼ ਕਰੋ ਤੁਹਾਡੇ ਪਰਿੰਦਿਆਂ ਦੇ ਪਰ ਅੰਦਰ ਨੂੰ ਜਾਣ, ਹਲਕੇ ਨੀ ਬਹੁਤ ਵੀ ਹੋ ਜਾਣ। ਮੇਰੇ ਉਸਤਾਦ ਨੇ ਕੀ ਦੱਸਿਆ ਕਿ ਜਿਹੜਾ ਦਸਵਾਂ ਕੁੰਡਾ ਥੱਲੇ ਨੂੰ ਵੜਦਾ ਕਬੂਤਰ ਨਹੀਂ ਛੱਡਣਾ। ਅੰਦਰ ਨੂੰ ਜ਼ੋਰ ਮਾਰਦਾ ਗੋਲ, ਬਹੁਤ ਅੱਛਾ ਗੋਲ ਜਿਹੜਾ ਪਰ ਅੰਦਰ ਨੂੰ ਜਾਂਦਾ, ਆਪਣੇ ਕੋਸ਼ਿਸ਼ ਕਰੋ ਜੋੜਿਆਂ ਚ ਉਹਨੂੰ ਪਾਣਾ, ਠੀਕ ਹੋ ਗਿਆ। ਹਾਂ ਤੁਸੀਂ ਚਾਹੁੰਦੇ ਹੋ ਕਿ ਯਾਰ ਮੇਰਾ ਪਰ ਮੈਂ ਹੋਰ ਕਰਾਂ, ਕਸੂਰੀ ਅੱਖ, ਦੇਖੋ ਮੈਂ ਪਿਛਲੇ ਦਿਨ ਬੜੀ ਅੱਛੀ ਗੱਲ ਕੀਤੀ ਉਸਤਾਦ ਮਾਈਓ ਸਾਹਿਬ ਦਾ ਇੱਕ ਇੰਟਰਵਿਊ ਸੁਣਿਆ ਸੀ, ਉਹਨੇ ਕਿਹਾ ਸੀ ਅਸੀਂ ਰਿੰਗਾਂ ਦੇ ਚੱਕਰਾਂ 'ਚ ਪਾਇਆ, ਮੇਰੇ ਕੋਲ ਅੱਜ ਤੱਕ ਰਿੰਗਾਂ ਵਾਲੇ ਨਹੀਂ ਹੈ। ਮੈਂ ਕਿਹਾ ਸਾਡੇ ਕਬੂਤਰ ਸਿੱਧੀਆਂ ਅੱਖਾਂ ਵਾਲੇ ਨੇ, ਅਸੀਂ ਨਹੀਂ, ਉਹਨੇ ਕਿਹਾ ਖੂਬਸੂਰਤੀ ਹੈ, ਸਾਫ ਅੱਖਾਂ ਪਲੇਨ। ਰਿੰਗ ਕਿਹੜੇ ਕਾਊਂਟ ਕਰਦੇ ਨੇ ਰਿੰਗ ਤੁਹਾਡੇ? ਧੀਰੀ ਦੇ ਨਾਲ ਦਾ ਰਿੰਗ ਤੇ ਬਾਹਰ ਦਾ ਰਿੰਗ, ਬਾਹਰ ਦਾ ਰਿੰਗ ਇਹੀ ਤੁਹਾਡੇ ਕਬੂਤਰਬਾਜ਼ੀ 'ਚ ਕਾਊਂਟ ਕਰਨਾ, ਤੁਹਾਨੂੰ ਇਹ ਦੱਸਣਾ ਕਿਸੇ ਨਹੀਂ। ਬਾਹਰ ਦਾ ਰਿੰਗ ਗੋਲ ਕਾਲਾ ਵੱਡਾ ਰਿੰਗ ਕਾਲਾ, ਕੋਸ਼ਿਸ਼ ਕਰੋ ਬਰਾਊਨ ਕਾਲਾ ਗ੍ਰੇ ਤਿੰਨਾਂ ਰੰਗਾਂ ਤੋਂ ਇਲਾਵਾ ਨਾ ਹੋਏ, ਟੁੱਟਾ ਨਾ ਹੋਏ, ਟੁੱਟਾ ਨਾ ਹੋਏ, ਜਿੰਨਾ ਵੱਡਾ ਹੋ ਜਾਏਗਾ ਉਨਾ ਬਿਹਤਰ ਹੈ। ਸਲਮਾਨ ਭਾਈ ਸਾਡੇ ਜਿੰਨਾ ਵੱਡਾ ਹੋਏ ਚੌੜਾ, ਜਿੰਨਾ ਰਿੰਗ ਜਿੰਨਾ ਚੌੜਾ ਹੋ ਜਾਏਗਾ, ਟਾਇਰ ਜਿੰਨਾ ਚੌੜਾ ਹੋ ਜਾਏਗਾ ਬਾਹਰ ਦਾ ਉਨਾ ਚੰਗਾ, ਉਨਾ ਚੰਗਾ, ਠੀਕ ਹੋ ਗਿਆ। ਜਿੰਨਾ ਬਰੀਕ ਕਰੋਗੇ ਠੀਕ, ਉਨਾ ਹੀ ਚਿਕੜ ਖੋਬੇ 'ਚ ਜ਼ੋਰ ਨਹੀਂ ਲੱਗੇਗਾ ਉਹਦਾ, ਫਸੇਗਾ, ਠੀਕ ਹੋ ਗਿਆ। ਆ ਜਿੰਨਾ ਰੇਸਰ ਟਾਇਰ ਪਾਏ ਹੁੰਦੇ ਉੱਥੇ ਘੁੰਮਦੇ ਰਹਿੰਦੇ, ਹਾਂ ਬਿਲਕੁਲ, ਜਿਹੜਾ ਗੁੱਡੀ ਵਾਲਾ ਵੱਡਾ ਹੁੰਦਾ ਉਹ ਜਾਂਦਾ ਜੇ, ਬਿਲਕੁਲ। ਅੱਛਾ ਜਿਹੜੀ ਅੰਦਰ ਇਹਦੀ ਫਿਰ ਤਿਲੀ, ਉਹਦੇ ਨਾਲ ਇੱਕ ਚਿੱਟਾ ਰਿੰਗ ਹੁੰਦਾ, ਉਹ ਕੀ ਹੁੰਦਾ? ਅਸੀਂ ਇੱਕ ਮੈਂ ਕੋਰਸ ਕੀਤਾ ਸੀ ਦੋਸਤੋ, ਬੜੀਆਂ ਕੰਮ ਦੀਆਂ ਗੱਲਾਂ, ਰੈਫਰੀਜੇਸ਼ਨ ਦਾ ਕੋਰਸ ਕੀਤਾ ਸੀ ਤੇ ਉੱਥੇ ਸਾਡੇ ਉਸਤਾਦ ਨੇ ਸੰਦੇ ਸੀ ਕਿ ਲਚਕਦਾਰ ਬੈਲੋਜ਼ ਹੁੰਦੀਆਂ। ਅੱਛਾ, ਲਚਕਦਾਰ ਬੈਲੋਜ਼ ਯਾਨੀ ਕਿ ਸੀਲਾਂ, ਸੀਲਾਂ ਲਚਕਦਾਰ ਨੇ ਬਹੁਤ ਜ਼ਿਆਦਾ ਵਿੱਚ ਹੁੰਦੀਆਂ, ਬਿਲਕੁਲ। ਤੁਹਾਡੀ ਅੱਖ ਦਾ ਰਟੀਨਾ ਜਿਹੜਾ ਜਾਂ ਜਿਹਨੂੰ ਅਸੀਂ ਧੀਰੀ ਵੀ ਕਹਿੰਦੇ ਹਾਂ, ਉਹ ਰਿੰਗ ਉਹਨੂੰ ਸੁੱਕਣ ਤੇ ਫੈਲਣ 'ਚ ਮਦਦ ਦੇਵੇਗਾ। ਅੱਛਾ, ਮੇਰਾ ਕੋਈ ਦੋਸਤ ਭਰਾ ਗੁੱਸਾ ਨਾ ਮੇਰੀ ਗੱਲ ਦਾ ਕਰੇ, ਮੇਰਾ ਮਕਸਦ ਤੁਹਾਨੂੰ ਸਮਝਾਉਣਾ ਹੈ। 98% ਟੈਡੀਆਂ 'ਚੋਂ ਨਹੀਂ ਆਏਗਾ। ਮੈਂ ਦੇਖੇ ਬੜੇ ਬੜੇ, ਰਾਤੀ ਮੈਂ ਇੱਕ ਦੋਸਤ ਕੋਲ ਗਿਆ, ਉਹਨਾਂ ਦਿਖਾਇਆ ਜੀ ਟੈਡੀ, ਦੇਖੋ ਕਿੱਡਾ ਅੱਛਾ ਹੈ, ਬਹੁਤ ਪਿਆਰਾ। ਮੈਂ ਕਿਹਾ ਉਸਤਾਦ ਜੀ ਇਹ ਪੱਥਰ ਰੱਖਦਾ, ਇਹਦੀ ਅੱਖ ਹੀ ਪੱਥਰ ਦੀ ਹੈ, ਇਹਦੀ ਅੱਖ ਨੇ ਆਪਣਾ ਕੰਮ ਹੀ ਵਰਕ ਨਹੀਂ ਕਰਨਾ, ਇਹਦਾ ਜ਼ੂਮ ਇਨ ਆਊਟ ਹੋਣਾ ਹੀ ਨਹੀਂ। ਮੈਂ ਕਿਹਾ ਜਦੋਂ ਇਹਦਾ ਜ਼ੂਮ ਇਨ ਆਊਟ ਨਹੀਂ ਹੋਣਾ ਤਾਂ ਇਹਨੇ ਕੀ ਕਰਨਾ ਸ਼ਾਮ ਨੂੰ, ਹਨੇਰੇ ਨੂੰ ਇਹਨੇ ਕਿੰਝ ਕੰਟਰੋਲ ਕਰਨਾ? ਮੈਂ ਪਿੱਛੇ ਜੀ ਇੱਕ ਵੀਡੀਓ ਬਣਾ ਕੇ ਆਪਣੇ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਚਾੜੀ ਸੀ ਅੱਖ ਦੇ ਬਾਰੇ 'ਚ ਸਮਝਾਉਣ ਵਾਸਤੇ। ਇਹ ਤੁਹਾਡਾ ਕੈਮਰਾ, ਮੇਰੇ ਚੈਨਲ ਦਾ ਨਾਂ ਹੈ ਜੀ ਸੁਲਤਾਨ ਸਰੋਇਆਜ਼ ਲਾਇਬ੍ਰੇਰੀ, ਸੁਲਤਾਨ ਸਰੋਇਆ ਵੀ ਲਿਖੋਗੇ ਤਾਂ ਯੂਟਿਊਬ ਚੈਨਲ ਆ ਜਾਏਗਾ। ਉਹਦੇ ਮੈਂ ਬਕਾਇਦਾ ਸਮਝਾਇਆ ਸੀ ਕੈਮਰੇ ਦੇ ਲਿਹਾਜ਼ ਨਾਲ, ਮੈਨੂੰ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ। ਅਪਰਚਰ ਖੋਲ੍ਹਦੇ ਹਾਂ, ਰੋਸ਼ਨੀ ਬਹੁਤੀ ਵਿੱਚ ਜਾਂਦੀ ਹੈ, ਬਿਲਕੁਲ ਇਸ ਤਰ੍ਹਾਂ ਘਟਾਉਂਦੇ ਹਾਂ, ਰੋਸ਼ਨੀ ਅਗਰ ਘੱਟ ਜਾਂਦੀ ਤਸਵੀਰ ਕਲੀਅਰ ਹੋ ਜਾਂਦੀ ਹੈ। ਕਬੂਤਰ ਦੀ ਅੱਖ ਦਾ ਵੀ ਉਹ ਹਿਸਾਬ ਹੈ, ਉਹ ਜਿੰਨੀ ਉਹਨੇ ਖੁੱਲ੍ਹਣਾ ਹੈ ਨਾ ਉਹਨਾਂ ਨੇ ਹਨੇਰੇ 'ਚ ਕੰਮ ਕਰਨਾ, ਉਹਨੂੰ ਉਹਨਾਂ ਨਜ਼ਰ ਉਹਨੂੰ ਰੋਸ਼ਨੀ ਉਨੀ ਅੰਦਰ ਅਬਜ਼ਰਵ ਕਰਨੀ ਹੈ, ਜਿੰਨੀ ਉਹਨੂੰ ਤੇਜ਼ੀ ਨਾਲ ਲੱਗੋ ਰੋਸ਼ਨੀ 'ਚ ਪਕਾ ਵੱਜਣਾ, ਉਹਨੇ ਅੱਖ ਨੂੰ ਕੰਟਰੋਲ ਕਰਨਾ ਤਾਂ ਉਹਨੂੰ ਜ਼ੂਮ ਕਲੀਅਰ ਕਰਨਾ, ਕਲੀਅਰ ਕਰਨਾ, ਬਿਲਕੁਲ। ਲੈਂਜ਼ ਵਾਲਾ ਸਾਰਾ ਸਿਸਟਮ, ਲੈਂਜ਼ ਵਾਲਾ ਕੈਮਰੇ ਵਾਲੇ ਹਿਸਾਬ ਦਾ। ਤੇ ਜਦੋਂ ਕਬੂਤਰ ਦੀ ਅੱਖ ਹੀ ਪੱਥਰ ਨਮਾ ਨਾ ਕੁਛ ਉਹਨੇ ਫਰਕ ਪੈਣਾ ਤਾਂ ਕੀ ਉਹਨਾਂ ਅੰਨਾ ਹੋ ਜਾਣਾ? ਸੋਨੇ ਦਾ ਵੀ ਹੋਵੇ ਕਬੂਤਰ, ਹਰ ਪਾਸੇ ਨੂੰ ਪੂਰਾ
मतलब ज्यादा लाहौर दे वड्डे वड्डे उस्ताद पॉइंट गिनदे ने, हर पॉइंट पूरा होवे, हर पॉइंट पूरा होए सर, अख दी धीरी द फ्लैक्सीबल लाना होए कौड़ी दा कबूतर नहीं, कौड़ी दा कबूतर परिंदा जी सियालकोट ही कबूतर सी चूहा दिखाया ना बड़ा शाम बहुत अच्छा परिंदा मजा आ गया कह लगे कि रात नहीं आंदा वापस रात रह जाता अगले दिन आता हर बार जिद भी दफा उड़ाया